ਸਵਾਗਤ, ਮੈਂ ਹਰਜਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਤ ਸਿੰਘ ਜੀ, ਸਰਦਾਰ ਜਗਤਾਰ ਸਿੰਘ ਜੀ, ਮੈਂ ਜੀ ਆਇਆਂ। ਥੈਂਕ ਯੂ ਜੀ, ਸ਼ੁਕਰੀਆ ਜੀ। ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ, ਅੰਮ੍ਰਿਤਪਾਲ ਸਿੰਘ ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਨਗੇ, ਆਜ਼ਾਦ ਉਮੀਦਵਾਰ ਵਜੋਂ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਨਗੇ। ਇਹ ਇਸ ਵੇਲੇ ਦੀ ਬਹੁਤ ਅਹਿਮ ਡਿਵੈਲਪਮੈਂਟ ਆ। ਇਸੇ ਵੇਲੇ ਜਦੋਂ ਪੱਟੀ ਦੇ ਵਿੱਚ ਮੁੱਖ ਮੰਤਰੀ ਇੱਕ ਭਰਮੀ ਰੈਲੀ ਨੂੰ ਸੰਬੋਧਿਤ ਕਰ ਰਹੇ ਆ ਲਾਲਜੀਤ ਸਿੰਘ ਭੁੱਲਰ ਦੇ ਹੱਕ ਦੇ ਵਿੱਚ, ਅਕਾਲੀ ਦਲ ਨੇ ਅਜੇ ਉਮੀਦਵਾਰ ਨਹੀਂ ਐਲਾਨਿਆ, ਉਹ ਕਿਸ ਧਾਰਾ 'ਚ ਵਹਿਣ, ਉਹਨਾਂ ਲਈ ਵੀ ਇਹ ਔਖਾ ਹੋ ਜਾਊਗਾ। ਔਰ ਜਿਸ ਤਰੀਕੇ ਨਾਲ ਦੂਜੀਆਂ ਪਾਰਟੀਆਂ ਇੱਥੇ ਆਪਣੇ ਆਪਣੇ ਢੰਗ ਤਰੀਕੇ ਵਰਤ ਰਹੀਆਂ ਸੀ, ਦੋ ਖਾਸ ਤੌਰ ਤੇ ਕਾਂਗਰਸ ਔਰ ਅਕਾਲੀ ਦਲ ਵੱਲੋਂ ਉਮੀਦਵਾਰ ਨਾ ਦਿੱਤੇ ਜਾਣੇ, ਤੇ ਹੁਣ ਅੰਮ੍ਰਿਤਪਾਲ ਦਾ ਮੈਦਾਨ ਵਿੱਚ ਆ ਜਾਣਾ, ਇਹ ਬੜੀ ਵੱਡੀ ਖਬਰ ਹੈ। ਮੈਂ ਸਭ ਤੋਂ ਪਹਿਲਾਂ ਉਹ ਪ੍ਰੈਸ ਨੋਟ ਜਿਹੜਾ ਜਾਰੀ ਹੁੰਦਾ ਹੈ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦਿਆਂ। ਇਹ ਪ੍ਰੈਸ ਨੋਟ ਸੰਗਤਾਂ ਦੀ ਦਾਸ ਬਲਵਿੰਦਰ ਕੌਰ, ਮਾਤਾ ਭਾਈ ਅੰਮ੍ਰਿਤਪਾਲ ਸਿੰਘ, ਉਹਨਾਂ ਦੇ ਨਾਂ ਥੱਲੇ ਆਉਂਦਾ ਹੈ। ਔਰ ਇਹਦੇ ਵਿੱਚ ਲਿਖਿਆ ਗਿਆ ਕਿ ਸਰਕਾਰ ਵੱਲੋਂ ਨੌਜਵਾਨਾਂ ਉੱਤੇ ਵੱਡੀ ਪੱਧਰ ਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਠੱਲ ਪਾਉਣ ਲਈ, ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਰੂਪ ਦੇਣ ਵਾਸਤੇ, NSA ਖਤਮ ਕਰਵਾਉਣ ਲਈ, ਬੰਦੀ ਸਿੱਖਾਂ ਦੀ ਰਿਹਾਈ ਲਈ ਅਤੇ ਪੰਜਾਬ ਦੇ ਦਰਦ ਨੂੰ ਅੰਤਰਰਾਸ਼ਟਰੀ ਪੱਧਰ ਤੇ ਲਿਜਾਣ ਲਈ ਭਾਈ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ ਬੀਬੀ ਬਲਵਿੰਦਰ ਕੌਰ। ਮੈਂ ਇਹ ਥੋੜਾ ਜਿਹਾ ਡਿਟੇਲਡ ਹੈ, ਇਹ ਅਸੀਂ ਨਹੀਂ ਇਸ ਵੇਲੇ ਪੜ੍ਹ ਰਹੇ, ਇਹ ਮੋਟੇ ਤੌਰ ਤੇ ਜਿਹੜਾ ਉਹਦਾ ਨਿਚੋੜ ਹੈ ਉਹ ਤੁਹਾਡੇ ਸਾਹਮਣੇ ਮੈਂ ਰੱਖਿਆ, ਤੇ ਅਸੀਂ ਹੁਣ ਇਹਨੂੰ ਸਮਝਣ ਦਾ ਯਤਨ ਕਰਦੇ ਹਾਂ ਕਿ ਅੰਮ੍ਰਿਤਪਾਲ ਦੇ ਚੋਣ ਪਿੜ ਵਿੱਚ ਆ ਜਾਣ ਤੋਂ ਬਾਅਦ ਖਡੂਰ ਸਾਹਿਬ ਦਾ ਹੀ ਨਹੀਂ ਪੂਰੇ ਪੰਜਾਬ ਦਾ ਚੋਣ ਦ੍ਰਿਸ਼ ਕਿਸੇ ਤਰੀਕੇ ਨਾਲ ਪ੍ਰਭਾਵਿਤ ਹੋਊਗਾ। ਸਿਮਰਨਜੀਤ ਸਿੰਘ ਮਾਨ ਪਹਿਲਾਂ ਇਸ ਤਰ੍ਹਾਂ ਦੀ ਧਾਰਾ ਚੋਂ ਆਉਂਦੇ ਰਹੇ ਨੇ, ਹਾਲਾਂਕਿ ਉਹਨਾਂ ਦਾ ਇੱਕ ਰੁੱਖ ਅਲੱਗ ਵੀ ਸੀਗਾ। ਅੰਮ੍ਰਿਤਪਾਲ ਸਿੰਘ ਜਿਸ ਤਰ੍ਹਾਂ ਦੀ ਰਾਜਨੀਤੀ ਨਾਲ ਆਉਂਦੇ ਨੇ, ਜਿਸ ਤਰ੍ਹਾਂ ਦਾ ਉਹਨਾਂ ਦਾ ਬਿਹੇਵੀਅਰ ਸੀਗਾ, ਉਸ ਤੋਂ ਬਾਅਦ ਚੁਣਾਵੀ ਰਾਜਨੀਤੀ ਵੱਲ ਉਹਨਾਂ ਦਾ ਆਉਣਾ, ਪੰਜਾਬ ਦੇ ਵਿੱਚ ਗਰਮ ਖਿਆਲੀਆਂ ਲਈ ਕੀ ਇਹ ਇੱਕ ਮੌਕਾ ਹੈ? ਇਸ ਮੌਕੇ ਤੇ ਲੋਕ ਕਿਵੇਂ ਰਿਐਕਟ ਕਰਨਗੇ, ਪਾਰਟੀਆਂ ਕਿਵੇਂ ਰਿਐਕਟ ਕਰਨਗੀਆਂ, ਉਹਨਾਂ ਨਾਲ ਉਹ ਵਿੱਥ ਬਣਾ ਕੇ ਚੱਲਣਗੀਆਂ, ਉਹਨਾਂ ਤੇ ਹਮਲਾ ਕਰਨਗੀਆਂ, ਅੰਮ੍ਰਿਤਪਾਲ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੇਗੀ, ਅਹਿਮ ਸਵਾਲ ਨੇ। ਮੈਂ ਉਹ ਸਾਰੇ ਨੁਕਤੇ ਫਿਲਹਾਲ ਨਾ ਉਠਾਵਾਂ, ਮੈਂ ਮਾਹਿਰਾਂ ਕੋਲ ਜਾਣਾ ਹੈ। ਅਸੀਂ ਦੋ ਮੁੱਦੇ ਹੋਰ ਲਵਾਂਗੇ, ਐਂਡ ਦੇ ਵਿੱਚ ਲਵਾਂਗੇ। ਇੱਕ ਤਾਂ ਅੱਜ ਜਿਹੜੀ ਦੇਸ਼ ਦੇ ਕੁਝ ਹਿੱਸਿਆਂ ਵਿੱਚ ਚੋਣ ਹੋ ਰਹੀ ਆ, 88 ਸੀਟਾਂ ਨੇ, ਉਹਨਾਂ ਦੇ ਉੱਤੇ ਵੋਟ ਪ੍ਰਤੀਸ਼ਤ ਆ ਅੱਜ, ਇਹ ਵੀ ਕਾਫੀ ਅਹਿਮ ਆ ਕਿ ਲੋਕ ਕਿਵੇਂ ਰਿਐਕਟ ਕਰ ਰਹੇ ਆ। ਦੇਸ਼ ਭਰ ਦੇ ਵਿੱਚ ਕਾਫੀ ਸੀਟਾਂ ਤੇ ਬੀਜੇਪੀ ਪ੍ਰਭਾਵੀ ਆ, ਉਹਨਾਂ ਦੀਆਂ ਪਿਛਲੀ ਵਾਰ ਕਾਫੀ ਸੀਟਾਂ ਆਈਆਂ ਨੇ, ਇਸ ਵਾਰੀ ਲੋਕ ਕਿਵੇਂ ਰਿਐਕਟ ਕਰ ਰਹੇ ਆ, ਆਪਾਂ ਉੱਥੇ ਜਾਵਾਂਗੇ। ਸੁਪਰੀਮ ਕੋਰਟ 'ਚ ਦੋ ਮਾਮਲੇ ਐਡਰੈਸ ਹੋਏ, ਮਤਲਬ EVMs ਨੂੰ ਲੈ ਕੇ, ਜਿਹੜੀਆਂ ਵੋਟਿੰਗ ਮਸ਼ੀਨਾਂ ਨੇ ਉਹਨਾਂ ਨੂੰ ਲੈ ਕੇ ਦੋ ਪਟੀਸ਼ਨਾਂ, ਦੋਨੇ ਖਾਰਜ ਹੋਈਆਂ ਨੇ, ਟਿੱਪਣੀਆਂ ਬੜੀਆਂ ਅਹਿਮ ਨੇ। ਔਰ ਇੱਕ ਨੋਟਾ ਦੇ ਉੱਤੇ ਅਹਿਮ ਡਿਵੈਲਪਮੈਂਟ ਹੋਈ ਆ, ਨੋਟਾ ਦੇ ਉੱਤੇ ਸੁਪਰੀਮ ਕੋਰਟ ਨੇ ਇੱਕ ਨੋਟਿਸ ਜਾਰੀ ਕੀਤਾ ਇਲੈਕਸ਼ਨ ਕਮਿਸ਼ਨ ਨੂੰ। ਇਹ ਦੋ ਚੀਜ਼ਾਂ ਨੂੰ ਸਮਝਦੇ ਆ ਅੱਗੇ ਜਾ ਕੇ, ਪਰ ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ, ਜਦੋਂ ਇਹ ਪ੍ਰੈਸ ਨੋਟ ਸਾਡੇ ਐਨ ਸਾਹਮਣੇ ਪਿਆ, ਡਿਟੇਲਡ ਗੱਲਾਂ ਬਾਤਾਂ ਇਹਦੇ 'ਚ ਹੈਗੀਆਂ, ਅੰਮ੍ਰਿਤਪਾਲ ਸਿੰਘ ਦੇ ਇਲੈਕਸ਼ਨ ਲੜਨ ਬਾਰੇ ਕਸ਼ਮਕਸ਼ ਚੱਲ ਰਹੀ ਸੀਗੀ, ਦੋ ਦਿਨ ਪਹਿਲਾਂ ਰਾਜਦੇਵ ਸਿੰਘ ਖਾਲਸਾ, ਸਾਬਕਾ ਮੈਂਬਰ ਪਾਰਲੀਮੈਂਟ, ਜਿਹੜੇ ਐਡਵੋਕੇਟ ਵੀ ਨੇ, ਉਹਨਾਂ ਨੇ ਇਹ ਦਾਅਵਾ ਕੀਤਾ ਸੀਗਾ। ਉਸ ਤੋਂ ਬਾਅਦ ਸਾਡਾ ਪਰਿਵਾਰ ਨਾਲ ਸੰਪਰਕ ਹੋਇਆ, ਪਰਿਵਾਰ ਨੇ ਸਾਫ਼ ਮਨਾ ਕੀਤਾ ਸੀਗਾ, ਸਾਫ਼ ਮਨਾ ਕੀਤਾ ਸੀ ਕਿ ਐਸੀ ਕੋਈ ਗੱਲ ਨਹੀਂ ਹੈ। ਉਸ ਤੋਂ ਬਾਅਦ ਕੱਲ੍ਹ ਅੰਮ੍ਰਿਤਪਾਲ ਦੇ ਫਾਦਰ ਸਾਹਿਬ ਉਹਨਾਂ ਨੂੰ ਮਿਲਦੇ ਨੇ, ਭਾਵੇਂ ਕਿ ਉਹਨਾਂ ਦੀ ਮੁਲਾਕਾਤ ਪ੍ਰਭਾਵੀ ਨਹੀਂ ਰਹੀ, ਔਰ ਉਹਨਾਂ ਨੇ ਕਿਹਾ ਸੀਗਾ ਕਿ ਅਜੇ ਅਸੀਂ ਗੱਲਬਾਤ ਨਹੀਂ ਕਰ ਸਕੇ, ਪਰ ਅੱਜ ਸੰਗਤਾਂ ਦੇ ਦਬਾਅ ਦੇ ਚਲਦਿਆਂ, ਪੁਰਜ਼ੋਰ ਮੰਗ ਦੇ ਚਲਦਿਆਂ, ਜੋ ਕੁਛ ਮੈਂ ਦੇਖ ਰਿਹਾ, ਜਿਹਨਾਂ ਲੋਕਾਂ ਨਾਲ ਸਾਡੀ ਹੁਣ ਗੱਲ ਵੀ ਹੋਈ ਆ ਪਰਿਵਾਰ ਦੇ ਨੇੜਲਿਆਂ ਨਾਲ, ਉਹਨਾਂ ਨੇ ਫੈਸਲਾ ਕਰ ਲਿਆ ਇਲੈਕਸ਼ਨ ਲੜਨ ਦਾ। ਮੈਂ ਤੁਹਾਡੇ ਤੋਂ ਇਹਨੂੰ ਸ਼ੁਰੂ ਕਰਨਾ ਚਾਹੁੰਦਾ, ਪੰਜਾਬ ਦੀ
ਰਾਜਨੀਤਿਕ ਚੋਣ ਮੁਹਿੰਮਾਂ, ਰਾਜਨੀਤਿਕ ਦ੍ਰਿਸ਼ ਆ, ਇਹਦੇ ਵਿੱਚ ਇਹ ਆਮਦ ਕਿਵੇਂ ਹੈ? ਪੰਜਾਬ ਦੇ ਵਿੱਚ ਇੱਕ ਤਾਂ ਕਾਫੀ ਲੰਬੇ ਸਮੇਂ ਤੋਂ ਲਗਾਤਾਰ ਇੱਕ ਗੱਲ ਚੱਲ ਰਹੀ ਹੈ ਕਿ ਇੱਥੇ ਲੀਡਰਸ਼ਿਪ ਦਾ ਖਲਾਅ ਹੈ, ਖਾਸ ਤੌਰ ਤੇ ਪੰਥਕ ਸਫਾ ਦੇ ਵਿੱਚ ਲੀਡਰਸ਼ਿਪ ਦੀ ਗੱਲ ਹੋ ਰਹੀ ਹੈ, ਬਾਕੀ ਪੰਜਾਬ ਦੇ ਵਿੱਚ ਜਨਰਲੀ ਵੀ ਗੱਲ ਹੋ ਰਹੀ ਹੈ। ਉਸੇ ਦੌਰਾਨ ਫਿਰ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਸੀ, ਜਿਹਦਾ ਫਾਇਦਾ ਦੇਖ ਕੇ ਆਮ ਆਦਮੀ ਪਾਰਟੀ ਆ ਗਈ, ਉਹ ਕਹਿੰਦੇ ਜੀ ਅਸੀਂ ਟ੍ਰੈਡੀਸ਼ਨਲ ਪਾਰਟੀਆਂ ਨਾਲੋਂ ਅਲੱਗ ਹਾਂ, ਉਹ ਵੀ ਦੇਖ ਲਈ ਲੋਕਾਂ ਨੇ, ਲਗਾਤਾਰ ਚੱਲਦੀ ਹੈ। ਸ਼ਾਇਦ ਉਸੇ ਖਲਾਅ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅੰਮ੍ਰਿਤਪਾਲ ਸਿੰਘ ਦੀ ਐਂਟਰੀ ਹੁੰਦੀ ਹੈ ਪੰਜਾਬ ਦੇ ਵਿੱਚ, ਔਰ ਉਸ ਐਂਟਰੀ ਦੇ ਨਾਲ ਹਾਲਾਂਕਿ ਉਹਨਾਂ ਦਾ ਜਿਹੜਾ ਜਿਹੜਾ ਸਰੂਪ ਹੈ, ਮੂੰਹ ਬਹਾਦਰ ਹੈ, ਗੱਲਬਾਤ ਕਰਨ ਦਾ ਤਰੀਕਾ ਹੈ, ਜਾਂ ਜੋ ਜਿਹੜੇ ਮੁੱਦਿਆਂ ਨੂੰ ਉਹ ਲੈ ਕੇ ਚੱਲੇ, ਜਿਹੜਾ ਜਿਸ ਢੰਗ ਦਾ ਉਹਨਾਂ ਦਾ ਬਿਹੇਵੀਅਰ ਸੀ, ਇਹ ਸਾਰਾ ਲੱਗਦਾ ਸੀਗਾ ਕਿ ਉਹ ਜਿਹੜਾ ਮੇਨ ਸਟ੍ਰੀਮ ਪੋਲਿਟਿਕਸ ਹੁੰਦੀ ਹੈ ਉਹਦੇ ਆਦਮੀ ਨਹੀਂ ਹੈ, ਉਹ ਇੱਕ ਦੂਸਰੀ ਧਿਰ ਦੇ ਆਦਮੀ ਨੇ, ਜਿਹੜੇ ਐਲੀਮੈਂਟ ਨੂੰ ਕਈ ਵਾਰ ਫ੍ਰਿੰਜ ਐਲੀਮੈਂਟ ਵੀ ਕਿਹਾ ਜਾਂਦਾ, ਕਈ ਵਾਰ ਖਾੜਕੂ ਐਂਗਲ ਦੇ ਨਾਲ ਮੈਚ ਕੀਤਾ ਜਾਂਦਾ, ਕਦੇ ਕਿਸੇ ਤਰੀਕੇ ਦੇ ਕਦੇ ਕਿਸੇ ਤਰੀਕੇ ਦਾ, ਵੀ ਉਧਰ ਦੇ ਆਦਮੀ ਨੇ, ਜਿਹਦਾ ਮਤਲਬ ਇਹ ਕਲੀਅਰ ਸੀ ਵੀ ਸ਼ਾਇਦ ਉਹ ਜਿਹੜੀ ਇਲੈਕਟੋਰਲ ਡੈਮੋਕ੍ਰੇਸੀ ਹੈ ਇਹਦੇ ਵੱਲ ਨਹੀਂ ਆਉਣਗੇ, ਉਹ ਦੂਸਰੀ ਤਰ੍ਹਾਂ ਦੀ ਸਿਆਸਤ ਜਿਹੜੀ ਮਾਸ ਮੂਵਮੈਂਟ ਦੀ ਹੁੰਦੀ ਹੈ, ਅੰਦੋਲਨ ਦੀ ਹੁੰਦੀ ਹੈ, ਉਧਰ ਵਾਲੇ ਪਾਸੇ ਨੂੰ ਲੈ ਕੇ ਆਉਣਗੇ। ਜਿਹੜੀ ਛਵੀ ਹੈ, ਇੰਨੇ ਬੰਦੇ ਪਹਿਲਾਂ ਹੀ ਆਉਣਾ ਹੈ, ਹਜੇ ਆਉਂਦੇ ਸਾਰ ਹੀ ਕਿੰਨੇ ਬੰਦੇ ਬੰਦੂਕਾਂ ਵਾਲੇ ਨਾਲ ਹੋਣਗੇ, ਕਿਸ ਤਰੀਕੇ ਦੇ ਚੱਲਣਗੇ, ਇੱਕ ਔਰਾ ਕ੍ਰੀਏਟ ਜਿਹੜਾ ਕਰਨ ਦੀ ਗੱਲ ਹੁੰਦੀ ਹੈ, ਔਰ ਉਹ ਥ੍ਰਿਲਿੰਗ ਹੋਈ ਵੀ ਇੱਕ ਲੈਵਲ ਦੀ, ਜਿਸ ਲੈਵਲ ਦੇ ਉੱਤੇ ਆਏ ਇਸ ਪੱਧਰ ਦੇ ਉੱਤੇ, ਪਰ ਬਹੁਤ ਥੋੜਾ ਸਮਾਂ ਚੱਲ ਪਾਇਆ ਇਹ ਕੰਮ, ਬਹੁਤ ਥੋੜਾ ਸਮਾਂ ਚੱਲਿਆ। ਜਦੋਂ ਥਾਣੇ ਦੇ ਵਿੱਚ ਦੀ ਘਟਨਾ ਇੱਕ ਵਾਪਰਦੀ ਹੈ ਤੇ ਉਦੋਂ ਬਾਅਦ ਸਟੇਟ ਇੱਕ ਮਾਈਂਡ ਆਪਣਾ ਬਦਲ ਲੈਂਦੀ ਹੈ ਸ਼ਾਇਦ ਉਹਦੇ ਪੂਰਾ ਦੇ ਪ੍ਰਤੀ, ਉਹ ਫਿਰ ਜਿੰਨਾ ਚਿਰ ਉਹ ਰਹੇ ਛੁਪੇ ਰਹੇ, ਪੁਲਿਸ ਕਹਿੰਦੀ ਰਹੀ ਕਿ ਅਸੀਂ ਫੜ ਰਹੇ ਹਾਂ, ਜਿਸ ਢੰਗ ਨਾਲ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਸਰੈਂਡਰ ਦੇ ਰੂਪ ਦੇ ਵਿੱਚ ਹੀ ਗ੍ਰਿਫਤਾਰੀ ਹੁੰਦੀ ਹੈ, ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਨੇ, ਕੋਈ ਅਰੈਸਟ ਵਾਲੀ ਗੱਲ ਤਾਂ ਨਹੀਂ ਸਾਹਮਣੇ ਆਈ, ਜਿੰਨੀਆਂ ਚੀਜ਼ਾਂ ਨੇ ਕਿ ਉਸੇ ਰੋਡੇ ਦੇ ਗੁਰਦੁਆਰੇ 'ਚ ਜਾ ਕੇ ਭਾਈ ਜਸਵੀਰ ਸਿੰਘ ਤੋਂ ਲੈ ਕੇ ਡਿਫਰੈਂਟ ਬੰਦੇ ਪੈਂਦੇ ਨੇ ਤੇ ਇੱਕ ਸਮੂਥਲੀ ਜਾਂ ਇੱਕ ਚੀਜ਼ ਹੋ ਜਾਂਦੀ ਹੈ, ਮਤਲਬ ਵੱਡੀ ਗੱਲ ਸ਼ਾਇਦ ਇਹੀ ਸੀ ਉਹਦੇ 'ਚ। ਡਰ ਇੱਕ ਉਹਦੇ ਪਿੱਛੇ ਇਹ ਵੀ ਹੁੰਦਾ ਕਿ ਕਈ ਵਾਰ ਇਕੱਲੇ ਤੌਰ 'ਤੇ ਐਲੀਮੀਨੇਸ਼ਨ ਨਾ ਹੋ ਜੇ, ਕੋਈ ਬੰਦੇ ਦੀ ਜਾਨ ਨੂੰ ਖਤਰਾ ਨਾ ਹੋਵੇ, ਜਦੋਂ ਬੰਦੇ ਵਿੱਚ ਪੈ ਕੇ ਕੋਈ ਇਹੋ ਜਿਹੀ ਗੱਲ ਕਰਦੇ ਨੇ ਤਾਂ ਇੱਕ ਜਿਹੜਾ ਖਤਰਾ ਟਲ ਜਾਂਦਾ ਹੈ ਜੀ, ਤਾਂ ਤੁਰੰਤ ਗੌਰਮੈਂਟ ਉਹਨਾਂ ਨੂੰ ਦੋਨੋਂ, ਸਟੇਟ ਦੀ ਗੌਰਮੈਂਟ ਔਰ ਗੌਰਮੈਂਟ ਆਫ ਇੰਡੀਆ ਦੀ ਹੋਮ ਮਿਨਿਸਟਰੀ, ਇੱਕ ਫੈਸਲਾ ਕਰਦੀ ਹੈ। ਉਹਨਾਂ ਤੋਂ ਪਹਿਲਾਂ ਦੂਜੇ ਬੰਦੇ ਜਿਹੜੇ 6-7 ਉਹਨਾਂ ਦੇ ਨਾਲ ਨੇ, ਜਿਹਦੇ 'ਚ ਨੋਰਮਲ ਬੰਦੇ ਵੀ ਨੇ, ਵਿੱਚ NSA ਲਾਉਂਦੀ ਹੈ, NSA ਲਾ ਕੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੰਦੀ ਹੈ, ਤੇ ਉਹ ਮੁੱਦਾ ਲਗਾਤਾਰ ਮੁੱਦਾ ਬਣਦਾ ਹੈ ਇੱਕ ਥੋੜਾ ਜਿਹਾ, ਚਾਹੇ ਉਹ ਮਾਸ ਮੂਵਮੈਂਟ ਨਹੀਂ ਲੈਂਦਾ, ਪਰ ਪਿਛਲੇ ਦਿਨਾਂ 'ਚ ਜਦੋਂ ਤੋਂ ਉਹਨਾਂ ਦੇ ਪਰਿਵਾਰ ਨੇ ਭੁੱਖ ਹੜਤਾਲ ਰੱਖੀ ਹੈ ਤੇ ਉੱਥੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਵੀ ਇੱਕ ਇਕੱਠ ਵੀ ਕੀਤਾ ਗਿਆ, ਇਕੱਠ 'ਚ ਕਾਫੀ ਲੋਕਾਂ ਦੀ ਹਾਜ਼ਰੀ ਵੀ ਹੋਈ ਔਰ ਕਈਆਂ ਨੂੰ ਸਟੇਟ ਨੇ ਰੋਕਿਆ ਵੀ, ਤਾਂ ਉਹਦੇ ਨਾਲ ਇਹ ਚੀਜ਼ਾਂ ਬਣ ਗਈਆਂ। ਹੁਣ ਜਦੋਂ ਸੱਤਾ ਦਾ ਕੁਐਸਚਨ ਆਉਂਦਾ ਸਾਡੇ ਸਾਹਮਣੇ, ਜਦੋਂ ਇਹ ਕਹਿ ਰਹੇ ਨੇ ਕਿ ਜੀ ਚੋਣ ਲੜਨੀ ਹੈ ਕਿ ਨਹੀਂ, ਕਈ ਦਿਨਾਂ ਤੋਂ ਇਹ ਕਨਸੋਹਾਂ ਚੱਲਦੀਆਂ ਸੀ, ਹਾਂ ਨਾ, ਜਦੋਂ ਫਿਰ ਉਹਨਾਂ ਦੇ ਵਕੀਲ ਬਰਨਾਲੇ ਤੋਂ ਜਿਹੜੇ ਸਾਬਕਾ MP ਨੇ ਰਾਜਦੇਵ ਸਿੰਘ, ਉਹ ਆ ਕੇ ਗੱਲ ਕਰਦੇ ਨੇ ਕਿ ਉਹਨਾਂ ਨਾਲ ਗੱਲ ਹੋ ਚੁੱਕੀ ਹੈ ਤੇ ਉਹ ਲੜਨਗੇ, ਤਾਂ ਮੈਨੂੰ ਲੱਗਦਾ ਵੀ ਸ਼ਾਇਦ ਇਕੱਲਾ ਉਹਨਾਂ ਨੇ ਵੀ ਦੂਜਿਆਂ ਨੂੰ ਭਰੋਸੇ 'ਚ ਲੈ ਕੇ, ਜੇ ਮਾਤਾ ਜੀ ਨੂੰ ਜੇ ਬਾਕੀਆਂ ਨੂੰ ਗੱਲ ਕਰਦੇ ਤਾਂ ਸ਼ਾਇਦ ਉਸੇ ਦਿਨ ਗੱਲ ਨਿਬੜ ਜਾਂਦੀ, ਤੇ ਕਿਤੇ ਨਾ ਕਿਤੇ ਇਹ ਹੁੰਦਾ ਵੀ ਰਾਜਦੇਵ ਆਪਣੇ ਢੰਗ ਨਾਲ ਹੀ ਕਰੈਂਡਰ ਕਿਉਂ ਇਕੱਲਾ ਲੈ ਕੇ ਜੇ ਇਹ ਗੱਲ ਕਰੇ ਜੀ ਮੈਂ ਕਹਿ ਰਿਹਾ, ਤੇ ਪਰਿਵਾਰ ਨੇ ਵੀ 2 ਦਿਨ ਬਾਅਦ ਉਹੀ ਗੱਲ ਕੀਤੀ ਹੈ ਕਿ ਲੋਕਾਂ ਦੀ ਡਿਮਾਂਡ ਬਾਕੀ ਚੀਜ਼ਾਂ ਜਿਹੜੀਆਂ ਚੀਜ਼ਾਂ। ਬਿਲਕੁਲ ਇੱਕ ਗੱਲ ਸਾਹਮਣੇ ਹੈ, ਅਕਾਲੀ ਦਲ ਨੇ, SGPC ਨੇ, ਜਥੇਦਾਰ ਅਕਾਲ ਤਖ਼ਤ ਦੀ ਅਗਵਾਈ 'ਚ ਬਣਾਈਆਂ ਕਮੇਟੀਆਂ ਨੇ,
ਬੰਦੀ ਸਿੰਘਾਂ ਦਾ ਮੁੱਦਾ, ਰਾਜੋਆਣਾ ਦਾ ਮੁੱਦਾ, ਕਈ ਮੁੱਦੇ ਉਠਾਉਣ ਦੀ ਟਰਾਈ ਕੀਤੀ ਕਿ ਅੱਜ ਤੱਕ ਗਵਰਨਮੈਂਟ ਆਫ ਇੰਡੀਆ ਨੇ ਉਹਨਾਂ ਨੂੰ ਟਾਈਮ ਤੱਕ ਨਹੀਂ ਦਿੱਤਾ। ਇੱਕ ਜੀ ਕਮਜ਼ੋਰੀ ਦਿਖਾਈ ਦੇ ਰਹੀ ਹੈ ਸੰਸਥਾਵਾਂ ਦੀ, ਇੰਸਟੀਟਿਊਸ਼ਨ ਦੀ। ਸ਼ਾਇਦ ਇਸੇ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੇਰਾ ਖਿਆਲ ਹੈ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਜਿਸ ਤਰੀਕੇ ਨਾਲ ਆਏ ਸੀ, ਹੁਣ ਇਹ ਮੋੜਾ ਕੱਟਣ ਦੀ ਇੱਕ ਗੱਲ ਨਜ਼ਰ ਆਉਂਦੀ ਹੈ ਮੈਨੂੰ, ਭਾਵੇਂ ਉਹਦੇ 'ਚ ਇਹ ਕਿਹਾ ਗਿਆ ਉਹਨਾਂ ਵੱਲੋਂ ਕਿ ਇਹ ਅਲਟੀਮੇਟ ਗੱਲ ਨਹੀਂ ਹੈ, ਇਹਦੇ ਨਾਲ ਸਾਰਾ ਕੁਝ ਨਹੀਂ ਸੁਧਰ ਜਾਣਾ, ਪਰ ਹਾਲਾਤ ਮੰਗ ਕਰਦੇ ਨੇ ਕਿ ਹੁਣ ਚੋਣ ਲੜੀ ਜਾਵੇ, ਪਾਰਲੀਮੈਂਟ 'ਚ ਪਹੁੰਚ ਕੇ ਦੁਨੀਆ ਪੱਧਰ 'ਤੇ ਇਹ ਜਿਹੜੇ ਵਿਤਕਰੇ ਹੋ ਰਹੇ ਨੇ ਇਹਨਾਂ ਗੱਲਾਂ ਨੂੰ ਅਪਣਾਇਆ ਜਾਵੇ। ਇਹੀ ਗੱਲਾਂ ਕਰਕੇ ਸ਼ਾਇਦ 99 ਦੇ ਵਿੱਚ ਸਿਮਰਜੀਤ ਮਾਨ ਅਤੇ ਬਾਕੀ ਦੇ ਲੋਕ ਜਿਹੜੇ ਆਏ ਸੀ ਕਿ ਦੁਨੀਆ ਪੱਧਰ 'ਤੇ ਉਠਾਓ, ਅਲੱਗ ਗੱਲ ਹੈ ਕਿ ਉਦੋਂ ਇੱਕ ਕਿਰਪਾਨ ਦਾ ਮੁੱਦਾ ਜਾਂ ਵੱਖ ਵੱਖ ਮੁੱਦੇ ਕਰਕੇ ਉਹ ਗੱਲ ਨਹੀਂ ਬਣੀ। ਹੁਣ ਇੱਕ MP ਕਿੰਨਾ ਕੁ ਉਠਾ ਸਕਦਾ, ਕੀ ਦੁਨੀਆ ਪੱਧਰ 'ਤੇ ਇਹ ਸਭ ਤੋਂ ਬਿਹਤਰ ਚੀਜ਼ ਹੈ, ਜਾਂ ਹੁਣ ਤੁਸੀਂ ਮੇਨ ਧਾਰਾ ਦੇ ਵਿੱਚ ਜਦੋਂ ਇੱਕ ਵਾਰ ਆ ਜਾਂਦੇ ਹੋ ਇਲੈਕਟੋਰਲ ਪ੍ਰੋਸੈਸ ਦੇ ਵਿੱਚ, ਫਿਰ ਤੁਹਾਡਾ ਮੁਹਾਵਰਾ ਵੀ, ਤੁਹਾਡਾ ਗੱਲ ਕਰਨ ਦਾ ਤਰੀਕਾ ਵੀ, ਜਿਹੜੀ ਡੈਮੋਕ੍ਰੈਟਿਕ ਜਾਂ ਜਮਹੂਰੀ ਐਂਗਲ ਹੈ ਇੱਕ, ਉਹ ਹੋਰ ਤਰ੍ਹਾਂ ਦਾ ਰਾਬਤਾ ਲੋਕਾਂ ਨਾਲ ਮੰਗ ਕਰਦਾ, ਹੋਰ ਤਰ੍ਹਾਂ ਦੀ ਪੋਲਿਟਿਕਸ ਦੀ ਮੰਗ ਕਰਦਾ, ਜਿਹੜਾ ਦੂਸਰਾ ਰਸਤਾ ਉਹ ਦੂਸਰੇ ਤਰ੍ਹਾਂ ਦਾ ਵਿਵਹਾਰ ਦੀ ਮੰਗ ਕਰਦਾ। ਕੀ ਇਹਦੇ 'ਚ ਉਹ ਰਣਨੀਤਿਕ ਤੌਰ 'ਤੇ ਚੋਣ ਹੋ ਗਈ ਹੈ ਜੀ, ਜਾਂ ਇਹ ਟੈਕਟੀਕਲੀ ਚੋਣ ਹੈ, ਹਜੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਸਾਹਮਣੇ ਆਏਗਾ, ਪਰ ਇਹਦੇ ਨਾਲ ਫਰਕ ਜ਼ਰੂਰ ਪਏਗਾ ਖਡੂਰ ਸਾਹਿਬ ਦੇ ਵਿੱਚ ਵੀ, ਔਰ ਓਵਰਆਲ ਏਜੰਡਾ ਵੀ ਇੱਕ ਪ੍ਰਭਾਵਿਤ ਹੋਏਗਾ ਪੰਜਾਬ ਦੀ ਇਲੈਕਸ਼ਨ ਦਾ। ਐਂ ਨਹੀਂ ਕਿ ਏਜੰਡੇ 'ਤੇ ਕੋਈ ਪ੍ਰਭਾਵ ਨਹੀਂ ਪਏਗਾ, ਇੱਕ ਪ੍ਰਭਾਵ ਏਜੰਡਾ ਜ਼ਰੂਰ ਨਾਲ ਇਸ ਲੈਵਲ ਦਾ ਹੋ ਜਾਏਗਾ। ਹੁਣ ਤੱਕ ਇਹ ਏਜੰਡਾ ਪਾਰਟੀਆਂ ਇਹਦੇ ਤੋਂ ਗੁਰੇਜ਼ ਕਰ ਰਹੀਆਂ ਸੀ, ਬਾਕੀ ਚਾਹੇ ਅਕਾਲੀ ਦਲ ਵੀ ਹੋਵੇ ਸਾਰੇ ਗੁਰੇਜ਼ ਕਰ ਰਹੇ ਸੀ ਜੀ। ਆਪਾਂ ਦੂਜੇ ਰਾਉਂਡ ਦੇ ਵਿੱਚ ਪਾਰਟੀਆਂ ਕਿਵੇਂ ਰਿਐਕਟ ਕਰਨਗੀਆਂ, ਅਕਾਲੀ ਦਲ ਲਈ ਕੀ ਸਥਿਤੀ ਰਹੂਗੀ, ਇਹਦੇ ਉੱਤੇ ਜਾਣੇ ਆ। ਪਰ ਉਸ ਤੋਂ ਪਹਿਲਾਂ ਮੈਂ ਸਰਦਾਰ ਜਗਤਾਰ ਸਿੰਘ ਜੀ ਥੋੜਾ ਜਿਹਾ ਤੁਹਾਨੂੰ ਨਾਲ ਲੈਣ ਤੋਂ ਪਹਿਲਾਂ ਇੱਕ ਵਾਰੀ ਫਿਰ ਥੋੜਾ ਅੱਗੇ ਪੜ੍ਹ ਕੇ ਸੁਣਾ ਦਿਆਂ, ਜਿਹਦੇ ਵਿੱਚ ਉਹਨਾਂ ਦੀ ਮਾਤਾ ਬਲਵਿੰਦਰ ਕੌਰ ਵੱਲੋਂ ਸਾਰਾਗੜੀ ਨੇੜੇ ਲੱਗੇ ਪੱਕੇ ਮੋਰਚੇ ਦੇ ਸਥਾਨ ਤੋਂ ਇਹ ਐਲਾਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇਲਾਕੇ ਦੀਆਂ ਸੰਗਤਾਂ, ਪੰਚਾਇਤਾਂ ਅਤੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਮਿਲੇ ਸੰਦੇਸ਼ਾਂ ਮੁਤਾਬਕ ਸਮਾਂ ਅਤੇ ਹਾਲਾਤ ਇਹ ਮੰਗ ਕਰਦੇ ਹਨ ਕਿ ਜਿਸ ਤਰ੍ਹਾਂ ਸਰਕਾਰ ਨੇ ਨੌਜਵਾਨਾਂ ਉੱਤੇ ਤਸ਼ੱਦਦ ਕਰ ਰਹੀ ਹੈ, ਸਰਕਾਰ ਨੌਜਵਾਨਾਂ 'ਤੇ ਤਸ਼ੱਦਦ ਕਰ ਰਹੀ ਹੈ, ਜਿਵੇਂ ਉਹਨਾਂ ਨੂੰ ਦੂਰ ਦੁਰਾਡੇ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਡਿਬੜੂਗੜ੍ਹ ਜੇਲ੍ਹ 'ਚ ਸੁੱਟਿਆ ਗਿਆ, ਜਿੱਥੇ ਸਿਰਫ ਇੱਕ ਮੁਲਾਕਾਤ ਕਰਨ ਲਈ ਹੀ ਕਈ ਤਰ੍ਹਾਂ ਦੀਆਂ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪੈਂਦਾ, ਜਿੱਥੇ ਧਾਰਮਿਕ ਚੇਤਨਾ ਮਾਰਚ ਕੱਢਣ ਦੀ ਇਜਾਜ਼ਤ ਹੀ ਨਹੀਂ ਹੈ, ਜਿੱਥੇ ਸਰਕਾਰ ਨੇ ਸਾਰੀਆਂ ਸ਼ਰਮਾਂ ਨੂੰ ਲਾ ਕੇ ਬੀਬੀਆਂ ਨੂੰ ਵੀ ਜੇਲ੍ਹਾਂ 'ਚ ਸੁੱਟਣ ਤੋਂ ਗੁਰੇਜ਼ ਨਹੀਂ ਕੀਤਾ, ਜਿੱਥੇ ਪਤਿਤ ਪੁਣੇ ਤੇ ਨਸ਼ਿਆਂ ਦੀ ਲਹਿਰ ਜ਼ੋਰ ਫੜਦੀ ਜਾ ਰਹੀ ਹੈ, ਗਰੀਬ ਸਿੱਖਾਂ ਤੇ ਧਰਮ ਪਰਿਵਰਤਨ ਨੂੰ ਰੋਕਣ ਲਈ ਸੰਸਥਾਵਾਂ ਵੱਲੋਂ ਕੋਈ ਰੂਪ ਰੇਖਾ ਨਹੀਂ ਉਲੀਕੀ ਜਾ ਰਹੀ, ਉੱਥੇ ਹੁਣ ਇਹ ਜ਼ਰੂਰੀ ਹੋ ਗਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਅਤੇ ਸਰਕਾਰ ਦੇ ਝੂਠਾਂ ਦਾ ਪਰਦਾ ਫਾਸ਼ ਕਰਨ ਲਈ ਅਤੇ ਨੌਜਵਾਨਾਂ ਉੱਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਲੈ ਕੇ ਜਾਣ ਅਤੇ ਸਰਕਾਰ ਨੂੰ ਬੰਦੀ ਸਿੱਖਾਂ ਦੀ ਰਿਹਾਈ ਅਤੇ NSA ਵਰਗੇ ਜ਼ਾਲਮ ਕਾਨੂੰਨਾਂ ਨੂੰ ਖਤਮ ਕਰਾਉਣ ਲਈ ਮਜਬੂਰ ਕੀਤਾ ਜਾਵੇ। ਕਿੰਨੇ ਦੁੱਖ ਦੀ ਗੱਲ ਆ ਕਿ ਕੱਲ ਜਦੋਂ ਅੰਮ੍ਰਿਤਪਾਲ ਦੇ ਪਿਤਾ ਤੇ ਚਾਚਾ ਮੁਲਾਕਾਤ ਕਰਨ ਲਈ ਜੇਲ੍ਹ ਪਹੁੰਚੇ ਤਾਂ ਉਹ ਏਜੰਸੀਆਂ ਦੀ ਮੌਜੂਦਗੀ 'ਚ ਭਾਈ ਸਾਹਿਬ ਨਾਲ ਕੋਈ ਗੱਲ ਨਾ ਕਰ ਸਕੇ, ਕਿਉਂਕਿ ਏਜੰਸੀਆਂ ਨਹੀਂ ਚਾਹੁੰਦੀਆਂ ਕਿ ਭਾਈ ਅੰਮ੍ਰਿਤਪਾਲ ਸਿੰਘ ਚੋਣ ਲੜਨ, ਕਿਉਂਕਿ ਉਹਨਾਂ ਨੂੰ ਡਰ ਹੈ ਕਿ ਸਰਕਾਰ ਦੇ ਜ਼ੁਲਮਾਂ ਤੇ ਅਨਿਆਂ ਦੀਆਂ ਕਹਾਣੀਆਂ ਦੂਜੇ ਮੁਲਕਾਂ 'ਚ ਪਹੁੰਚ ਜਾਣਗੀਆਂ। ਤੇ ਇਹ ਉਹਨਾਂ ਨੇ ਇਹ ਅੱਗੇ ਵੀ ਕੁਛ ਲਿਖਿਆ, ਪਰ ਮੈਂ ਇੱਕ ਵਾਰੀ ਤੁਹਾਡੇ ਤੋਂ ਇਹਨਾਂ ਮਾਮਲਿਆਂ ਨੂੰ ਸਮਝ ਲਵਾਂ। ਦਿਲਚਸਪੀ ਇਸ ਕਰਕੇ ਆ, ਇੱਕ ਮੌਕੇ ਤੇ ਅੰਮ੍ਰਿਤਪਾਲ ਸਿੰਘ ਨੇ ਭਾਰਤ ਦੇ ਪਾਸਪੋਰਟ ਦਾ ਵੀ ਜ਼ਿਕਰ ਕੀਤਾ ਸੀ, ਤੁਹਾਨੂੰ ਯਾਦ ਹੋਣਾ, ਜਦੋਂ ਗ੍ਰਹਿ ਮੰਤਰੀ ਵਾਲੇ ਮਾਮਲੇ ਦੂਜੇ ਤੀਜੇ ਆਉਂਦੇ ਸੀ। ਇੱਕ ਵਾਰੀ ਬਿਲਕੁਲ ਹੀ ਇੱਕ ਅਲੱਗ ਧਾਰਾ ਦੇ ਵਿੱਚ ਚੱਲਣ ਵਾਲਾ ਵਿਅਕਤੀ ਜਦੋਂ ਮੁੱਖ ਧਾਰਾ ਦੇ ਵਿੱਚ ਇਲੈਕਸ਼ਨ ਲੜ ਕੇ ਔਰ ਪਾਰਲੀਮੈਂਟ ਦੇ ਵਿੱਚ ਜਾ ਕੇ ਆਵਾਜ਼ ਰੱਖਣਾ ਚਾਹ ਰਿਹਾ, ਇੱਕ ਪਾਸੇ ਤਾਂ ਇਹਦਾ ਖੈਰ ਮਕਦਮ ਕੀਤਾ ਜਾਣਾ ਬਣਦਾ ਹੈ ਕਿ ਤੁਸੀਂ ਹਾਂ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਲੋਕਾਂ ਨੂੰ ਨਾਲ ਲੈ ਕੇ ਕੁਛ ਫੈਸਲਾ ਕੁੰਨ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਵੈਲਕਮ ਹੈ। ਦੂਜੇ ਬੰਨੇ ਜਿਹੜਾ ਇਹ ਸ਼ਿਫਟ ਹੈ,
ਇਹ ਸ਼ਿਫਟ ਹੈ, ਇਹਨੂੰ ਖਿਆਲ ਦੀ ਕਚਿਆਈ ਮੰਨਿਆ ਜਾਊਗਾ, ਇਹਨੂੰ ਪੈਂਤੜੇਬਾਜ਼ੀ ਮੰਨਿਆ ਜਾਊਗਾ, ਇਹਨੂੰ ਅਗਲੇ ਸਮੇਂ ਦੇ ਵਿੱਚ ਫਿਰ ਸਰਕਾਰ ਬਣਾਉਣ ਵਾਲੇ ਪਾਸੇ ਵੀ ਅਸੀਂ ਗਰਮ ਖਿਆਲੀ ਮੁੱਖ ਧਾਰਾ ਦੇ ਵਿੱਚੋਂ ਦੀ ਲੰਘ ਕੇ ਇੱਥੇ ਪੰਜਾਬ ਦੇ ਵਿੱਚ ਫੈਸਲਾ ਕੌਣ ਹੋਈਏ। ਮੈਂ ਕਿੰਨੇ ਕੋਣਾਂ ਤੋਂ ਦੇਖਾਂ ਇਹਨੂੰ ਤੇ ਕਿਵੇਂ ਦੇਖਾਂ। ਸਿੱਖੀ ਖੜਿਓ ਤਿੱਖੀ ਜੀ, ਇਹ ਮੈਂ ਬੜਾ ਸਾਲ ਅੰਮ੍ਰਿਤਸਰ ਜਦੋਂ ਮੈਂ ਰਿਹਾ ਨਾ ਕਵਰ ਕਰਦਾ ਜੀ 79 ਆਨਵਰਡ, ਮੈਂ ਇਹ ਲਗਾਤਾਰ ਹੀ ਸੁਣਦਾ ਰਿਹਾ। ਇਸ ਧਾਰਾ ਤੇ ਤੁਰਨਾ ਬੜਾ ਔਖਾ ਹੁੰਦਾ, ਪਰ ਆਪਾਂ ਇਹਨਾਂ ਦੇ ਇਸ ਫੈਸਲੇ ਨੂੰ ਵੈਲਕਮ ਕਰਦੇ ਹਾਂ ਵੀ ਇਹਨਾਂ ਨੇ ਜਮਹੂਰੀਅਤ ਦੇ ਵਿੱਚ ਆਉਣ ਦਾ ਫੈਸਲਾ ਕੀਤਾ। ਲੇਕਿਨ ਮੈਨੂੰ ਇੱਕ ਥੋੜ੍ਹੀ ਜਿਹੀ ਕਲੈਰੀਫਿਕੇਸ਼ਨ ਹਜੇ ਹੋਈ ਨਹੀਂ ਗੀ। ਪਰਸੋਂ ਰਾਜਦੇਵ ਸਿੰਘ ਹੋਰਾਂ ਨੇ ਆ ਕੇ ਅਨਾਊਂਸਮੈਂਟ ਕਰਤੀ ਸੀ ਕਿ ਉਹ ਇਲੈਕਸ਼ਨ ਲੜਦੇ ਨੇ। ਕੱਲ੍ਹ ਜਦੋਂ ਇਹਨਾਂ ਦੇ ਫਾਦਰ ਮਿਲੇ ਤੇ ਆ ਕੇ ਇਹਨਾਂ ਨੇ ਬਾਹਰ ਕਿਹਾ ਵੀ ਸਾਡੇ ਨਾਲ ਤਾਂ ਗੱਲ ਹੀ ਨਹੀਂ ਕਰਨ ਦਿੱਤੀ ਏਜੰਸੀਆਂ ਨੇ, ਤੇ ਹੁਣ ਸਿਰਫ ਹੁਣ ਕਹਿੰਦੇ ਵੀ ਫੈਸਲਾ ਸੀ, ਹੁਣ ਇਹਨਾਂ ਨੇ ਆਪਣੇ ਆਪ ਫੈਸਲਾ ਲਿਆ ਜਾਂ ਫੈਸਲਾ ਉੱਥੋਂ ਹੋਇਆ। ਸੰਗਤਾਂ ਦਾ ਪ੍ਰੈਸ਼ਰ ਤਾਂ ਪਰਸੋਂ ਵੀ ਸੀਗਾ ਜਦੋਂ ਇਹਨਾਂ ਨੇ ਕਿਹਾ ਸੀ ਵੀ ਅਜੇ ਸਾਡਾ ਇਲੈਕਸ਼ਨ ਲੜਨ ਦਾ ਕੋਈ ਵਿਚਾਰ ਨਹੀਂ, ਇਹਨਾਂ ਦੀ ਮਾਂ ਦੀ ਤੁਹਾਡੇ ਨਾਲ ਗੱਲ ਹੋਈ ਸੀ, ਫਿਰ ਇਹ ਚੇਂਜ ਕਿਵੇਂ ਹੋਈ ਹੈ? ਇਹ ਜਦੋਂ ਖੁਦ ਹੀ ਉਹਨਾਂ ਦੇ ਫਾਦਰ ਕਹਿ ਰਹੇ ਹੈ ਕਿ ਭਾਈ ਸਾਡੀ ਤਾਂ ਗੱਲ ਹੀ ਨਹੀਂ ਹੋ ਸਕੀ, ਤੇ ਫਿਰ ਸਡਨਲੀ ਅੱਜ ਚੇਂਜ ਆਫ ਹਾਰਟ ਕਿਵੇਂ ਹੈ? ਚਲੋ ਹੋ ਗਿਆ ਫੈਸਲਾ, ਵੈਲਕਮ, ਲੇਕਿਨ ਕੁਸਚਨ ਮਾਰਕ ਹੈਗਾ। ਅੱਗੇ ਮੈਂ ਥੋੜ੍ਹੀ ਜਿਹੀ ਗੱਲ ਕਰਦਾ ਜਿਹੜੇ ਸਵਾਲ ਤੁਸੀਂ ਰੇਜ ਕੀਤੇ ਆ। ਜਦੋਂ ਅੰਮ੍ਰਿਤਪਾਲ ਹੋਰੀ ਆਏ ਸੀ, ਇਹਨਾਂ ਨੇ ਦੋ ਤਿੰਨ ਗੱਲਾਂ ਬੜੀਆਂ ਸਪਸ਼ਟ ਕੀਤੀਆਂ ਸੀਗੀਆਂ। ਇੱਕ ਕਹਿੰਦੇ ਵੀ ਸਿੱਖ ਗੁਲਾਮ ਹੈ, ਦੂਸਰਾ ਉਹ ਕਹਿੰਦੇ ਵੀ ਸਾਡਾ ਸੰਵਿਧਾਨ 'ਚ ਕੋਈ ਵਿਸ਼ਵਾਸ ਨਹੀਂ, ਮੈਂ ਤੀਜੀ ਗੱਲ ਕਿਸੇ ਕੋਲ ਅੱਗੇ ਨਹੀਂ ਜਾਂਦਾ। ਤੀਜੀ ਵੈਸੇ ਉਹਨਾਂ ਨੇ ਖਾਲਿਸਤਾਨ ਦੀ ਗੱਲ ਕੀਤੀ ਸੀ। ਤਿੰਨ ਇਸ਼ੂਜ਼ ਜੀ, ਤੁਸੀਂ ਰਿਕਾਰਡ ਇਹਨਾਂ ਚੱਕ ਲਓ ਪੁਰਾਣੀਆਂ ਸਪੀਚਾਂ ਅਤੇ ਤੁਹਾਨੂੰ ਸਾਰੀ ਮਿਲ ਜਾਏਗੀ। ਚਾਰ, ਇਹ ਟੋਟਲ ਇਹਨਾਂ ਦੀ ਕਾਪੀ ਸਨ ਜਰਨੈਲ ਸਿੰਘ ਭਿੰਡ ਵਾਲਿਆਂ ਦੀ ਸੀਗੀ। ਚਾਲ ਢਾਲ ਗੱਲ ਕਰਨ ਦਾ ਤਰੀਕਾ, ਜਿਵੇਂ ਪੂਰੀ ਟ੍ਰੇਨਿੰਗ ਦੇ ਕੇ ਮੈਦਾਨ ਦੇ ਵਿੱਚ ਉਤਾਰਿਆ ਹੁੰਦਾ ਹੈ, ਉਹ ਸੀ। ਉਸ ਤੋਂ ਪਹਿਲਾਂ ਤਾਂ ਇਹਨਾਂ ਦੇ ਸਿਰ 'ਤੇ ਕੇਸ ਵੀ ਹੈ ਨਹੀਂ ਸੀਗੇ ਜਦੋਂ ਇਹ ਡੁਬਈ ਸੀਗੇ, ਉਹ ਵੀ ਵੀਡੀਓ ਸਾਰੀਆਂ ਹੈਗੀ। ਸੋ ਮੇਰਾ ਉਹ ਨਹੀਂ ਹੈ ਕਿ ਪਹਿਲਾਂ ਕੇਸ ਨਹੀਂ ਸੀਗੇ, ਮੇਰਾ ਐਮਫੇਸਿਸ ਸਿਰਫ ਇਹਨਾਂ ਹੈ ਕਿ ਜਿਹੜੀ ਇਹਨਾਂ ਨੇ ਆ ਕੇ ਇੱਕ ਪੋਜੀਸ਼ਨ ਲਈ ਸੀਗੀ, ਸਿਧਾਂਤਕ ਪੋਜੀਸ਼ਨ ਲਈ ਸੀਗੀ, ਉਹ ਹੁਣ ਕਿੱਥੇ ਖੜੇ ਆ ਸਾਰੀ ਗੱਲ 'ਤੇ ਆ ਕੇ? ਕਿਉਂਕਿ ਜਦੋਂ ਤੁਸੀਂ ਇਲੈਕਸ਼ਨ ਲੜਦੇ ਹੈ ਫਿਰ ਤੁਹਾਨੂੰ ਸੰਵਿਧਾਨ ਦੀ ਸਹੁੰ ਚੱਕਣੀ ਪੈਂਦੀ। ਪਹਿਲਾਂ ਜਦੋਂ ਤੁਸੀਂ ਨੋਮੀਨੇਸ਼ਨ ਪੇਪਰ ਫਾਈਲ ਕਰਦੇ ਆ ਨਾ, ਫਿਰ ਤੁਸੀਂ ਸਹੁੰ ਚੱਕਣੀ ਪੈਂਦੀ ਹੈ। ਹੁਣ ਇਹਨਾਂ ਨੂੰ ਨੋਮੀਨੇਸ਼ਨ ਪੇਪਰ ਫਾਈਲ ਕਰਨ ਵਾਸਤੇ ਜੇਲ੍ਹ ਦੇ ਵਿੱਚ ਇਸ ਹੀ ਸੰਵਿਧਾਨ ਦੀ ਉਹਨਾਂ ਸਹੁੰ ਚੱਕਣੀ ਪਏਗੀ ਜਿਹਦੇ 'ਚ ਇਹ ਕਹਿੰਦੇ ਸਾਡਾ ਵਿਸ਼ਵਾਸ ਨਹੀਂ ਹੈ। ਸੋ ਕੁਛ ਗੱਲਾਂ ਸਪਸ਼ਟ ਹੋਣੀਆਂ ਚਾਹੀਦੀਆਂ। ਚਲੋ ਚੰਗੀ ਗੱਲ ਹੈ ਬਈ ਇਹ ਇਸ਼ੂ ਬਣਾਉਣ ਲੱਗੇ ਹੈ, ਲੇਕਿਨ ਇਹ ਮੈਂ ਇਹ ਦੋ ਤਿੰਨ ਇਸ਼ੂ ਸਿਧਾਂਤਕ ਪੱਧਰ ਤੇ ਇਹਨਾਂ ਦੇ ਰੇਜ਼ ਕੀਤੇ ਹੈ। ਹੁਣ ਅੱਗੇ ਤੁਸੀਂ ਇੱਕ ਸਵਾਲ ਜਿਹੜਾ ਤੁਸੀਂ ਗੱਲ ਕੀਤੀ ਉਹ 'ਚ ਮੈਂ ਜ਼ਰੂਰ, ਕਿਉਂਕਿ ਇੱਕ ਸਵਾਲ ਇਹ ਆ ਸਕਦਾ ਤੇ ਆਉਣਾ ਵੀ ਬਣਦਾ ਹੈ, ਜਿੱਦਾਂ ਤੁਸੀਂ ਕਿਹਾ ਕਿ ਇਹਨਾਂ ਨੂੰ ਟ੍ਰੇਨਿੰਗ ਦੇ ਕੇ ਭੇਜਿਆ ਗਿਆ ਹੁੰਦਾ, ਮਤਲਬ ਕਈ ਵਾਰੀ ਬੰਦਾ ਆਪ ਵੀ ਉਸ ਤਰ੍ਹਾਂ ਦੇ ਯਤਨ ਕਰਕੇ ਜਾਂ ਕਿਸੇ ਨੂੰ ਇੰਨਾ ਐਡਮਾਇਰ ਕਰਦਾ ਹੈ ਤੇ ਜੇ ਕੁਦਰਤੀ ਤੌਰ ਤੇ ਉਹਦਾ ਕੱਦ ਕਾਠ ਉੱਚਾ ਹੋਵੇ ਤੇ ਉਹ ਉਂਜ ਦੇ ਪਹਿਰਾਵੇ ਨੂੰ ਅਪਣਾ ਲਏ ਜਾਂ ਉਹ ਉਸ ਤਰ੍ਹਾਂ ਦੇ ਵਿਚਾਰ ਦਾ ਹੋ ਜਾਏ, ਢੇਰ ਸਾਰੀਆਂ ਸਪੀਚ ਸੁਣ ਕੇ ਕਿਤਾਬਾਂ, ਮਤਲਬ ਕਿਸੇ ਵੇਲੇ ਟ੍ਰੇਨਿੰਗ ਦਿੱਤੀ ਵਾਲਾ ਸ਼ਬਦ ਜਿਹੜਾ ਤੁਹਾਡਾ, ਜੇ ਇਹਨੂੰ ਇਵੇਂ ਮੰਨ ਲਈਏ ਕਿ ਬੰਦੇ ਨੇ ਆਪਣਾ ਆਪ ਪਰਿਵਰਤਿਤ ਆਪ ਕੀਤਾ ਹੋਵੇ ਬਜਾਏ ਦੇ ਕਿ ਉਹਨੂੰ ਕਿਸੇ ਨੇ ਟ੍ਰੇਨਿੰਗ ਦਿੱਤੀ, ਇਹ ਖਿਆਲ ਕਿੱਦਾਂ ਰਹੂਗਾ? ਨਹੀਂ, ਬੜੇ ਇੰਟੈਂਸਿਵ ਐਕਸਰਸਾਈਜ਼ ਹੈ, ਜੇ ਖੁਦ ਵੀ ਟ੍ਰੇਨਿੰਗ ਕੀਤੀ ਹੋਵੇ ਨਾ। ਉਹ ਜਿਹੜੀ ਵੀਡੀਓ ਇਹਨਾਂ ਦੀ ਪਹਿਲਾਂ ਘੁੰਮ ਰਹੀ ਸੀਗੀ ਉਹ ਬਹੁਤੀ ਪੁਰਾਣੀ ਨਹੀਂ ਸੀਗੀ, ਮੈਂ ਤਾਂ ਕਹਿ ਰਿਹਾ, ਤੇ ਜਿਵੇਂ ਬਹੁਤ ਇੰਟੈਂਸ ਮਤਲਬ ਕਿ ਪ੍ਰੈਕਟਿਸ ਕੀਤੀ ਹੁੰਦੀ ਹੈ, ਮੈਂ ਚਲੋ ਮੰਨ ਲੈਂਦਾ ਵੀ ਨਹੀਂ ਕਿਸੇ ਨੇ ਟ੍ਰੇਨਿੰਗ ਦਿੱਤੀ, ਆਪਣੀ ਹੀ ਇਹਨਾਂ ਦੀ ਇੰਸਪੀਰੇਸ਼ਨ ਸੀ, ਇੰਸਪਾਇਰ ਹੋ ਕੇ ਇਹਨਾਂ ਨੇ ਸਨ ਜਰਨੈਲ ਸਿੰਘ ਨੂੰ ਕਾਪੀ ਕੀਤਾ, ਲੇਕਿਨ ਬੜੀ ਹੀ ਮਿਹਨਤ ਕੀਤੀ ਬਈ, ਗਲਤ ਇਹ ਹੈ। ਮੈਂ
ਜੇ ਆਪਾਂ ਸਟੇਜ ਐਕਟਰ ਦੀ ਗੱਲ ਕਰੀਏ ਤੇ ਉਹਨਾਂ ਨੂੰ ਬੜੀਆਂ ਰਿਹਰਸਲ ਕਰਾਈਆਂ ਜਾਂਦੀਆਂ ਕਈ ਵਾਰੀ ਤਾਂ ਉਹ ਜਾ ਕੇ ਪਰਫੈਕਟ ਹੁੰਦੇ ਆ। ਇਹ ਟੋਟਲ ਪਰਫੈਕਸ਼ਨ ਸੀ ਇਹਨਾਂ ਦੀ ਆਲਮੋਸਟ, ਜਿਹਨੂੰ ਮੈਂ 90% ਪਰਫੈਕਸ਼ਨ ਕਹਿੰਦਾ ਮੈਂ। ਨਹੀਂ ਨਹੀਂ ਬਾਈ ਬਰਥ ਤਾਂ ਨਹੀਂ, ਕਿਸੇ ਵੇਲੇ ਬੰਦਾ ਜਮਾਂਦਰੂ ਤੌਰ ਤੇ ਉਸ ਤਰ੍ਹਾਂ ਦਾ ਹੋ ਜਾਂਦਾ, ਇੰਜ ਤਾਂ ਨਹੀਂ ਕਿਤੇ। ਨਹੀਂ ਮੈਂ ਮੈਂ ਪਹਿਲਾਂ ਵੀਡੀਓ ਦੇਖੀ ਹੋਈ ਹੈ ਨਾ, ਮੈਂ ਤਾਂ ਗੱਲ ਤੁਸੀਂ ਵੀ ਦੇਖੀ ਹੋਣੀ, ਮੈਂ ਵੀ ਦੇਖੀ ਹੋਈ ਪਹਿਲਾਂ, ਮੈਂ ਤਾਂ ਗੱਲ ਕਰ ਰਿਹਾ। ਦੋਵਾਂ 'ਚ ਫਰਕ ਹੈਗਾ, ਜਮੀਨ ਅਸਮਾਨ ਦਾ ਫਰਕ ਹੈਗਾ, ਠੀਕ ਹੈ, ਤਾਂ ਮੈਂ ਗੱਲ ਕੀਤੀ ਹੈਗੀ ਹੈ। ਸੋ ਚਲੋ ਟ੍ਰੇਨਿੰਗ ਦਿੱਤੀ ਕਿਸੇ ਨੇ ਦਿੱਤੀ ਨਹੀਂ, ਟ੍ਰੇਨਿੰਗ ਕੋਈ ਆਪਣੇ ਪੰਥਕ ਸਟ੍ਰੀਮ 'ਚੋਂ ਜਿਹੜੇ ਜਰਨੈਲ ਸਿੰਘ ਦੇ ਸਾਥੀ ਸੀ ਉਹ ਵੀ ਦੇ ਸਕਦੇ ਹੈ ਨਾ। ਤੁਸੀਂ ਪਤਾ ਨਹੀਂ ਕਿਸ ਪਾਸੇ ਲੈ ਗਏ ਮੇਰੀ ਗੱਲ ਨੂੰ, ਮੈਂ ਤਾਂ ਕੋਈ ਹਿੰਟ ਕੀਤਾ ਹੀ ਨਹੀਂ ਵੀ ਟ੍ਰੇਨਿੰਗ ਕਿਹਨੇ ਦਿੱਤੀ ਹੈ। ਮੈਂ ਤਾਂ ਰੰਧਾਵਾ ਜੀ ਸਿੱਧਾ ਹੀ ਕਹਿ ਰਿਹਾ ਵੀ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ, ਟ੍ਰੇਨਿੰਗ ਉਸ ਪਾਸੇ ਵੀ ਦਿੱਤੀ ਹੋ ਸਕਦੀ ਹੈ ਨਾ, ਜਿਹੜੇ ਸਨ ਜਰਨੈਲ ਸਿੰਘ ਦੇ ਸਾਥੀ ਉਹਨਾਂ ਦੇ ਵਿੱਚੋਂ ਪੁਰਾਣੇ, ਉਹਨਾਂ 'ਚੋਂ ਕੋਈ ਦੇ ਸਕਦਾ ਟ੍ਰੇਨਿੰਗ ਦੇ, ਅਸੀਂ ਉਸ ਤੋਂ ਕੋਈ ਗੱਲ ਹੀ ਨਹੀਂ ਗੀ। ਹਾਂਜੀ ਠੀਕ ਹੈ ਜੀ, ਅਤੇ ਟ੍ਰੇਨਿੰਗ ਪਲੱਸ ਸਿਧਾਂਤਕ ਪੁਜੀਸ਼ਨ, ਹੁਣ ਉਸ ਸਿਧਾਂਤ ਤੋਂ ਇਹ ਪਿੱਛੇ ਹਟ ਗਏ। ਗੱਲ ਆ ਗਈ ਹੁਣ ਅੱਗੇ ਜਿਹੜੇ ਇਸ਼ੂ ਬੰਦੇ ਸਿੰਘਾਂ ਦੀ ਰਿਹਾਈ, ਮੋਰਚਾ ਵੀ ਲੱਗਿਆ ਹੋਇਆ, ਇੱਕ ਮੋਹਾਲੀ ਲੱਗਿਆ ਹੋਇਆ ਜਿਹਦੇ 'ਚ ਮਤਲਬ ਨਾਂ ਦਾ ਹੀ ਮੋਰਚਾ, ਜਿੱਥੇ ਹੁਣ ਜਾਂਦਾ ਕੋਈ ਨਹੀਂ, ਰਾਤ ਨੂੰ ਚੱਕ ਲੈਣਾ ਚਾਹੀਦਾ ਲੋਕਾਂ ਵਾਸਤੇ, ਮਤਲਬ ਬਿਨਾਂ ਮਤਲਬ ਤੋਂ ਉਹ ਸਮੱਸਿਆ ਖੜੀ ਕੀਤੀ ਵੀ ਹੈ, ਉਹਦੇ ਕੋਈ ਪਾਰਟੀਸਪੇਸ਼ਨ ਨਹੀਂ। ਜਿਹੜੀ ਪਾਰਟੀ ਅਕਾਲੀ ਦਲ ਇਹਨਾਂ ਦਾ ਮਸਲਾ ਲੈ ਕੇ ਤੁਰੀ ਸੀਗੀ ਬੰਦੀ ਸਿੰਘਾਂ ਦਾ, ਉਹਨਾਂ ਨੇ ਸੰਗਰੂਰ ਬਾਈ ਇਲੈਕਸ਼ਨ ਦੇ ਵਿੱਚ ਬੀਬੀ ਕਮਲਦੀਪ ਕੌਰ ਨੂੰ ਇਸੇ ਕਰਕੇ ਖੜਾ ਕੀਤਾ ਸੀਗਾ ਕਿ ਬੰਦੀ ਸਿੰਘਾਂ ਦੇ ਰਿਹਾਈ ਦਾ ਮਸਲਾ ਅੱਗੇ ਤੋਰਿਆ ਜਾ ਸਕੇ, ਲੋਕਾਂ ਨੇ ਵੋਟ ਨਹੀਂ ਸੀ ਪਾਈ। ਚਲੋ ਇੱਥੇ ਆਪਾਂ ਐਕਸਪੈਕਟ ਕਰਦੇ ਹਾਂ ਕਿ ਜਿਹੜਾ ਖਡੂਰ ਸਾਹਿਬ ਦਾ ਏਰੀਆ ਹੈ ਪੰਥਕ ਗਿਣਿਆ ਜਾਂਦਾ, ਜਦਕਿ ਹੁਣ ਇਹ ਤਿੰਨੇ ਹੀ ਹਿੱਸਿਆਂ 'ਚ ਫੈਲਿਆ ਹੋਇਆ, ਗੈਰ ਪੰਥਕ ਹਿੱਸੇ ਵੀ ਇਹਦੇ 'ਚ ਹੁਣ ਸ਼ਾਮਿਲ ਹੈਗੇ। ਇਹ ਮਾਝਾ, ਦੁਆਬਾ, ਮਾਲਵਾ ਇਹ ਇੱਕੋ ਹੀ ਹਲਕਾ ਹੈ ਜਿਹੜਾ ਤਿੰਨਾਂ ਜਿਹੜੇ ਜ਼ੋਨਸ ਹੈਗੇ ਪੰਜਾਬ ਦੇ ਉਹਨਾਂ ਨੂੰ ਉਹਨਾਂ ਦੀ ਨੁਮਾਇੰਦਗੀ ਕਰਦਾ ਹੈ। ਬਿਲਕੁਲ, ਸੋ ਹਾਂਜੀ, ਸੋ ਪੰਥਕ ਖਾਸਾ ਜਿਹੜਾ ਬਿਆਸ ਤੋਂ ਪਰਲੇ ਪਾਸੇ ਦਾ ਉਹ ਮੰਨਿਆ ਜਾਂਦਾ, ਉਰਲੇ ਪਾਸੇ ਦਾ ਨਹੀਂ ਮੰਨਿਆ ਜਾਂਦਾ ਇਹਦਾ ਬਹੁਤਾ। ਸੋ ਚਲੋ ਚੰਗੀ ਗੱਲ ਹੈ ਕਿ ਇਹ ਇਸ਼ੂ ਫੋਕਸ ਹੁੰਦੇ ਹੈ, ਅਤੇ ਜਿਹੜੇ ਲੋਕ ਇੱਕ ਤਹੀਆ ਕਰਕੇ ਤੁਰੇ ਹੋਣ ਇੱਕ ਨਿਸ਼ਾਨੇ 'ਤੇ, ਜੇ ਉਹਨਾਂ ਨੇ ਰਣਨੀਤਿਕ ਆਪਣੀ ਪੈਂਟੜਾ ਬਦਲਿਆ ਜੀ, ਇਹ ਉਹਨਾਂ ਦਾ ਰਾਈਟ ਹੈ ਬਦਲਣ ਦਾ, ਪਰ ਉਹਦੀ ਫਿਰ ਵਿਆਖਿਆ ਹੋਣੀ ਵੀ ਚਾਹੀਦੀ ਹੈ ਨਾ। ਦੋਵੇਂ ਗੱਲਾਂ ਇਹ ਤੁਸੀਂ ਐਕਸਪਲੇਨ ਕਰੋ ਵੀ ਇਹ ਜਿਹੜੀ ਸ਼ਿਫਟ ਆਈ ਹੈ ਇਹਦੇ ਪਿੱਛੇ ਕੀ ਹੈ। ਇਸ ਪ੍ਰੈਸ ਨੋਟ ਦੇ ਵਿੱਚ ਜੋ ਕੁਛ ਗੱਲਾਂ ਕੀਤੀਆਂ ਗਈਆਂ ਇਹ ਆਮ ਗੱਲਾਂ ਹੈ, ਕੋਈ ਇਹਦੇ 'ਚ ਕੋਈ ਖਾਸ ਗੱਲ ਨਹੀਂ ਹੈ ਵੀ ਆਹ ਇਹਨੇ ਇਸ਼ੂ 'ਤੇ ਫੋਕਸ ਕਰਾਂਗੇ ਜੀ। ਇਹ ਮੈਂ ਕੋਈ ਪਹਿਲੀ ਵਾਰ ਨਹੀਂ ਸੁਣ ਰਿਹਾ, ਇਹ ਬੜੀ ਵਾਰੀ ਸੁਣਿਆ, ਬੜੇ ਵਰਤ ਰੱਖੇ ਗਏ, ਸਭ ਕੁਛ ਹੁੰਦਾ। ਮੈਂ ਸਿਨਿਕ ਨਹੀਂ ਇਸ ਗੱਲ 'ਤੇ ਆ ਕੇ, ਮੈਂ ਗੱਲ ਕਲੀਅਰ ਕਰਦਿਆਂ, ਲੇਕਿਨ ਜਿਸ ਢੰਗ ਨਾਲ ਇਹ ਨੈਰੇਟਿਵ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਤੇ ਕੁਸਚਨ ਮਾਰਕ। ਮੈਂ ਆਉਂਦਾ ਫਿਰ ਤੁਹਾਡੇ ਵੱਲ, ਅਸੀਂ ਇਹਨੂੰ ਇੱਕ ਹੋਰ ਕੋਣ ਤੋਂ ਦੇਖਦੇ ਹਾਂ। ਮੈਂ ਸਿੱਧਾ ਹਮੀਰ ਸਿੰਘ ਜੀ ਇੱਕ ਵਾਰੀ ਫਿਰ ਪ੍ਰੈਸ ਨੋਟ ਤੇ ਜਾਵਾਂ, ਮੈਨੂੰ ਲੱਗਦਾ ਕਿ ਜ਼ਰੂਰੀ ਹੈ। ਉਹਦੇ ਵਿੱਚ ਉਹਨਾਂ ਦੀ ਮਾਤਾ ਜੀ ਕਹਿੰਦੇ ਨੇ ਕਿ ਠੀਕ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਚੋਣ ਲੜਨ ਦੇ ਹੱਕ ਵਿੱਚ ਨਹੀਂ ਸੀ, ਅਤੇ ਉਹ ਇਹ ਮਹਿਸੂਸ ਕਰਦੇ ਹਨ ਕਿ ਇਹ ਸਾਡੀ ਕੌਮ ਦਾ ਕੋਈ ਪੱਕਾ ਤੇ ਸਦੀਵੀ ਹੱਲ ਨਹੀਂ। ਜਿਹੜੀ ਗੱਲ ਸਰਦਾਰ ਜਗਤਾਰ ਸਿੰਘ ਹੋਰੀ ਕਹਿ ਰਹੇ, ਸ਼ਿਫਟ ਹੈ ਪਰ ਕਿਵੇਂ ਸ਼ਿਫਟ ਹੈ। ਫਿਰ ਉਹ ਅੱਗੇ ਕਹਿੰਦੇ ਕਿ ਪਰ ਹੁਣ ਹਾਲਾਤ ਇਹ ਮੰਗ ਕਰ ਰਹੇ ਹਨ ਕਿ ਫਿਲਹਾਲ ਸਾਨੂੰ ਆਪਣੀ ਰਣਨੀਤੀ ਵਿੱਚ ਤਬਦੀਲੀ ਕਰਨ ਦੀ ਲੋੜ ਹੈ ਅਤੇ ਇਸ ਰਸਤੇ ਨੂੰ ਹਾਲ ਦੀ ਘੜੀ ਜ਼ਰੂਰ ਅਪਣਾ ਲਿਆ ਜਾਵੇ। ਇਸ ਕਾਰਜ ਲਈ ਭਾਈ ਸਾਹਿਬ ਦੇ ਚੋਣ ਲੜਨ ਦੀ ਖਬਰ ਆਉਣ ਉਪਰੰਤ ਸੰਗਤਾਂ ਵਿੱਚ ਹੋਰ ਵੀ ਭਾਰੀ ਉਤਸ਼ਾਹ, ਜੋਸ਼ ਅਤੇ ਸਰਗਰਮ ਮੰਗ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਸ਼੍ਰੀ ਖਡੂਰ ਸਾਹਿਬ ਤੋਂ ਚੋਣ ਲੜਨ। ਇਹ ਉਦੇਸ਼ ਭਾਈ ਸਾਹਿਬ ਦੀ ਇਲੈਕਸ਼ਨ ਕੰਪੇਨ ਦਾ ਆਗਾਜ਼ ਕਲਗੀਧਰ ਪਾਤਸ਼ਾਹ ਦੇ ਆਸ਼ੀਰਵਾਦ ਤੇ ਸੰਗਤਾਂ ਦੇ ਸਹਿਯੋਗ ਨਾਲ ਕਰਨ ਲਈ ਸੰਗਤਾਂ ਦਾ ਇਕੱਠ ਸੱਦ ਕੇ ਕੀਤਾ ਜਾਵੇਗਾ। ਸਾਨੂੰ ਯਕੀਨ ਹੈ
ਕਿ ਉਹ ਮੌਜੂਦਾ ਹਾਲਤਾਂ ਦੀ ਰੋਸ਼ਨੀ ਵਿੱਚ ਸੰਗਤਾਂ ਦੇ ਫੈਸਲੇ ਨੂੰ ਸਵੀਕਾਰ ਕਰਨਗੇ। ਮਾਤਾ ਜੀ ਨੇ ਕਿਹਾ ਕਿ ਅਸੀਂ ਜਿਸ ਥਾਂ ਤੇ ਖੜੇ ਹਾਂ ਇਹ ਰਾਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਜਾਂਦਾ ਹੈ, ਜਿੱਥੇ ਛੇਵੇਂ ਪਾਤਸ਼ਾਹ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਧਰਮ ਤੇ ਰਾਜਨੀਤੀ ਦਾ ਪਵਿੱਤਰ ਸੁਮੇਲ ਕੀਤਾ ਸੀ। ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਰਿਹਾਈ ਨਾਲ ਖਾਲਸਾ ਵਹੀਰ ਵੱਲੋਂ ਸ਼ੁਰੂ ਕੀਤੀ ਗਈ ਧਰਮ ਪ੍ਰਚਾਰ ਦੀ ਲਹਿਰ ਨੂੰ ਇੱਕ ਵੱਡੀ ਤਾਕਤ ਤੇ ਬਲ ਮਿਲੇਗਾ, ਕਿਉਂਕਿ ਭਾਈ ਸਾਹਿਬ ਖੁਦ ਇਹ ਮਹਿਸੂਸ ਕਰਦੇ ਹਨ ਕਿ ਅੰਮ੍ਰਿਤ ਛਕਣ ਦੀ ਲਹਿਰ ਸਿੱਖਾਂ ਨੂੰ ਆਪਣੇ ਕੌਮੀ ਨਿਸ਼ਾਨੇ ਪ੍ਰਤੀ ਜਾਗਰੂਕ ਕਰਦੀ ਹੈ। ਸੋ ਇਸ ਤਰ੍ਹਾਂ ਭਵਿੱਖ ਵਿੱਚ ਮੌਜੂਦਾ ਸਮੇਂ ਦੌਰਾਨ ਭਾਈ ਸਾਹਿਬ ਦੀ ਖਾਲਸਾ ਵਹੀਰ ਧਰਮ ਤੇ ਰਾਜਨੀਤੀ ਦਾ ਸੁਮੇਲ ਸੰਗਤਾਂ ਨੂੰ ਦਿਸੇਗਾ। ਮਾਤਾ ਬਲਵਿੰਦਰ ਕੌਰ, ਇਹ ਸਾਹਮੀਰ ਸਿੰਘ ਜੀ ਸ਼ਿਫਟ ਦੀ ਜਿਹੜੀ ਸਰਦਾਰ ਜਗਤਾਰ ਸਿੰਘ ਹੋਰਾਂ ਗੱਲ ਕੀਤੀ ਆ ਕਿ ਫਿਲਹਾਲ ਇਹ ਰਸਤਾ ਅਪਣਾਇਆ ਗਿਆ, ਲੇਕਿਨ ਫਿਲਹਾਲ ਤੋਂ ਅਗਲਾ ਸ਼ਬਦ ਵੀ ਅਲਟੀਮੇਟ ਰਸਤਾ ਕੀ ਆ, ਇਹਦੇ ਬਾਰੇ ਕੁਛ ਖਾਸ ਰਾਹ ਰੂਹ ਨਹੀਂ ਦੱਸਿਆ ਗਿਆ। ਹੁਣ ਇਹ ਸਵਾਲ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਹੈ ਕਿ ਇਸ ਸ਼ਿਫਟ ਨਾਲ ਜਿਹੜਾ ਵੈਕਿਊਮ ਮੰਨਿਆ ਜਾਂਦਾ ਸਿੱਖ ਪੋਲੀਟਿਕਸ ਵਿੱਚ, ਇਹ ਵੈਸੇ ਗੱਲ ਚੱਲ ਰਹੀ ਸੀ ਅਕਾਲੀ ਦਲ ਮਦਦ ਕਰ ਦੂਗਾ ਨਹੀਂ ਕਰ ਦੂਗਾ, ਸਭ ਤੋਂ ਵੱਡਾ ਨੁਕਸਾਨ ਅਕਾਲੀ ਦਲ ਨੂੰ ਹੀ ਹੋਊਗਾ, ਇਹ ਪੰਥਕ ਸੋਚ ਤੇ ਅਪਰੋਚ ਦਾ ਸਵਾਲ ਹੈ। ਇਹ ਪੰਥਕ ਜਿਹੜਾ ਖੜਾ ਹੈ ਲੀਡਰਸ਼ਿਪ ਦਾ, ਉਹਨੂੰ ਭਰਨ ਦਾ ਉਪਰਾਲਾ ਵੀ ਵੇਖਿਆ ਜਾਂਦਾ, ਇਹ ਕਿਸੇ ਹੋਰ ਦੀ ਥਾਂ ਖਾਣ ਵਾਲੀ ਸਥਿਤੀ ਵੀ ਹੈ। ਸੋ ਸਮੁੱਚਤਾ ਦੇ ਵਿੱਚ ਮੈਨੂੰ ਲੱਗਦਾ ਕਿ ਕਾਫੀ ਟੇਢਾ ਮਾਮਲਾ ਹੋ ਗਿਆ ਪਾਰਟੀਆਂ ਲਈ। ਪਹਿਲਾਂ ਮੈਂ ਜਿਹੜਾ ਇਹ ਸ਼ਿਫਟ ਹੈ ਸਿਧਾਂਤਕ, ਇਹਦੇ ਬਾਰੇ ਸਭ ਤੋਂ ਪਹਿਲਾਂ ਤਾਂ ਸਿਧਾਂਤਕ ਸ਼ਿਫਟ ਔਰ ਤਰੀਕਾਕਾਰ ਢੰਗ ਤਰੀਕਾ ਜਿਹੜਾ ਅਪਣਾਇਆ ਜਾਂਦਾ ਹੈ ਤੇ ਉਹ ਵੀ ਤੇ ਉਹਦੇ ਬਾਅਦ ਸਿਧਾਂਤ ਤੇ ਅੱਗੇ ਪ੍ਰੈਕਟਿਸ ਆਏਗੀ। ਸਭ ਤੋਂ ਪਹਿਲੀ ਗੱਲ, ਇਹ ਐਲੀਗੇਸ਼ਨ ਲੱਗਦਾ ਪੰਥਕ ਸਫਾ ਵੱਲੋਂ ਕਿ ਬਾਦਲ ਪਰਿਵਾਰ ਨੇ ਕਬਜ਼ਾ ਕਰ ਲਿਆ ਸੰਸਥਾਵਾਂ ਦੇ ਉੱਤੇ, ਅਕਾਲੀ ਦਲ ਤੋਂ ਬਾਦਲ ਪਰਿਵਾਰ ਤੋਂ ਮੁਕਤ ਕਰਾ ਦਿਓ ਤੇ ਪੰਥ ਇਹੋ ਜਿਹੇ ਨਾਰਮਲ ਕਹਿੰਦੇ ਰਹੇ ਨੇ ਸਾਰੇ ਜਿਹੜੇ ਬਾਦਲ ਵਿਰੋਧੀ ਜਾਂ ਜਿਹੜੇ ਬਾਕੀ ਦੀਆਂ ਚੀਜ਼ਾਂ ਨੇ। ਹੁਣ ਅੰਮ੍ਰਿਤਪਾਲ ਉਹਨਾਂ ਦੇ ਸਾਰੇ ਫੈਸਲੇ ਪਰਿਵਾਰ ਕਿਉਂ ਦੱਸਦਾ, ਜਾ ਕੇ ਉਹਨਾਂ ਦੀ ਜਿੱਡੀ ਵੀ ਜਥੇਬੰਦੀ ਹੈ, ਛੋਟੀ ਹੋਵੇ ਬੜੀ ਹੋਵੇ, ਕੋਈ ਗੱਲ ਹੋਵੇ ਉਹਦਾ ਕੋਈ ਸਿਸਟਮ ਬਣਨਾ ਚਾਹੀਦਾ, ਕੋਈ ਸਿਸਟਮ ਉਹ ਕਿਉਂ ਓਪਰੇਟ ਨਹੀਂ ਕਰਦੀ ਮਤਲਬ ਆਰਗੇਨਾਈਜੇਸ਼ਨ 'ਚ, ਤਾਂ ਫਿਰ ਇਹ ਉਹਦੇ ਨਾਲੋਂ ਵੱਖਰਾ ਕਿਵੇਂ ਹੋਏਗੀ ਚੀਜ਼ ਦੋਨਾਂ ਨਾਲੋਂ, ਕਿ ਆਹੀ ਚੀਜ਼ ਹੋਏਗੀ ਤੇ ਆਹੀ ਚੀਜ਼ ਹੋਏਗੀ। ਗੱਲ ਕਹਿੰਦੇ ਨੇ ਸਟਾਰਟਿੰਗ ਪੁਆਇੰਟ ਦੀ ਆ, ਪਹਿਲਾ ਕਦਮ ਜਦੋਂ ਦੌੜ ਦੌੜਨ ਦੀ ਹੁੰਦੀ ਹੈ ਨਾ, ਤੁਸੀਂ ਕਿੱਧਰ ਰੁੜ ਜਾਂਦੇ ਹੋ, ਪਰਿਵਾਰ ਕਿੰਨਾ ਇਨਵੋਲਵ ਹੋਣਾ ਚਾਹੀਦਾ ਕਿੰਨਾ ਨਹੀਂ ਉਸ ਸਿਆਸਤ ਦੇ ਵਿੱਚ, ਤਾਂ ਮੈਨੂੰ ਲੱਗਦਾ ਕਿ ਇਹ ਜਿਹੜਾ ਇੱਕ ਤਰੀਕਾਕਾਰ ਹੈ ਇਹਦੇ 'ਚ ਕੋਈ ਫਰਕ ਨਹੀਂ ਹੈ। ਹਾਲਾਂਕਿ ਉਹ ਪਰਿਵਾਰ ਤਾਂ ਬਹੁਤ ਲੰਬੇ ਸਮੇਂ ਬਾਅਦ ਇਨਵੋਲਵ ਹੋਇਆ ਵਿੱਚ ਆ ਕੇ ਹੋਇਆ ਹੋਣਾ, ਜਦੋਂ ਇਹ NSA ਉਹਨਾਂ ਤੇ ਵੀ ਲੱਗੇ, ਬਹੁਤ ਲੋਕਾਂ ਤੇ ਲੱਗੇ ਨੇ NSA, ਪਹਿਲੇ ਦਿਨ ਹੀ ਕਰਪਟ ਨਹੀਂ ਹੋਗੇ, ਪਹਿਲੇ ਦਿਨ ਹੀ ਕੁਝ ਨਹੀਂ ਹੋ ਗਿਆ। ਅਕਾਲੀ ਦਲ ਦਾ ਇੱਕ ਪੀਸਫੁਲ ਅੰਦੋਲਨ ਦੇ ਦੌਰਾਨ ਵੀ ਲੋਕ ਬਹੁਤ ਲੰਬੀਆਂ ਜੇਲ੍ਹਾਂ 'ਚ ਰਹੇ ਨੇ, ਐਸੀ ਕੋਈ ਗੱਲ ਨਹੀਂ ਹੈ ਕੋਈ ਕਿ NSA ਪਹਿਲੀ ਕੋਈ ਗੱਲ ਹੈ, ਪਹਿਲੀ ਵਾਰ ਲੱਗਿਆ ਹੋਵੇ ਪੰਥਕ ਸਫਾ ਦੇ ਵਿੱਚ ਸਿੱਖਾਂ ਤੇ ਜਾਂ ਘੱਟ ਗਿਣਤੀਆਂ ਤੇ ਜਾਂ ਬਾਕੀ ਦੀਆਂ ਗੱਲਾਂ ਤੇ। ਮੈਨੂੰ ਇਹ ਲੱਗਦਾ ਕਿ ਇਹ ਕਲੈਰਿਟੀ ਕਿਉਂ ਨਹੀਂ, ਵਾਰਸ ਪੰਜਾਬ ਦੀ ਜਥੇਬੰਦੀ ਦੇ ਕੋਈ ਨੁਮਾਇੰਦੇ ਇੱਥੇ ਹੋਣਗੇ, ਕੁਛ ਨਾ ਕੁਛ ਹੋਣਗੇ, ਕੋਈ ਉਹਨਾਂ ਦੀ ਮੀਟਿੰਗ ਹੋਈ ਹੈ, ਉਹ ਜਥੇਬੰਦੀ ਨੇ ਫੈਸਲਾ ਲਿਆ। ਜੇ ਉਹ ਜਥੇਬੰਦੀ ਫੈਸਲਾ ਲੈਂਦੀ ਹੈ ਫਿਰ ਉਹ 13 ਸੀਟਾਂ ਕਿਉਂ ਲੜਨ ਲਈ ਫੈਸਲਾ ਨਹੀਂ ਲੈਂਦੀ, ਇੰਡੀਵਿਜੁਅਲ ਇਕੱਲੇ ਅੰਮ੍ਰਿਤਪਾਲ ਸਿੰਘ ਕਿਉਂ ਲੜਨ ਦੇ ਫੈਸਲਾ ਲੈਂਦੇ ਨੇ, ਇਦੋਂ ਤਾਂ ਫੈਸਲਾ 89 ਵਾਲਾ ਠੀਕ ਸੀ, ਫਿਰ ਸਾਰੀਆਂ ਸੀਟਾਂ ਤੇ ਲੜੋ। ਇੱਕ ਤਾਂ ਇਹ ਹੈ, ਇੱਕ ਤਰੀਕੇ ਦੀ ਵੀ ਗੱਲ ਹੈ ਨਾ, ਇੰਡੀਵਿਜੁਅਲ ਕਿਉਂ, ਫਿਰ ਜਿਹੜੇ 7-8 ਬੰਦੇ ਅੰਮ੍ਰਿਤਪਾਲ ਉਹਨਾਂ ਦੇ ਨਾਲ ਨੇ ਉੱਥੇ, ਉਹਨਾਂ ਨੂੰ ਵੀ ਖੜਾ ਦਿਓ ਸਾਰੀਆਂ ਸੀਟਾਂ ਤੋਂ। ਤੇ ਇੱਕ ਤਾਂ ਉਹ ਗੱਲ ਦਾ ਵੀ ਜਵਾਬ, ਜਦੋਂ ਤੁਸੀਂ ਡੈਮੋਕ੍ਰੈਟਿਕ ਪੋਲਿਟਿਕਸ ਚਾਹੁੰਦੇ ਹੋ, ਦੇਖੋ ਲੋਕ ਤੁਹਾਡੇ ਤੇ ਸਵਾਲ ਕਰਨਗੇ, ਤੁਹਾਨੂੰ ਜਵਾਬ ਦੇਣਾ ਪਏਗਾ, ਇਹ ਅਕਾਊਂਟੇਬਿਲਟੀ ਦਾ ਕੁਐਸਚਨ ਹੈ, ਜਵਾਬਦੇਹੀ ਦੇ ਸਵਾਲ ਨੇ, ਬਾਕੀਆਂ ਦੇ ਨਾਲ ਵੀ ਹੋਣਗੇ ਤੇ ਤੁਹਾਡੇ ਨਾਲ ਵੀ ਹੋਣਗੇ, ਉਦੋਂ ਰਿਆਇਤ ਨਹੀਂ। ਜੇ ਕਿਸੇ ਇੱਕ ਧਿਰ ਨਾਲ ਹੁੰਦੀ ਹੈ ਦੂਜੇ ਨਾਲ ਨਹੀਂ ਹੁੰਦੀ ਤਾਂ ਉਹ ਗੱਲ ਹੋਰ ਤਰ੍ਹਾਂ ਬਣ ਜਾਂਦੀ ਹੈ, ਫਿਰ ਤੁਸੀਂ ਉਹ ਗੱਲ ਕਰਦੇ। ਦੂਸਰੀ ਗੱਲ ਸਿਧਾਂਤਕ ਸ਼ਿਫਟ ਦੀ ਹੈ, ਸਿਧਾਂਤਕ ਸ਼ਿਫਟ ਬਿਲਕੁਲ ਹੈ, ਉਹਨਾਂ ਨੇ ਕਿਹਾ ਕਿ ਹਾਲਾਤ ਹੱਜ ਦੇ ਮੰਗ ਕਰਦੇ ਨੇ, ਇਹ ਕਿਹਾ ਜਾਏ ਬਿਲਕੁਲ, ਪਹਿਲਾਂ ਵੀ ਕੁਝ ਹਾਲਾਤ ਮੰਗ ਕਰਦੇ ਸੀ 89 ਦੇ ਵਿੱਚ ਵੀ, ਚਾਹੇ ਤਾਂ ਉਹਦੇ 'ਚ ਵੀ ਕਈ ਲੋਕਾਂ ਦਾ ਤਾਂ ਇਹੀ ਸੀਗਾ
ਕਿ ਚਲੋ ਮਾੜੀ ਸ਼ਾਂਤੀ ਉਹ ਇੱਕ ਲੈਵਲ ਦੀ ਲੋਕ ਚਾਹੁੰਦੇ ਸੀ, ਕੁੱਝ ਲੋਕਾਂ ਨੂੰ ਜੇਲ੍ਹ ਚੋਂ ਛੁਡਾਉਣ ਦਾ ਸਵਾਲ ਸੀ, ਜੇ ਅਤਿੰਦਰਪਾਲ ਸੀ ਚਾਹੇ ਸਿਮਰਜੀਤ ਮਾਨ ਸੀਗੇ, ਜਾਂ ਤੁਸੀਂ ਇਸੇ ਸਲੋਗਨ ਨੂੰ ਲੈ ਕੇ ਆਉਂਦੇ ਵੀ ਇੱਕ ਨਕਾਤੀ ਪ੍ਰੋਗਰਾਮ ਹੈ ਜੀ ਜੇਲ੍ਹ ਚੋਂ ਛੁਡਾਉਣ ਦਾ, ਜਿਹੜੀ ਗੱਲ ਹੈ। ਤੇ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇਹ ਅਲਟੀਮੇਟ ਨਹੀਂ ਹੈ ਚੀਜ਼, ਫਿਰ ਅਲਟੀਮੇਟ ਕੀ ਹੈ? ਉਹਦਾ ਵੀ ਹਵਾਲਾ ਇੱਕ ਪਹਿਰਾ ਦੇ ਦੇਣਾ ਚਾਹੀਦਾ ਸੀ ਵੀ ਅਲਟੀਮੇਟ ਤਾਂ ਆਹੀ ਹੈ, ਪਰ ਫਾਰ ਦੀ ਟਾਈਮਿੰਗ ਸਾਨੂੰ ਇਸ ਪਾਸੇ ਜਾਣਾ ਪਏਗਾ। ਜਿਵੇਂ ਸਪੋਜ਼ ਕਰੋ ਅਸੀਂ ਸਹਿਮਤ ਹੋਈਏ ਨਾ ਹੋਈਏ, ਨਾ ਹੀ ਨਾ ਹੋਣ ਦਾ ਮਤਲਬ ਹੀ ਨਹੀਂ, ਸਹਿਮਤੀ ਦੀ ਗੱਲ ਵੀ ਨਹੀਂ ਹੁੰਦੀ ਕਈ ਵਾਰ। ਸਿਮਰਜੀਤ ਮਾਨ IGPC ਵੀ ਇਲੈਕਸ਼ਨ ਦੀ ਗੱਲ ਲੜਦਾ ਤੇ ਪਾਰਲੀਮੈਂਟ ਵੀ ਲੜਦਾ, ਉਹ ਕਹਿੰਦਾ ਮੈਂ ਪੀਸਫੁਲੀ ਹੈ, ਮੇਰਾ ਨਿਸ਼ਾਨਾ ਤਾਂ ਖਾਲਿਸਤਾਨ ਹੈ ਜੀ, ਮੈਂ ਤਾਂ ਪੀਸਫੁਲੀ ਲੜਦਾ। ਉਹਦੇ ਲਈ ਕਿੰਨੀ ਸੰਸਾਇਟੀ ਆ, ਕਿੰਨੀ ਨਹੀਂ, ਕੀ ਕਰਨਾ ਕੀ ਨਹੀਂ, ਔਰ ਉਹ ਕਹਿੰਦੇ ਨੇ ਡੈਮੋਕ੍ਰੇਟਿਕ ਤਰੀਕੇ ਨਾਲ ਅਸੀਂ ਇਹ ਗੱਲ ਕਰਾਂਗੇ ਕਿ ਪੀਸਫੁਲੀ ਮੂਵਮੈਂਟ ਵੀ ਬਣਾਵਾਂਗੇ ਜਦ ਕਦੇ ਮੂਵਮੈਂਟ ਬਣ ਗਈ। ਇਹ ਹੈ, ਇਟ ਮੀਨ ਜੋ ਕਲੈਰਿਟੀ ਵੀ ਨਹੀਂ ਹੈ ਫਿਰ, ਔਰ ਕੀ ਫਿਰ ਅਲਟੀਮੇਟਲੀ ਜੇਕਰ ਜਥੇਬੰਦੀ ਦੀ ਅਣਹੋਂਦ ਚ ਇੰਡੀਵਿਜੁਅਲਿਜ਼ਮ ਡਿਵੈਲਪ ਹੁੰਦਾ ਹੈ, ਤਾਂ ਇਹ ਇੰਡੀਵਿਜੁਅਲ ਦਾ ਫੈਸਲਾ ਹੈ ਜਾਂ ਵਾਰਸ ਪੰਜਾਬ ਜਥੇਬੰਦੀ ਦਾ ਫੈਸਲਾ? ਪਹਿਲਾਂ ਤਾਂ ਇਹ ਵੀ ਇੱਕ ਐਡਰੈਸ ਕਰਨਾ ਪਊ, ਜਾਂ ਜਿੰਨੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਲੱਗੇ ਸੀ ਉਸ ਅਪਰੋਚ ਕਰਕੇ, ਅਲਟੀਮੇਟ ਅਪਰੋਚ ਕਰਕੇ, ਉਹਨਾਂ ਤੋਂ ਵੀ ਕੋਈ ਰਾਏ ਮਸ਼ਵਰਾ ਹੋਇਆ, ਉਹਨਾਂ ਦਾ ਕੋਈ ਫੈਸਲਾ ਹੈ ਸਾਰਿਆਂ ਦਾ ਕਿ ਆਪਾਂ ਨੂੰ ਉੱਧਰ ਜਾਣਾ ਚਾਹੀਦਾ? ਨਹੀਂ, ਸਿੱਖੀ ਚ ਪੰਚ ਪ੍ਰਧਾਨੀ ਦਾ ਸੰਗਤ ਦਾ ਸਿੱਖੀ ਦੇ ਵਿੱਚ ਇਸੇ ਤਰੀਕੇ ਦੇ ਨਾਲ ਸਰਬੱਤ ਖਾਲਸਾ ਦਾ ਇੱਕ ਕੰਸੈਪਟ ਹੈ। ਇਹ ਕਿਹਾ ਗਿਆ ਕਿ ਸੰਗਤ ਦਾ ਦਬਾਓ, ਕਿਹੜੀ ਸੰਗਤ ਵਿਧੀਵਤ ਰੂਪ ਚ ਬੁਲਾਈ ਗਈ ਸੀ ਜਿੱਥੇ ਫੈਸਲਾ ਹੋਇਆ, ਜਿੱਥੇ ਉਹਨਾਂ ਨੇ ਮਤਾ ਪਾਸ ਕਰਕੇ ਤੁਹਾਨੂੰ ਦਿੱਤਾ ਕਿ ਅਸੀਂ ਆਹ ਹੁਕਮ ਕਰਦੇ ਹਾਂ, ਉਹ ਕਿੱਥੇ ਹੋਇਆ? ਇਹਦਾ ਵੀ ਜਵਾਬ ਦੇਣਾ ਪਏਗਾ। ਔਰ ਇਦੋਂ ਬਾਅਦ ਅਗਲਾ ਸਵਾਲ ਇਹ ਹੈ ਕਿ ਜਿਹੜਾ ਸਿਧਾਂਤਕ ਦਾ ਗੱਲ ਹੈ, ਇਹ ਦੋ ਸਟਰੀਮਾਂ ਅਲੱਗ ਅਲੱਗ ਨੇ ਅਸਲ ਦੇ ਵਿੱਚ। ਡੈਮੋਕ੍ਰੇਸੀ ਦਾ ਇੱਕ ਧਾਰਾ ਹੈ ਅਲੱਗ, ਉਹਦੀ ਫਾਈਟ ਅਲੱਗ ਤਰ੍ਹਾਂ ਦੀ ਹੈ, ਉਹ ਜੇ ਤੁਸੀਂ ਦੇਸ਼ 'ਚ ਵੀ ਲੜਨਾ, ਫੈਡਰਲ ਸਟਰਕਚਰ ਲਈ ਲੜਨਾ ਤੁਸੀਂ, ਤਾਂ ਲੜਿਆ ਜਾ ਸਕਦਾ। ਈਵਨ ਅੱਜ ਦਾ ਸੁਪਰੀਮ ਕੋਰਟ ਵੀ ਕਹਿੰਦੀ ਹੈ ਵੱਖਰੇ ਰਾਜ ਲਈ ਵੀ ਲੜਨਾ ਤੁਸੀਂ, ਡੈਮੋਕ੍ਰੇਸੀ ਦਾ ਵੀ ਇੱਕ ਰਾਹ ਹੈ, ਲੜਿਆ ਜਾ ਸਕਦਾ, ਔਰ ਬਾਕੀ ਚੀਜ਼ਾਂ 'ਚ ਵੀ ਲੜਿਆ ਜਾ ਸਕਦਾ। ਇਸ ਲਈ ਤੁਹਾਡਾ ਇਮੀਡੀਏਟ ਔਰ ਅਲਟੀਮੇਟ ਕੋਈ ਗੋਲ ਦੀ ਕਲੈਰਿਟੀ ਤਾਂ ਚਾਹੀਦੀ ਹੈ ਲੋਕਾਂ ਦੇ ਵਿੱਚ ਕਿ ਅਸੀਂ ਆਹ ਚਾਹੁੰਦੇ ਹਾਂ ਤੇ ਇਸ ਤਰੀਕੇ ਨਾਲ ਲੜਾਂਗੇ। ਹਾਂ, ਅਸੀਂ ਉਹ ਆਰਮ ਸਟਰਗਲ ਵਾਲੇ ਪਾਸੇ ਨਹੀਂ ਜਾਂਦੇ, ਫਿਰ ਤੁਸੀਂ ਇਹ ਕਹਿ ਦਿਓਗੇ, ਜੇਕਰ ਤੁਸੀਂ ਇਸ ਪਾਸੇ ਵੱਲ ਆ ਰਹੇ ਹੋ ਤਾਂ ਤੁਸੀਂ ਕਹੋਗੇ ਕਿ ਉਹ ਸਾਡਾ ਰਸਤਾ ਨਹੀਂ ਹੋਏਗਾ, ਸਾਡਾ ਰਸਤਾ ਇਕੱਲਾ ਆਹੀ ਹੋਏਗਾ। ਇਹ ਇੱਕ ਬਹੁਤ ਬੜਾ ਕੁਐਸਚਨ ਹੈ। ਦੂਜਾ ਸਵਾਲ ਜਿਹੜਾ ਅਕਾਲੀ ਦਲ ਦੇ ਜਾਂ ਪੰਥਕ ਸਫ਼ਾ 'ਚ ਬੈਠ ਕੇ ਬਿਲਕੁਲ ਖਲਾਅ ਹੈਗਾ ਉਹਨਾਂ ਇਸ਼ੂਜ਼ ਨੂੰ ਐਡਰੈਸ ਕਰਨਾ, ਪਰ ਉਹ ਖਲਾਅ ਐਂ ਨਹੀਂ ਭਰਿਆ ਜਾਣਾ ਮੇਰੇ ਖਿਆਲ, ਇਹ ਖਲਾਅ ਨਹੀਂ ਹੈ। ਪਹਿਲਾਂ ਸਿਮਰਜੀਤ ਮਾਨ ਨਾਲ ਵੀ ਟਰਾਈ ਹੋਈ 89 ਦੇ ਵਿੱਚ, ਸਿਮਰਜੀਤ ਸਿੰਘ ਮਾਨ ਨੂੰ ਲੋਕਾਂ ਨੇ, ਈਵਨ ਬਾਕੀ ਅਕਾਲੀ ਦਲਾਂ ਨੇ ਸਪੋਰਟ ਵੀ ਦਿੱਤੀ, ਜਿਵੇਂ ਮਰਜ਼ੀ ਚਲਾਓ ਜੋ ਮਰਜ਼ੀ ਕਰੋ, ਪਰ ਅਲਟੀਮੇਟ ਕੀ ਹੋਈ ਗੱਲ? ਕਿਉਂਕਿ ਉਹ ਉਸ ਪੋਲਿਟਿਕਸ ਨੂੰ ਮੈਨੇਜ ਕਰ ਹੀ ਨਹੀਂ ਪਾਏ, ਉਸ ਪੋਲਿਟਿਕਸ ਨੂੰ ਲੀਡ ਕਰ ਹੀ ਨਹੀਂ ਪਾਏ ਕਿਸੇ ਨਾ ਕਿਸੇ ਰੂਪ ਦੇ ਵਿੱਚ, ਮੁੜ ਕੇ ਜਾ ਕੇ ਮੁੜ ਕੇ ਫਿਰ ਉਹੀ ਅਕਾਲੀ ਦਲ ਜਿਹੜੇ ਦਾ ਇੱਕ ਲੰਮਾ ਸਮੇਂ ਦਾ ਤਜਰਬਾ ਸੀ ਇੱਕ ਡੈਮੋਕ੍ਰੇਟਿਕ ਪਾਲਿਟਿਕਸ 'ਚ, ਫਿਰ ਉਹੀ ਆ ਗਿਆ। ਟੈਕਟੀਕਲੀ ਚੀਜ਼ਾਂ ਨਾਲ ਤੁਸੀਂ ਨਾ ਇਹ ਗੱਲ ਬਹੁਤ ਸਾਰੇ ਲੈਫਟ ਵਾਲੇ ਵੀ ਕਰਦੇ ਨੇ ਤੇ ਬਹੁਤ ਸਾਰੇ ਇੱਧਰਲੇ ਵੀ ਕਰਦੇ ਨੇ ਵੀ ਇਹ ਟੈਕਟੀਕਲ ਮੋਡ ਹੈ ਇਲੈਕਸ਼ਨ ਲੜਨਾ ਸਾਡਾ, ਤੇ ਪ੍ਰੈਕਟੀਕਲ ਤਾਂ ਸਾਡਾ ਅੱਗੇ ਜਿਹੜਾ ਅਸਲ 'ਚ ਰਣਨੀਤੀ ਸਵਾਲ ਹੈ ਉਹ ਤਾਂ ਇਨਕਲਾਬੇ ਕਰੂਗਾ ਕੰਮ ਜਿਹੜਾ ਆਰਮਡ ਸਟਰਗਲ ਹੋਵੇਗੀ। ਉਹ ਕੇਵਲ ਟੈਕਟਿਸ ਨਹੀਂ ਕੰਮ ਕਰਦੇ ਹੁੰਦੇ ਇਹਨਾਂ ਚੀਜ਼ਾਂ ਦੇ ਵਿੱਚ, ਟੈਕਟਿਸ ਤਾਂ ਫਾਰ ਦੀ ਟਾਈਮਿੰਗ ਤੁਸੀਂ ਟਾਈਮ ਕੱਢ ਰਹੇ ਹੁੰਦੇ ਹੋ, ਫਿਰ ਟੈਕਟਿਸ ਹੀ ਤੁਹਾਡਾ ਮੇਨ ਸਟ੍ਰੀਮ ਬਣ ਜਾਂਦਾ, ਉਦੋਂ ਬਾਅਦ ਉਹ ਮੇਨ ਵਾਲਾ ਖਾਤਸਾ ਬਾਕੀ ਖਤਮ ਹੋ ਜਾਂਦਾ ਜਾ ਕੇ। ਇਸ ਲਈ ਇਹ ਬਹੁਤ ਸੀਰੀਅਸ ਐਂਗਲ ਹੁੰਦੇ ਨੇ ਜਿੱਥੇ ਮੰਥਨ ਕਰਨ ਦੀ ਲੋੜ ਹੈ। ਕਮਿਊਨਿਟੀ ਇਮੋਸ਼ਨਲ ਹੈ, ਕੇਵਲ ਇਮੋਸ਼ਨੈਲਿਟੀ ਨਹੀਂ ਕੰਮ ਦਿੰਦੀ, ਉਹਦੀ ਇਮੋਸ਼ਨਜ ਦੇ ਪਿੱਛੇ ਲੌਜਿਕ, ਉਹਦੇ ਅੱਗੇ ਥਾਟ, ਤੁਹਾਡੇ ਕੋਲ ਗੁਰਬਾਣੀ ਹੈ, ਲੌਜਿਕ ਹੈ, ਸਿੱਖ ਪ੍ਰੈਕਟਿਸ ਹੈ, ਜਾਂ ਸਿੱਖੀ ਦੇ ਮੁਤਾਬਕ ਹੀ ਚੱਲਣਾ। ਪਿਛਲੀ ਜੇ ਉਹ ਇੰਸਟੀਟਿਊਸ਼ਨ ਨੂੰ ਉਲੰਘ ਕੇ ਤੁਸੀਂ ਕੋਈ ਫੈਸਲੇ ਕਰਦੇ ਹੋ, ਮੇਰਾ ਨਹੀਂ ਖਿਆਲ ਕਿ ਤੁਸੀਂ ਬਹੁਤ ਪੁਖਤਾ ਢੰਗ ਨਾਲ ਫੈਸਲੇ ਕਰ ਰਹੇ ਹੋ ਜੀ। ਸਰ ਜਗਤਾਰ ਸਿੰਘ ਜੀ, ਦੋ ਚੀਜ਼ਾਂ ਮੇਰੇ ਬ੍ਰੇਨ 'ਚ ਜਿਹੜੀਆਂ
ਵੱਜਦੀਆਂ ਠੱਕ ਠੱਕ ਕਰਦੀਆਂ। ਇੱਕ ਤਾਂ ਇਹ ਕਿ ਜਿੰਨੀ ਪ੍ਰਵਾਨਗੀ ਅੰਮ੍ਰਿਤਪਾਲ ਸਿੰਘ ਨੂੰ ਮਿਲੀ ਉਹ ਧਾਰਮਿਕ ਖੇਤਰ 'ਚ ਮਿਲੀ, ਪ੍ਰਚਾਰ ਵਹੀਰ ਧਰਮ ਪ੍ਰਚਾਰ ਅੰਮ੍ਰਿਤ ਛਕਾਉਣ ਦੀ ਇੱਕ ਜਿਹੜੀ ਉਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਸੀਗੀ। ਉਹਨਾਂ ਨੇ ਪੋਲੀਟੀਕਲ ਖੇਤਰ ਦੇ ਵਿੱਚ ਅਜੇ ਆਪਣੇ ਆਪ ਨੂੰ ਸਥਾਪਿਤ ਕਰਨਾ ਹੈ ਕਿ ਇਹ ਦੋ ਸਟ੍ਰੀਮ, ਇੱਕ ਤਾਂ ਬਾਬਿਆਂ ਵਾਲੀ ਸਟ੍ਰੀਮ ਆ, ਇੱਕ ਤਾਂ ਬਾਬਿਆਂ ਦੇ ਨਜ਼ਰੀਏ ਤੋਂ ਧਰਮ ਵਾਲੀ ਸਟ੍ਰੀਮ ਆ ਕਿ ਤੁਸੀਂ ਉੱਥੇ ਜਾ ਕੇ ਇਸ ਤਰ੍ਹਾਂ ਦੇ ਕੰਮ ਕਰਦੇ ਹੋ ਤੇ ਖੁੱਲ੍ਹਾਪਣ ਹੈ ਇਹਦੇ 'ਚ, ਕੋਈ ਲੋਕ ਆਉਂਦੇ ਨੇ ਧਰਮ ਨਾਲ ਜੁੜੇ ਹੋਏ ਲੋਕਾਂ ਦਾ ਕੋਈ ਪਾਰਾਵਾਰ ਨਹੀਂ, ਬਹੁਤ ਗਿਣਤੀ ਹੈ ਤੇ ਬਹੁਤ ਸ਼ਰਧਾ ਹੈ ਤੇ ਬਹੁਤ ਸਾਰੇ ਲੋਕ ਸਪੋਰਟ ਕਰਦੇ ਆ ਤਨ ਮਨ ਧਨ ਨਾਲ ਕਰਦੇ ਆ। ਦੂਜੇ ਬੰਨੇ ਆ ਸਿਆਸੀ ਤਿਕੜਮਬਾਜ਼ੀ, ਸਿਆਸੀ ਤਿਕੜਮਬਾਜ਼ੀ ਦੇ ਵਿੱਚ ਅੰਮ੍ਰਿਤਪਾਲ ਨੂੰ ਧਰਮ ਵਾਲੇ ਪਾਸਿਓਂ ਜ਼ੋਰਦਾਰ ਧੱਕਾ ਮਿਲ ਜਾਊਗਾ, ਪੂਰਾ ਇਹਨਾਂ ਨੂੰ ਸਪੋਰਟ ਮਿਲ ਜਾਊਗਾ ਕਿ ਉਸੇ ਹੀ ਸ਼ਿੱਦਤ ਨਾਲ ਇਸ ਮਾਝਾ ਖਿੱਤਾ ਦੇ ਲੋਕ, ਦੁਆਬੇ ਖਿੱਤੇ ਦੇ ਲੋਕ, ਮਾਲਵੇ ਦਾ ਜੀਰਾ ਹਲਕਾ ਆਉਂਦਾ ਇਹਦੇ ਵਿੱਚ, ਕੀ ਉਨੀ ਸ਼ਿੱਦਤ ਨਾਲ ਪੈਣਗੇ, ਇਹ ਹਵਾ ਬਣ ਜੂ, ਇਹ ਕੀ ਮੁੱਦੇ ਜਿਹੜੇ ਉਠਾਏ ਗਏ ਨੇ ਬੰਦੀ ਸਿੱਖਾਂ ਤੋਂ ਲੈ ਕੇ ਬਾਕੀ ਸਾਰੇ, ਇਹ ਵੋਟ ਵਿੱਚ ਕਨਵਰਟ ਹੋਣਗੇ, ਤਬਦੀਲ ਹੋਣਗੇ, ਟਰਾਂਸਲੇਟ ਹੋਣਗੇ ਸਮੁੱਚਤਾ 'ਚ। ਫਿਰ ਮੈਂ ਅੱਗੇ ਜਾਊਂਗਾ ਅਕਾਲੀ ਦਲ ਲਈ ਇਹ ਦੁਚਿੱਤੀਆਂ, ਇਹ ਦੁਬਦਾਵਾਂ, ਇਹ ਕੀ ਬਣਨਾ, ਇਹਦੇ ਤੇ ਅੱਗੇ ਜਾਂਦੇ ਹਾਂ। ਪਰ ਮੈਂ ਫਿਲਹਾਲ ਕਿ ਇੱਕ ਧਾਰਾ 'ਚੋਂ ਦੂਜੀ ਧਾਰਾ 'ਚ ਛਾਲ ਮਾਰਨ ਦੇ ਉਨੇ ਹੀ ਗਲਵੱਕੜੀ ਵਰਗੇ ਸਮਰਥਨ ਮਿਲ ਜਾਂਦੇ। ਮੈਂ ਕਿਸੇ ਹੋਰ ਢੰਗ ਨਾਲ ਤੁਹਾਨੂੰ ਇਸੇ ਗੱਲ ਦਾ ਜਵਾਬ ਦਿੰਦਾ ਜੀ। ਨੈਸ਼ਨਲ ਲੈਵਲ ਤੇ ਨਰਿੰਦਰ ਮੋਦੀ ਲਗਾਤਾਰ ਪ੍ਰਚਾਰ ਕਰਦੇ ਆ ਵੀ 2014 ਤੋਂ ਪਹਿਲਾਂ ਹਿੰਦੁਸਤਾਨ ਦੇ ਵਿੱਚ ਕੁਛ ਨਹੀਂ ਹੋਇਆ, ਵੀ ਜੋ ਕੁਛ ਹੋਇਆ ਨਾ ਮੇਰੇ ਆਉਣ ਤੋਂ ਬਾਅਦ ਹੀ ਹੋਇਆ। ਉਹ ਜਿਹੜੀ ਇਹਨਾਂ ਦੀ ਖਾਲਸਾ ਵਹੀਰ ਹੈ ਨਾ, ਮੈਨੂੰ ਵੀ ਉਹੋ ਜਿਹਾ ਇੰਪ੍ਰੈਸ਼ਨ ਮਿਲਦਾ ਹੈ। ਉਹਦੇ 'ਚ ਇਹ ਇੰਪ੍ਰੈਸ਼ਨ ਦਿੱਤਾ ਗਿਆ ਵੀ ਅੰਮ੍ਰਿਤ ਪ੍ਰਚਾਰ ਦੀ ਮੁਹਿੰਮ ਤਾਂ ਅਸੀਂ ਹੀ ਚਲਾ ਰਹੇ ਹਾਂ, ਇਹ ਕੋਈ ਪਹਿਲੀ ਵਾਰ ਨਹੀਂ ਹੈ। ਲਗਾਤਾਰ ਹੁਣ ਵੀ ਦੇਖ ਲਓ ਤੁਸੀਂ, ਅਕਾਲ ਤਖ਼ਤ ਸਾਹਿਬ 'ਤੇ ਹਰ ਬੁੱਧਵਾਰ ਨੂੰ ਅੰਮ੍ਰਿਤ ਛਕਾਇਆ ਜਾਂਦਾ। ਤੁਸੀਂ ਕਿਸੇ ਤਖ਼ਤ 'ਤੇ ਚਲੇ ਜਾਓ, ਸਾਰਾ ਉਹ ਸਿਸਟਮ ਲੈ ਲਓ, ਉਹਨਾਂ ਨੂੰ ਉਹ ਦੱਸਦੇ ਵੀ ਕਿਸ ਕਿਸ ਛਕਾਇਆ ਜਾਂਦਾ। ਮੈਂ ਚਲੋ ਮੈਨੂੰ ਨਾਂ ਲੈਣਾ ਪੈਣਾ, ਮੈਂ ਹੁਣ ਨਾਂ ਲੈ ਦਿੰਦਾ। ਸਨ ਜਰਨੈਲ ਸਿੰਘ ਜਦੋਂ ਜੇਲ੍ਹ 'ਚੋਂ ਬਾਹਰ ਆਉਂਦੇ ਲਾਲਾ ਜਗਤ ਰਾਏ ਮਰਡਰ ਕੇਸ ਤੋਂ ਬਾਅਦ, ਉਹਨਾਂ ਨੇ ਇਹੀ ਕੰਮ ਸ਼ੁਰੂ ਕੀਤਾ ਸੀਗਾ ਅੰਮ੍ਰਿਤ ਪ੍ਰਚਾਰ ਦਾ। ਬੜਾ ਮੈਸਿਵ ਰਿਸਪੋਂਸ ਸੀਗਾ ਉਹਨਾਂ ਦਾ, ਲੇਕਿਨ ਕਦੇ ਉਹਨਾਂ ਨੇ ਇਹਨਾਂ ਨੂੰ ਇਸ ਨੂੰ ਇਸ ਰੂਪ ਦੇ ਵਿੱਚ ਪੇਸ਼ ਨਹੀਂ ਸੀ ਕੀਤਾ ਕਿ ਮੈਂ ਹੀ ਕਰ ਰਿਹਾ ਵੀ ਨਹੀਂ। ਉਸ ਵੇਲੇ ਵੀ ਜਿਹੜਾ ਪ੍ਰਚਾਰ ਸੀਗਾ ਉਹ ਨਸ਼ਿਆਂ ਦੇ ਖਿਲਾਫ ਸੀ, ਅੰਮ੍ਰਿਤ ਪ੍ਰਚਾਰ ਮੁਹਿੰਮ ਤੇ ਨਸ਼ਿਆਂ ਦੇ ਖਿਲਾਫ਼, ਰਿਕਾਰਡ ਚੱਕ ਲਓ ਸਾਰਾ। ਸੋ ਉਹ ਉਸ ਤੋਂ ਬਾਅਦ ਗੱਲ ਹੋਰ ਪਾਸੇ ਤੁਰ ਗਈ ਸੀਗੀ। ਇਸੇ ਕਰਕੇ ਜਦੋਂ ਇਹਨਾਂ ਨੇ ਇਹ ਸ਼ੁਰੂ ਕੀਤਾ ਤੇ ਹਥਿਆਰਬੰਦ ਲੈ ਕੇ ਬੰਦੇ ਨਾਲ ਤੁਰੇ ਹੈ ਤੇ ਨਾਲ ਕਿਹਾ ਵੀ ਅਸੀਂ ਗੁਲਾਮ ਹੈਗੇ ਹਾਂ, ਤੇ ਇਸੇ ਕਰਕੇ ਖਰਚਾ ਉਹੀ ਪੁਰਾਣਾ ਵਿਅਰਥ ਕੀਤਾ ਗਿਆ ਸੀਗਾ। ਸੋ ਠੀਕ ਹੈ ਇਹ ਤੁਰੇ ਸੀਗੇ, ਲੇਕਿਨ ਮੈਂ ਇੱਕ ਹੋਰ ਐਗਜ਼ਾਮਪਲ ਨਾਲ ਦੇ ਦਿੰਦਾ। 97 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੀ ਸੀਗੀ ਜੀ, ਤੇ ਕੁਛ ਚਿਰ ਬਾਅਦ ਸਾਰੀ ਕੈਬਨਿਟ ਨੇ ਅੰਮ੍ਰਿਤ ਛਕ ਲਿਆ ਸੀ, ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਇਹ ਅਕਾਲੀ ਦਲ ਦੇ ਪ੍ਰਧਾਨ ਬਣੇ, ਇਹ ਵੀ ਅੰਮ੍ਰਿਤਧਾਰੀ ਹੋ ਗਏ ਸੀਗੇ ਜੀ। ਹੁਣ ਤੁਸੀਂ ਸਾਰਾ ਨਿਗਾਹ ਮਾਰ ਲਓ ਸਾਰੀ, ਵੀ ਇਹ ਰਿਚੁਅਲ ਹੈ ਜਾਂ ਕਮਿਟਮੈਂਟ ਹੈ, ਤੁਹਾਨੂੰ ਜਵਾਬ ਮਿਲ ਜਾਏਗਾ। ਮੈਂ ਕਹਿਣਾ ਨਹੀਂ ਚਾਹੁੰਦਾ, ਮੈਂ ਕਿਸੇ ਕੰਤੂ ਨਹੀਂ ਕਰਦਾ, ਲੇਕਿਨ ਅੰਮ੍ਰਿਤ ਛਕਣਾ ਇੱਕ ਜੀਵਨ ਜਾਂਚ ਹੈ, ਰਿਚੁਅਲ ਨਹੀਂ। ਇੱਥੇ ਫਰਕ ਹੈ ਸਾਰੀ ਗੱਲ 'ਤੇ ਆ ਕੇ। ਹੁਣ ਜੇ ਇਹਨਾਂ ਨੂੰ ਲੱਗਦਾ ਹੈ ਕਿ ਫੋਕਸ ਇੱਥੇ ਹੋਏਗਾ ਸਾਰੀ ਗੱਲ 'ਤੇ ਆ ਕੇ, ਇਹ ਨਵੀਂ ਗੱਲ ਨਹੀਂ ਹੈ, ਕੋਈ ਨਾ ਤਾਂ ਇਲੈਕਸ਼ਨ ਲੜਨਾ ਨਵੀਂ ਗੱਲ ਸੀਗੀ ਅਤੇ ਨਾ ਜਿਹੜੇ ਇਸ਼ੂ ਇਹ ਲੈ ਕੇ ਚੱਲੇ ਉਹ ਨਵੀਂ ਗੱਲ ਸੀਗੀ। ਹਾਂ,
ਇੱਕ ਗੈਪ ਤੋਂ ਬਾਅਦ ਇੱਕ ਲੀਡਰ ਕੋਈ ਨਾ ਕੋਈ ਆ ਜਾਂਦਾ ਹੈ ਜਿਹੜਾ ਉਹੀ ਇਸ਼ੂਸ ਲੈ ਕੇ ਦੁਬਾਰਾ ਕਰਦਾ ਹੈ। ਸੋ ਇਹਨਾਂ ਦੀ ਕੰਟਰੀਬਿਊਸ਼ਨ ਇਹ ਹੈ। ਜਦੋਂ ਇਹ ਖਿੱਤਾ ਪੂਰੀ ਤਰ੍ਹਾਂ ਵੰਡਿਆ ਹੋਊਗਾ ਅਕਾਲੀਆਂ ਦੇ ਵਿੱਚ, ਕਾਂਗਰਸੀਆਂ ਦੇ ਵਿੱਚ, ਹੁਣ ਨਵੇਂ ਸੱਤਾਧਾਰੀਆਂ ਨੇ ਵੀ ਆਪਣੀਆਂ ਪਾਕਿਟਸ ਬਣਾ ਲਈਆਂ ਸਰਪੰਚੀ ਲੜਨ ਦੇ, ਚਾਹਵਾਨ ਤੇ ਬਾਕੀ ਹੋਰ, ਔਰ ਇਹਦੇ ਵਿੱਚ ਬੀਜੇਪੀ ਵੱਖਰੇ ਖੇਤਰਾਂ 'ਚ ਆਉਂਦੀ ਹੈ, ਉਹਦੇ 'ਚ ਵੀ ਕੁਝ ਏਰੀਆਜ਼ ਹੋਣਗੇ, ਤਰਨ ਤਾਰਨ ਦਾ ਅੰਦਰਲਾ ਹਿੱਸਾ ਹੋਊਗਾ, ਹੋਰ ਵੀ ਥੋੜ੍ਹੇ ਬਹੁਤੇ ਹਿੱਸੇ ਹੋਣਗੇ, ਉਹ ਆਪਣਾ ਹਿੱਸਾ ਬਣਾਉਣਾ ਚਾਹੁਣਗੇ, ਉਸ ਵੇਲੇ ਅੰਮ੍ਰਿਤਪਾਲ ਨੂੰ ਕਿਸ ਤਰ੍ਹਾਂ ਦਾ ਹੁੰਗਾਰਾ ਮਿਲੂਗਾ, ਇਹ ਤਾਂ ਦੇਖਣਾ ਬਣਦਾ ਹੈ। ਪਰ ਸਰਦਾਰ ਜਗਤਾਰ ਸਿੰਘ ਜੀ, ਜਿਹੜਾ ਸਵਾਲ ਮੈਂ ਅਕਾਲੀਆਂ ਵਾਲਾ ਪੁੱਛਿਆ ਤੁਹਾਨੂੰ, ਉਹੀ ਮੈਂ ਹਮੀਤ ਸਿੰਘ ਹੋਰਾਂ ਵੱਲ ਵੀ ਲੈ ਕੇ ਜਾਣਾ। ਉਹੀ ਤੁਹਾਡੇ ਕੋਲ ਹੀ ਆ ਰਿਹਾ ਕਿ ਜੇਕਰ ਹੁਣ ਅਕਾਲੀ ਕਰਨ ਤੇ ਕੀ ਕਰਨ, ਜੇਕਰ ਉਹ ਬੰਦੀ ਸਿੱਖਾਂ ਦੇ ਮੁੱਦੇ ਤੇ ਸਿਖਰ ਤੱਕ ਗਏ, ਹੁਣ ਉਹਨਾਂ ਨੇ ਇਹੀ ਸਵਾਲ ਕੋਰ ਕਮੇਟੀ ਦੀ ਮੀਟਿੰਗ ਦੇ ਮਤਿਆਂ ਚ ਲਿਆਂਦਾ, ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਚ ਆਇਆ, ਈਵਨ ਜਨਰਲ ਇਜਲਾਸ ਦੇ ਮਤਿਆਂ ਚ ਆਇਆ, ਤੇ ਇਹਨਾਂ ਸਾਰੀਆਂ ਜਦੋਂ ਤੁਸੀਂ ਇੱਕੋ ਮੰਚ ਤੇ ਇੱਕੋ ਪੇਜ ਤੇ ਲੱਗਦੇ ਹੋਵੋ, ਇੱਕੋ ਤਰ੍ਹਾਂ ਦੇ ਗੱਲਾਂ ਤੇ ਲੜ ਰਹੇ ਹੋਵੋ, ਤਾਂ ਫਿਰ ਇੱਕ ਜ਼ਿਆਦਾ ਬੰਦਾ ਜਿਹੜਾ ਹੁਣ ਇਹਦਾ ਵਿਕਟਮ ਵੀ ਹੈ, ਜਿਹਨੂੰ ਅੰਦਰ ਬੰਦ ਕੀਤਾ ਹੋਇਆ, ਜਿਹੜਾ ਉਸ ਬੰਦੇ ਨੂੰ ਵਿਰੋਧ ਕਿਵੇਂ ਕਰੋਗੇ, ਉਹਦੇ ਸਮਾਨਾਂਤਰ ਕੈਂਡੀਡੇਟ ਕਿਵੇਂ ਖੜਾ ਕਰੋਗੇ? ਜੇ ਉਹਦੇ ਹੱਕ 'ਚ ਖੜ ਜਾਂਦੇ ਹੋ ਤਾਂ ਲੋਕ ਤੁਹਾਡੇ ਨਾਲ ਫਿਰ ਸਵਾਲ ਉਠਾਉਣਗੇ ਕਿ ਕੀ ਤੁਸੀਂ ਗਰਮ ਖਿਆਲੀ ਸੋਚ ਨਾਲ ਖੜੇ ਹੋ। ਇਹ ਦੋ ਸਵਾਲਾਂ ਦੇ ਵਿੱਚ ਮੇਰੇ ਖਿਆਲ ਅਕਾਲੀ ਦਲ ਲਈ ਸਭ ਤੋਂ ਔਖਾ ਰਾਹ ਹੋਊਗਾ ਵੀ ਉਹ ਕੀ ਕਰਨ ਹੁਣ, ਜੇ ਉਹਨਾਂ ਨੂੰ ਫੈਸਲਾ ਕੁਨ ਹੋਣਾ ਪੈਣਾ। ਜੇ ਤਾਂ ਨਹੀਂ, ਕੋਈ ਉਹਨਾਂ ਦੀ ਕੋਈ ਦੁਬਧਾ ਨਹੀਂ ਹੈ। ਤੁਸੀਂ 2019 ਦੀ ਇਲੈਕਸ਼ਨ ਦੇਖ ਲਓ ਨਾ, 2019 ਦੀ ਇਲੈਕਸ਼ਨ ਦੇ ਵਿੱਚ ਇਸੇ ਹੀ ਸੀਟ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਖੜੇ ਸੀਗੇ, ਇੰਡੀਪੈਂਡੈਂਟ, ਅਕਾਲੀ ਦਲ ਦਾ ਕੈਂਡੀਡੇਟ ਬੀਬੀ ਜਗੀਰ ਕੌਰ ਸੀ। ਸੋ ਦੁਬਧਾ ਕੋਈ ਨਹੀਂ ਜੀ। 1989 ਦੇ ਵਿੱਚ ਹਰ ਸੀਟ ਤੇ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਖੜਾ ਸੀ, ਜਿੱਥੇ ਇਹ ਗਰਮ ਖਿਆਲੀਆਂ ਦੇ ਕੈਂਡੀਡੇਟ ਜਿੱਤੇ ਸੀ, ਔਰ ਆਲਮੋਸਟ ਸਾਰੇ 2-2 ਲੱਖ ਦੇ ਮਾਰਜਨ ਤੋਂ ਜਿੱਤੇ ਸੀ। ਹਰ ਸੀਟ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਜਵਾਨਤ ਉਹ ਜ਼ਬਤ ਹੋਈ ਸੀਗੀ। ਉਸ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ, ਇਹਨਾਂ ਨੇ ਜੇਲ੍ਹ 'ਚੋਂ ਇਲੈਕਸ਼ਨ ਲੜੀ ਸੀ, 4.5 ਲੱਖ ਤੋਂ ਜ਼ਿਆਦਾ ਵੋਟਾਂ ਦੇ ਤਰਨ ਤਾਰਨ ਤੋਂ ਜਿੱਤ, ਉਹ ਖਡੂਰ ਸਾਹਿਬ ਹਲਕਾ ਤਰਨ ਤਾਰਨ ਹੁੰਦਾ ਸੀ, ਇੱਥੋਂ ਹੀ ਜਿੱਤੇ ਸੀਗੇ। ਅਤੇ ਵੈਸੇ ਇਹ ਕਿਹਾ ਜਾਂਦਾ ਸੀ ਕਿ ਓਰਿਜਨਲੀ ਇਲੈਕਸ਼ਨ ਭਾਈ ਮਨਜੀਤ ਸਿੰਘ ਨੇ ਲੜਨੀ ਸੀ, ਜਿਹੜੇ ਹੁਣ ਅਕਾਲੀ ਦਲ 'ਚੋਂ ਟਿਕਟ ਮੰਗ ਰਹੇ ਹੈ, ਸੰਤ ਕਰਤਾਰ ਸਿੰਘ ਦੇ ਬੇਟੇ, ਅਤੇ ਉਹਨਾਂ ਨੂੰ ਮਨਾਇਆ ਗਿਆ ਵੀ ਨਹੀਂ ਤੂੰ ਇਹ ਸੀਟ ਛੱਡ ਦੇ ਭਾਈ। ਇਹ ਪੱਕੀ ਸੀਟ ਮੰਨੀ ਜਾਂਦੀ ਸੀ ਵੀ ਇੱਥੋਂ ਸਿਮਰਨਜੀਤ ਸਿੰਘ ਮਾਨ ਹੋਰੀ ਪੱਕਾ ਜਿੱਤ ਜਾਣਗੇ, ਇਹਨਾਂ ਨੂੰ ਪਟਿਆਲੇ ਅਦਰਵਾਈਜ਼ ਅਲਾਟਮੈਂਟ ਕੀਤੀ ਜਾ ਰਹੀ ਸੀਗੀ। ਓਕੇ, ਅਤੇ ਫਿਰ ਬਾਅਦ ਚੇਂਜ ਕੀਤਾ ਗਿਆ, ਉਹ ਜਿੱਤ ਗਏ, ਲੇਕਿਨ ਟੋਟਲ ਪਾਵਰ ਮਾਨ ਸਾਹਿਬ ਨੂੰ ਸਾਰਿਆਂ ਨੇ ਮੰਨ ਲਿਆ, ਲੀਡਰ ਮੰਨ ਲਿਆ, ਸਾਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੱਲ ਨਹੀਂ ਸਕੇ ਮੁੜ ਕੇ। ਫਿਰ ਅਲਟੀਮੇਟਲੀ ਬਾਦਲ ਸਾਹਿਬ ਨੇ ਕੀਤਾ ਡੋਮੀਨੇਟ। ਸੋ ਇਹ ਬੜਾ ਅਜੀਬ ਜਿਹਾ ਚੱਕਰ ਹੈ। ਹੁਣ ਤੁਸੀਂ ਕਹਿੰਦੇ ਅਕਾਲੀ ਦਲ ਕੀ ਕਰੇ? ਸੋ ਦੁਬਧਾ ਨਹੀਂ ਹੈ, ਕਿਹੜੇ ਕਲੀਅਰ ਕੱਟ ਸਟੈਂਡ ਲੈਣ ਦੀ ਲੋੜ ਹੈਗੀ ਹੈ। ਹੁਣ ਗੱਲ ਸਿਰਫ ਬੰਦੀ ਸਿੰਘ ਵਾਲੀ ਗੱਲ ਆ ਗਈ ਨਾ ਕਿ ਬੰਦੀ ਸਿੰਘਾਂ ਦਾ ਇਸ਼ੂ ਅਕਾਲੀ ਦਲ ਲੈ ਕੇ ਚੱਲਿਆ, ਪਰ ਕੀ ਹੁਣ ਅਕਾਲੀ ਦਲ ਅੰਮ੍ਰਿਤਪਾਲ ਹੋਰਾਂ ਨੂੰ ਸਪੋਰਟ ਕਰਨਾ ਹੋਰ ਕਰ ਸਕਦਾ ਹੈ? ਜਿਹੜੀ ਇਹਨਾਂ ਦੀ ਸਿਆਸਤ 1996 ਤੋਂ ਲੈ ਕੇ ਹੁਣ ਤੱਕ ਚੱਲਦੀ ਆ ਰਹੀ ਹੈ, ਜਦੋਂ ਮੈਂ ਹੁਣ ਤੱਕ ਕਹਿੰਦਾ, ਮੈਂ ਅੰਮ੍ਰਿਤਸਰ ਦੀ ਗੱਲ ਕਰਦਾ, ਆਪਾਂ ਕਿੰਨੀ ਵਾਰੀ ਗੱਲ ਕਰ ਚੁੱਕੇ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਕੈਂਡੀਡੇਟ ਖੜਾ ਕੀਤਾ ਉਹਦੇ ਬੀਜੇਪੀ ਦੀ ਬੈਕਗਰਾਊਂਡ ਹੈ, ਔਰ ਜਿਹੜੀ ਬੀਜੇਪੀ ਨੇ ਕੈਂਡੀਡੇਟ ਖੜਾ ਕੀਤਾ ਉਹ ਸੈਕੈਂਡੀਡੇਟ ਖੜਾ ਕੀਤਾ, ਉਹਦੀ ਅਕਾਲੀ ਦਲ ਉਹਦੀ ਵਿਰਾਸਤ ਅਕਾਲੀ ਵਿਰਾਸਤ, ਅਕਾਲੀ ਦਲ ਤਾਂ ਹੁਣ ਵੀ ਉਸ ਲਾਈਨ 'ਤੇ ਚੱਲ ਰਿਹਾ। ਜੇ ਅਕਾਲੀ ਦਲ ਨੇ ਸਾਰਿਆਂ ਦੀ ਵੋਟ ਲੈਣੀ, ਇਨਕਲੂਸਿਵ ਗੱਲ ਕਰਨੀ ਹੈ, ਤਾਂ ਫਿਰ ਇਹ
ਰਿਸਕੀ ਅਫੇਅਰ ਹੈ ਅਕਾਲੀ ਦਲ ਵਾਸਤੇ ਅੰਮ੍ਰਿਤਪਾਲ ਹੋਰਾਂ ਨੂੰ ਅਡਾਪਟ ਕਰਨਾ। ਸਾਹਮਣੇ ਸਿੰਘ ਜੀ ਇੱਕ ਸਵਾਲ ਮੇਰੇ ਮਨ 'ਚ ਆ ਰਿਹਾ, ਪਤਾ ਨਹੀਂ ਮੈਨੂੰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਐਵੇਂ ਹੀ ਸਵਾਲ ਆ ਗਿਆ ਬੈਠੇ ਬਿਠਾਇਆ। ਬੀਜੇਪੀ ਪਹਿਲੀ ਵਾਰੀ ਇਕੱਲਿਆਂ ਇਲੈਕਸ਼ਨ ਲੜ ਰਹੀ ਹੈ ਤੇ ਬੀਜੇਪੀ ਦਾ ਫੋਕਸ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉਹ ਬੜਾ ਕਲੀਅਰ ਹੈ, ਤੇ ਹੁਣ ਜਦੋਂ ਅੰਮ੍ਰਿਤਪਾਲ ਖਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਹੋਣਗੇ ਤਾਂ ਕੁਦਰਤੀ ਤੌਰ ਤੇ ਇਹਦਾ ਇੰਪੈਕਟ ਜਿਹੜਾ ਇਹਦਾ ਅਸਰ ਪੂਰੇ ਪੰਜਾਬ ਤੇ ਹੋਊਗਾ। ਇਹਦੇ ਨਾਲ ਇੱਕ ਧਿਰ ਥੋੜੀ ਜਿਹੀ ਹੋਰ ਖੌਫ ਜ਼ਿਆਦਾ ਹੋਣ ਵਾਲੇ ਪਾਸੇ ਵੀ, ਮਤਲਬ ਇੱਕ ਜਿਹੜਾ ਮੇਰਾ ਸਵਾਲ ਬੜਾ ਸਿੱਧਾ ਜਿਹਾ ਕਿ ਕੀ ਬੀਜੇਪੀ ਨੂੰ ਇੱਕ ਖਾਸ ਵਰਗ ਹੋਰ ਚੰਗੇ ਤਰੀਕੇ ਨਾਲ ਭੱਜ ਕੇ ਪਕੜ ਕੇ ਵੀ ਇੱਥੇ ਸਾਨੂੰ ਸੁਰੱਖਿਆ ਥੋੜੀ ਜਿਹੀ, ਜੇ ਪੰਜਾਬ ਦੇ ਮਾਹੌਲ ਚੇਂਜ ਦੀ ਗੱਲ ਤਾਂ ਕਦੇ ਹੁੰਦੀ ਨਹੀਂ, ਐਵੇਂ ਮੇਰਾ ਇੱਕ ਇੱਕ ਸਵਾਲ ਜਿਹਾ ਹੀ ਆ, ਐਵੇਂ ਆ ਗਿਆ ਜੇ ਤੁਸੀਂ ਐਡਰੈਸ ਕਰਨਾ ਚਾਹੋ ਪੋਲਰਾਈਜੇਸ਼ਨ ਧਰੁਵੀ। ਇਹ ਬੜਾ ਨਾਰਮਲ ਗੱਲ ਹੈ, ਤੁਸੀਂ ਦੇਖੋ ਕਿ ਬੀਜੇਪੀ ਕੇਵਲ ਜੰਮੂ ਦੀਆਂ ਸੀਟਾਂ ਤੇ ਇਲੈਕਸ਼ਨ ਲੜ ਰਹੀ ਹੈ, ਸ੍ਰੀਨਗਰ ਦੀਆਂ ਤੇ ਨਹੀਂ ਲੜ ਰਹੀ। ਕਲੀਅਰ ਕੱਟ ਦਿਖਾਈ ਦੇ ਰਿਹਾ ਜੇਕਰ ਜਿੱਥੇ ਵੀ ਤੁਸੀਂ ਪੋਲਰਾਈਜ਼ ਕਰਦੇ ਹੋ, ਜੰਮੂ ਔਰ ਸ੍ਰੀਨਗਰ ਆਏ ਹੋ ਗਿਆ ਦੋ ਦੇਸ਼ ਨੇ ਉਹ, ਜੰਮੂ ਕਸ਼ਮੀਰ ਜੁੰਟੀ ਜੰਮੂ ਐਂਡ ਕਸ਼ਮੀਰ ਕਹਿੰਦੇ ਆ, ਔਰ ਉਦੋਂ ਬਾਅਦ ਬਲਕਿ ਜਿਹੜਾ ਉਹਨਾਂ ਦਾ ਦਰਬਾਰ ਬਦਲਦਾ ਹੁੰਦਾ ਸੀ, ਇੱਕ ਪਹਿਲਾਂ ਉਹ ਜੰਮੂ ਆ ਜਾਂਦਾ ਸੀ ਸਰਦੀਆਂ ਦੇ ਵਿੱਚ ਤੇ ਗਰਮੀਆਂ ਦੇ ਵਿੱਚ ਸ੍ਰੀਨਗਰ ਚਲਾ ਜਾਂਦਾ ਸੀ, ਉਹ ਬੰਦ ਹੈ ਜੀ ਟੋਟਲੀ, ਔਰ ਟੋਟਲ ਬਿਜ਼ਨਸ ਉਸ ਲੈਵਲ ਤੇ। ਇਹ ਪੋਲਰਾਈਜੇਸ਼ਨ ਦਾ ਹੀ ਅਸਰ ਹੈ, ਪੋਲਰਾਈਜੇਸ਼ਨ ਦਾ ਅਸਰ ਹੋ ਰਿਹਾ ਜਿਹੜਾ ਕੰਟੀਨਿਊਟੀ 'ਚ ਹੋ ਰਿਹਾ ਸੀ। ਬਾਹਰ ਜੋ ਮਰਜ਼ੀ ਕਹੀ ਜਾਈਏ ਵਿਕਾਸ ਹੋ ਗਿਆ, ਉੱਤੇ ਪਤਾ ਨਹੀਂ ਕੀ ਹੋ ਗਿਆ, ਟੀਵੀ ਚੈਨਲ ਜੋ ਮਰਜ਼ੀ ਦਿਖਾਉਂਦੇ ਰਹਿਣ, ਪਰ ਪ੍ਰੈਕਟਿਸ ਦੇ ਵਿੱਚ ਇਹ ਵਾਪਰ ਰਿਹਾ, ਜਿਵੇਂ ਮਣੀਪੁਰ ਦੇ ਵਿੱਚ ਵਾਪਰ ਰਿਹਾ ਨਾ ਕਿ ਦੋ ਧਿਰਾਂ ਬਣ ਗਈਆਂ, ਇੱਕ ਬਫਰ ਸਟੇਟ ਬਣ ਗਈ ਵਿਚਾਲੇ, ਕੰਧ ਵਾਂਗ ਹੋ ਗਈ, ਇੱਕ ਦੂਜੇ ਦੇ ਜਾ ਨਹੀਂ ਸਕਦੇ। ਉਹ ਜੰਮੂ ਕਸ਼ਮੀਰ 'ਚ ਵੀ ਆਉਂਦੇ ਆ। ਪੰਜਾਬ ਦੀ ਡੈਮੋਗ੍ਰਾਫੀ ਜਾਂ ਆਬਾਦੀ ਦਾ ਪ੍ਰੋਫਾਈਲ ਹੋਰ ਹੈ, ਔਰ ਬਿਲਕੁਲ ਜੇ ਮਨੋਰਟੀ ਔਰ ਮੈਜੋਰਟੀ ਦਾ ਇੱਕ ਡਿਸਕ੍ਰਿਮੀਨੇਸ਼ਨ ਦਾ ਇੱਕ ਉਸ ਲੈਵਲ ਦੀ ਗੱਲ ਚੱਲਦੀ ਹੈ, ਜੇ ਪੋਲਰਾਈਜੇਸ਼ਨ ਹੁੰਦੀ ਹੈ ਜਿਹਦੇ 'ਚੋਂ ਕੇਵਲ ਵੋਟ ਦੇਖੀ ਜਾਂਦੀ ਹੈ, ਤਾਂ ਇਹ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਵੀ ਦੇਖੋ ਜੀ ਅੱਗੇ ਨੂੰ ਤਾਂ ਫਿਰ ਇਹ ਧਾਰਾ ਵੀ ਮਜ਼ਬੂਤ ਹੋ ਸਕਦੀ ਹੈ, ਬਾਕੀ ਧਾਰਾ ਜੇ ਮਜ਼ਬੂਤ ਹੋਊਗੀ ਤਾਂ ਖਤਰਾ ਹੋ ਜਾਊਗਾ ਇੱਥੇ। ਹਾਲਾਂਕਿ ਜੇ ਪਿਛੋਕੜ ਦੇਖਿਆ ਜਾਏ, ਜੇ ਦੇਸ਼ ਕਿਸੇ ਨੇ ਚੱਜ ਨਾਲ ਚਲਾਉਣਾ ਹੈ ਤਾਂ ਉਹਨੂੰ ਇਹ ਦੇਖਣਾ ਚਾਹੀਦਾ ਕਿ ਜਿਹੜੇ ਸੂਬੇ ਦੇ ਵਿੱਚ ਦਿੱਲੀ ਦੇ ਸਮੇਤ 22 ਰਾਜਾਂ ਦੇ ਵਿੱਚ ਸਿੱਖ ਕਤਲੇਆਮ ਹੋਇਆ, ਪੰਜਾਬ ਦੇ ਵਿੱਚ ਨਹੀਂ ਦੰਗਾ ਹੋਇਆ ਕੋਈ ਇਦੋਂ ਬਾਅਦ ਵੀ ਕਿਸੇ ਤੇ ਇਸ ਲੈਵਲ ਦਾ ਮੈਸੇਜ ਦਾ, ਇਹਦੇ 'ਚ ਕੋਈ ਸੋਲਿਡ ਆਪਣਾ ਵਿਰਸਾ ਹੈ ਬਹੁਤ ਵੱਡਾ, ਇਹਨੂੰ ਉਸੇ ਭਾਅ ਨਹੀਂ ਤੋਲਿਆ ਜਾ ਸਕਦਾ। ਮਤਲਬ ਆਟੇ ਦਾਣੇ ਦਾ ਇੱਕੋ ਭਾਅ ਨਹੀਂ ਹੁੰਦਾ, ਜਦੋਂ ਲੋਕ ਵੱਖ ਵੱਖ ਤਰ੍ਹਾਂ ਕਰ ਦਿੰਦੇ ਨਾ, ਉੱਥੇ ਆਏ ਇੱਥੇ ਆਏ, ਇਹਦਾ ਹਿਸਟੋਰੀਕਲ ਦਿਖਾਈ ਦੇ ਰਹੀ ਚੀਜ਼ ਹੈ ਤੁਹਾਡੇ ਸਾਹਮਣੇ ਘਟਨਾਵਾਂ ਤੋਂ ਬਾਅਦ, ਔਰ ਇਸ ਕਰਕੇ ਉਹ ਬਾਉਂਡਿੰਗ ਜਿਹਨੂੰ ਤੋੜਨ ਨੂੰ ਟਾਈਮ ਤਾਂ ਲੱਗੂਗਾ, ਪਰ ਜਿੱਧਰ ਨੂੰ ਜਾ ਰਹੀ ਹੈ ਚੀਜ਼ ਜੇ ਤੋੜਨ ਵਾਲੀ ਖਤਰਨਾਕ, ਤਾਂ ਇਹ ਬਿਲਕੁਲ ਹੋਏਗੀ ਉਸ ਪੱਧਰ ਦੇ ਉੱਤੇ। ਜਿਹੜਾ ਅਕਾਲੀ ਦਲ ਦੀ ਗੱਲ ਹੈ, ਅਕਾਲੀ ਦਲ ਨੇ ਆਪਣੇ ਮਤੇ ਦੇ ਵਿੱਚ ਵੀ ਇਹ ਗੱਲਾਂ ਕੀਤੀਆਂ ਹੋਈਆਂ ਨੇ, ਤੇ ਸ਼ਾਇਦ ਮੈਨੀਫੈਸਟੋ 'ਚ ਵੀ ਕਰੇਗਾ ਕੁਝ ਗੱਲਾਂ, ਤਾਂ ਕਿ ਥੋੜਾ ਜਿਹਾ ਪੰਥਕ ਰੁੱਖ ਵੀ ਲਗਾਤਾਰ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਜਾਏ, ਬਾਕੀ ਕਿਸਾਨੀ ਨੂੰ ਨਾਲ ਲੈਣ ਦੀ ਟਰਾਈ ਕੀਤੀ ਜਾਏ। ਜਿਹੜਾ ਵੀ ਇਸ ਲੈਵਲ ਦੀ ਗੱਲ ਹੋਏਗੀ ਅਕਾਲੀ ਦਲ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜਾ ਉਹ ਆਪਣੇ ਆਪ ਨੂੰ ਇਹ ਕਹਿ ਰਿਹਾ ਕਿ ਅਸੀਂ ਦੇਖੋ ਜੀ ਪੁਸ਼ਤਾ ਕਰ ਹੀ ਰਿਹਾ, ਤੇ ਪਰ ਜਿਹੜੀਆਂ ਇੰਸਟੀਚਿਊਸ਼ਨ 'ਚ ਵੀਕ ਹੋ ਗਈਆਂ, ਕਿਵੇਂ ਲੜਨਾ ਕਿਵੇਂ ਨਹੀਂ ਲੜਨਾ, ਕਲੈਰਿਟੀ ਆਫ ਥਾਟ ਕੀ ਹੋਏਗਾ। ਅਕਾਲੀ ਦਲ ਤੇ ਇੱਕ ਬੇਭਰੋਸਗੀ ਅਜੇ ਵੀ ਇਹ ਹੈ ਵੀ ਜੇ ਤੁਹਾਡੇ ਜਿੱਤੇ ਤੁਸੀਂ ਕਾਂਗਰਸ ਨਾਲ ਤਾਂ ਜਾਂਦੇ ਨਹੀਂ, ਬੀਜੇਪੀ ਨਾਲ ਹੀ ਜਾਂਦੇ ਹੋ, ਜਾਓਗੇ ਹੋਰ ਕਿਹਦੇ ਨਾਲ ਜਾਓਗੇ, ਉੱਥੇ ਕੀ ਕਰੋਗੇ, ਔਰ ਕੀ ਉਹਦੇ 'ਚ ਵੀ ਕੋਈ ਵਿਚਾਰ 'ਚ ਮੰਥਨ 'ਚ ਲਿਆਊਗਾ ਕਿ ਜੇ ਉਹਨਾਂ ਦੀ ਸਰਕਾਰ ਨਹੀਂ ਬਣਦੀ, ਉਹ ਕਾਂਗਰਸ ਦੀ ਸਰਕਾਰ ਨਹੀਂ ਇੰਡੀਆ ਅਲਾਇੰਸ ਦੀ ਸਰਕਾਰ, ਉਹ ਉੱਧਰ ਵੀ ਜਾਇਆ ਜਾ ਸਕਦਾ ਜਾਂ ਨਹੀਂ ਜਾਇਆ ਜਾ ਸਕਦਾ, ਇਹ ਬੜੇ ਸਾਰੇ ਕੁਐਸਚਨ ਹੋਣਗੇ। ਪਰ 89 ਦਾ ਸਵਾਲ ਹੋਰ ਸੀਗਾ, ਉਹਦੇ ਪਿੱਛੇ ਇੱਕ ਵੱਡੀ ਵਿਰਾਸਤ ਹੈ, ਕਾਫੀ ਜਿਹੜੇ ਸਟੇਟ ਦਾ ਇੱਕ ਤਸ਼ੱਦਦ ਵੀ ਲੋਕਾਂ ਦੇ ਉੱਤੇ ਸੀ,
ਔਰ ਲੋਕ ਸ਼ਾਂਤੀ ਵੀ ਚਾਹੁੰਦੇ ਸੀ ਉਸੇ ਲੈਵਲ ਦੀ, ਔਰ ਅੱਜ ਕੱਲ੍ਹ ਜਿਹਨੂੰ ਸ਼ਾਂਤੀ ਮੰਨਿਆ ਜਾ ਰਿਹਾ, ਭਾਵੇਂ ਉਹ ਸ਼ਾਂਤੀ ਉਹੋ ਜਿਹੀ ਨਹੀਂ ਹੁੰਦੀ ਕਿ ਮੂਵਮੈਂਟ ਹੋਣੀ ਚਾਹੀਦੀ ਹੈ, ਬਲਕਿ ਲੋਕਾਂ 'ਚ ਠੀਕ ਹੈ ਹਿੰਸਾ ਨਹੀਂ ਹੋਣੀ ਚਾਹੀਦੀ, ਪਰ ਲੋਕ ਬਿਲਕੁਲ ਸਾਈ ਮਾਈ ਹੋਣ, ਇਹ ਤਾਂ ਕੋਈ ਸ਼ਾਂਤੀ ਨਹੀਂ ਹੁੰਦੀ, ਬੋਲਣ ਨਾ, ਸਵਾਲ ਨਾ ਕਰਨ, ਬਾਕੀ ਦੀਆਂ ਚੀਜ਼ਾਂ ਨਾ ਕਰਨ, ਉਹ ਲੀਡਰਸ਼ਿਪ ਦਾ ਕ੍ਰਾਈਸਿਸ ਇੱਕ ਓਵਰਆਲ ਹੈ ਜੀ। ਪਰ ਮੈਂ ਫਿਰ ਇਹ ਕਹਿ ਰਿਹਾ ਕਿ ਲੀਡਰਸ਼ਿਪ ਦਾ ਸਵਾਲ ਦੋ ਅਲੱਗ ਅਲੱਗ ਧਾਰਾਵਾਂ ਚੋਂ ਹੈ। ਜਿਹੜੀ ਡੈਮੋਕਰੇਟਿਕ ਪੀਸਫੁੱਲ ਜਮਹੂਰੀ ਕਦਰਾਂ ਕੀਮਤਾਂ ਵਾਲੀ ਲੀਡਰਸ਼ਿਪ ਆਉਂਦੀ ਹੈ, ਉਹ ਮਾਸ ਅੰਦੋਲਨਾਂ ਚੋਂ ਆਉਂਦੀ ਹੈ, ਜਿਵੇਂ ਅਕਾਲੀ ਦਲ ਦੇ ਮੋਰਚਿਆਂ ਚੋਂ ਆਉਂਦੀ ਰਹੀ ਹੈ ਹਿਸਟਰੀ ਦੇ ਵਿੱਚ। ਫਰੈਸ਼ ਲੀਡਰਸ਼ਿਪ ਵੀ ਤੇ ਪੁਰਾਣੀ ਵੀ ਮਜ਼ਬੂਤ ਹੁੰਦੀ ਹੈ, ਤੇ ਉਹ ਇੱਕ ਧਾਰਾ ਅਲੱਗ ਹੈ। ਜਿਹੜੀ ਦੂਸਰੇ ਟਾਈਪ ਦੀ ਧਾਰਾ ਹੁੰਦੀ ਹੈ ਆਰਮਡ ਸਟਰਗਲ ਦੀ ਜਾਂ ਬਾਕੀ, ਉਹਦੇ 'ਚ ਉਸ ਢੰਗ ਨਾਲ ਪਬਲਿਕ ਨਾਲ ਸਰੋਕਾਰਾਂ ਵਾਲੀ ਲੀਡਰਸ਼ਿਪ ਅਲੱਗ ਤਰ੍ਹਾਂ ਨਹੀਂ ਆਉਂਦੀ, ਉਹ ਹੋਰ ਕਿਸੇ ਜਜ਼ਬਾਤ 'ਚੋਂ ਆਉਂਦੀ ਹੈ ਉਹ ਲੀਡਰਸ਼ਿਪ। ਔਰ ਅੱਜ ਦੇ ਦਾਇਰੇ 'ਚੋਂ ਇਹ ਦੋਨਾਂ ਦਾ ਵਿੱਚ ਆਪਸ ਦੇ ਵਿੱਚ ਮੇਰੇ ਖਿਆਲ ਨਜ਼ਰੀਆ ਵੱਖ ਵੱਖ ਰਹੂਗਾ, ਇਸ ਲਈ ਅਕਾਲੀ ਦਲ ਆਪਣਾ ਕੈਂਡੀਡੇਟ ਖੜਾ ਕਰੂਗਾ ਤੇ ਅੰਮ੍ਰਿਤਪਾਲ ਉਹਨਾਂ ਦੀ ਧਾਰਾ ਆਪ ਹੋਏਗੀ। ਹੁਣ ਉਹਦਾ ਅਸਰ ਬਿਲਕੁਲ ਹੈ ਕਿ ਜਦੋਂ ਇੱਕ ਧਿਰੇ ਉਠਾਊਗੀ, ਇੱਕ ਐਲੀਮੈਂਟ ਇਹੋ ਜਿਹਾ ਹੈਗਾ ਹੀ ਹੈ, ਇੱਕ ਗਰੁੱਪ ਇਹੋ ਜਿਹਾ ਵੱਡਾ ਜਿਹਦਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਰੋਲ ਹੁੰਦਾ, ਬਾਕੀ ਹੁੰਦਾ, ਔਰ ਇਸੇ ਕਰਕੇ ਉਹਦੇ 'ਚੋਂ ਮੁੱਦਾ ਬਣਾ ਦੇਣ ਉਸ ਇਸ਼ੂ ਨੂੰ, ਇਹ ਕਾਫੀ ਹੱਦ ਤੱਕ ਸੰਭਾਵਨਾਵਾਂ ਹੁੰਦੀਆਂ ਨੇ। ਔਰ ਅੰਮ੍ਰਿਤਪਾਲ ਹੋਣੀ ਇੱਥੋਂ ਇਲੈਕਸ਼ਨ ਲੜਦੇ ਨੇ ਤਾਂ ਜਿਹੜੀਆਂ ਚੀਜ਼ਾਂ ਉਹਨਾਂ ਨੇ ਕਹੀਆਂ ਕਿ ਦੇਖੋ ਜੀ ਨਸ਼ਾ ਬਾਕੀ ਸਾਰੀਆਂ ਪਾਰਟੀਆਂ ਨੇ ਨਹੀਂ ਕੀਤਾ, ਬੰਦੀ ਸਿੰਘਾਂ ਦੇ ਨੇ NSA ਤੇ ਪ੍ਰੋਪਰ ਸਟੈਂਡ ਨਹੀਂ ਲਿਆ, ਬਾਕੀ ਨਹੀਂ ਹੋਇਆ, ਉਹ ਇਕੱਲਾ ਖਡੂਰ ਸਾਹਿਬ ਨਹੀਂ, ਉਹ ਮੁੱਦਾ ਪੰਜਾਬ ਦੇ ਫਿਜ਼ਾ ਦੇ ਵਿੱਚ ਵੀ ਮੁੱਦਾ ਬਣਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਉਹ ਇੱਕ ਮੁੱਦਾ ਹੋਏਗਾ, ਇਕੱਲੀ ਇਲੈਕਸ਼ਨ ਉੱਤੇ ਡਿਟੇਲਡ ਹੋ ਜਾਏਗੀ, ਹੋਰ ਬਹੁਤ ਸਾਰੇ ਮੁੱਦੇ ਹੈਗੇ। ਸਰ ਜਗਤਾਰ ਸਿੰਘ ਜੀ, ਸਵਾਲ ਤਾਂ ਇੱਥੇ ਇਹ ਵੀ ਹੈ ਕਿ ਅਕਾਲੀ ਦਲ ਜਦੋਂ ਕੋਈ ਦੋ ਕਦਮ ਅੱਗੇ ਵਧਾਉਂਦਾ ਹੈ ਤੇ ਕੋਈ ਨਾ ਕੋਈ ਇਹੋ ਜਿਹੀ ਗੱਲ ਹੋ ਜਾਂਦੀ ਹੈ ਜਿਹਦੇ ਨਾਲ ਨਾ ਉਹ ਬੜਾ ਅਹਿਮ ਫੈਸਲਾ ਤੇ ਬਹੁਤ ਅਹਿਮ ਕਦਮ ਫਿੱਕਾ ਜਿਹਾ ਲੱਗਣ ਲੱਗ ਪੈਂਦਾ। ਹੁਣ ਜਦੋਂ ਅਕਾਲੀ ਦਲ ਪੰਥਕਤਾ ਵੱਲ ਮੁੜੂਗਾ ਜਾਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਉਹ ਚੀਜ਼ਾਂ ਲੈ ਕੇ ਆਊਗਾ, ਹੁਣ ਵੀ ਉਹ ਕੋਸ਼ਿਸ਼ ਤਾਂ ਕਰ ਰਹੇ ਨੇ ਲਗਾਤਾਰ, ਜਿਵੇਂ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਦੇ ਬਿਆਨ ਤੋਂ ਬਾਅਦ ਰਿਐਕਟ ਕੀਤਾ ਸੀ ਉਸ ਦਿਨ, ਵਿਕਰਮ ਮਜੀਠੀਆ ਨੇ ਕੀਤਾ ਸੀ, ਡਾਕਟਰ ਮਨਮੋਹਨ ਸਿੰਘ ਦੇ ਸੰਦਰਭ ਨੂੰ, ਬਿਆਨ ਦੇ ਸੰਦਰਭ ਨੂੰ ਜਿਵੇਂ ਬਦਲਿਆ ਗਿਆ ਸੀ, ਤਾਂ ਉਹ ਹੁਣ ਜਦੋਂ ਇਹੀ ਮਾਮਲੇ ਜਿਹੜੇ ਅਕਾਲੀ ਦਲ ਨੇ ਉਠਾਉਣੇ ਆ ਤਾਂ ਦੂਜੀ ਧਾਰਾ ਇਹਨੂੰ ਹੋਰ ਵਜਨਦਾਰ ਤਰੀਕੇ ਨਾਲ ਉਠਾਊਗੀ, ਤੇ ਸਵਾਲ ਇਹ ਹੋਣਾ ਹੈ ਕਿ ਜੇ ਅਕਾਲੀ ਦਲ ਉਹੀ ਮਸਲੇ ਉਠਾ ਕੇ ਤੇ ਸਾਹਮਣੇ ਉਮੀਦਵਾਰ ਵੀ ਖੜਾ ਕਰ ਦਿੰਦਾ ਤੇ ਫਿਰ ਤੁਸੀਂ ਦੇਖੋ ਉਹਨੂੰ ਕਿਹੋ ਜਿਹੇ ਪ੍ਰਚਾਰ ਦਾ ਸਾਹਮਣਾ ਕਰਨਾ ਪੈਂਦਾ। ਮਤਲਬ ਖਡੂਰ ਸਾਹਿਬ ਦੇ ਵਿੱਚ ਇਹਨਾਂ ਮੁੱਦਿਆਂ ਦੇ ਉੱਤੇ ਅਕਾਲੀ ਦਲ ਜੇਕਰ ਆਪਣਾ ਕੈਂਡੀਡੇਟ ਵੀ ਨਾਲ ਦੇ ਦਿੰਦਾ ਤੇ ਉਹਨਾਂ ਦੀ ਬਾਕੀ ਸਾਰੀ ਦੀ ਸਾਰੀ ਜਿਹੜੀ ਨੈਰੇਟਿਵ ਬਣਾਉਣ ਦੀ ਪ੍ਰਕਿਰਿਆ ਉਹ ਐਨ ਇਸ ਤੋਂ ਨਬੂਦ ਹੋ ਜਾਣੀ, ਮੈਨੂੰ ਤਾਂ ਇੰਜ ਲੱਗੀ ਜਾਂਦਾ। ਸਪੋਜ਼ ਜੇ ਮੈਂ ਨਿਰਪੱਖਤਾ ਨਾਲ ਸੋਚਾਂ ਜੀ, ਤੁਸੀਂ ਕਹਿੰਦੇ ਹੋ ਨਹੀਂ, ਆਪਾਂ ਥੋੜੀ ਜਿਹੀ ਗੱਲ ਹੋਰ ਸਪਸ਼ਟ ਕਰੀਏ ਜੀ। ਪੰਜਾਬ ਦੇ ਵਿੱਚ 4-5 ਧਿਰਾਂ ਇਸ ਵੇਲੇ ਮੈਦਾਨ ਦੇ ਵਿੱਚ, ਹੁਣ ਇਹ ਨਹੀਂ ਹੈ ਕਿ ਆਹ ਧਿਰ ਫਲਾਨੇ ਕਮਿਊਨਿਟੀ ਨੂੰ ਦੀ ਤਰਜਮਾਨੀ ਕਰਦੀ ਹੈ, ਅਕਾਲੀ ਦਲ ਸਿੱਖਾਂ ਦੀ ਕਰਦਾ, ਨਹੀਂ। ਜਦੋਂ ਉਹ ਸਿਚੁਏਸ਼ਨ ਹੋਵੇ ਉਦੋਂ ਇਹ ਗੱਲਾਂ ਬਹੁਤ ਮੈਟਰ ਕਰਦੀਆਂ ਹੁੰਦੀਆਂ ਜੀ। ਹੁਣ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ, ਫਿਰ BJP, ਫਿਰ ਕਾਂਗਰਸ, ਫਿਰ ਆਮ ਆਦਮੀ ਪਾਰਟੀ, ਫਿਰ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ, ਤੇ ਛੋਟਾ ਮੋਟਾ BSP ਵੀ ਹੈਗੀ ਆ। ਹੁਣ ਜਿਹੜੀ ਪੰਥਕ ਧਿਰ ਹੈ ਉਹਨਾਂ ਦੀ ਤਰਜਮਾਨੀ ਸਰਦਾਰ ਸਿਮਰਨਜੀਤ ਸਿੰਘ ਮਾਨ ਕਰ ਰਹੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ, ਇਸ਼ੂ ਸਾਰੇ ਖੜੇ ਹੋ ਜਾਂਦੇ। ਮੈਂ ਜਦੋਂ ਪੰਜਾਬ ਦੇ ਵਿੱਚ ਲੜਾਈ ਸਿੱਧੀ ਕਾਂਗਰਸ ਤੇ ਅਕਾਲੀ ਦਲ ਦੇ ਵਿੱਚ ਹੁੰਦੀ ਸੀ ਨਾ ਜੀ, ਉਦੋਂ ਇਹ ਜਿਹੜੇ ਗਰਮ ਖਿਆਲੀ ਕੈਂਡੀਡੇਟ ਵਿੱਚ ਆ ਜਾਂਦੇ ਸੀਗੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਸੂਟ ਕਰਦੇ ਸੀ,
ਅੱਛਾ ਹਾਂ ਉਹਦਾ ਕਾਰਨ ਸੀ ਇੱਕ, ਜੇ ਉਹ ਕੈਂਡੀਡੇਟ ਨਹੀਂ ਸੀ ਖੜੇ ਹੁੰਦੇ ਤੇ ਉਹ ਵੋਟ ਕਾਂਗਰਸ ਨੂੰ ਜਾਂਦੀ ਸੀ, ਜਿਹੜੀ ਐਂਟੀ ਸ਼੍ਰੋਮਣੀ ਅਕਾਲੀ ਦਲ ਵੋਟ ਸੀਗੀ ਉਹ ਕਿਧਰ ਤਾਂ ਪੈਣੀ ਹੁੰਦੀ ਸੀ, ਉਹ ਸਿੱਧੀ ਕਾਂਗਰਸ ਨੂੰ ਜਾਂਦੀ ਸੀਗੀ। ਇਹ ਸ਼੍ਰੋਮਣੀ ਅਕਾਲੀ ਦਲ ਵਾਲੇ ਵੈਲਕਮ ਕਰਦੇ ਹੁੰਦੇ ਸੀ ਵੀ ਇਹ ਕੈਂਡੀਡੇਟ ਖੜੇ ਹੋਣ ਤਾਂ ਕਿ ਕਾਂਗਰਸ ਥੋੜ੍ਹੀ ਜਿਹੀ ਵੀਕ ਹੋਵੇ। ਹੁਣ ਉਹ ਪੋਜੀਸ਼ਨ ਨਹੀਂ ਹੈ, ਉਹ ਜਿਹੜਾ ਸੈਕਸ਼ਨ ਹੈ ਉਹ ਸਾਰਿਆਂ 'ਚ ਵੰਡਿਆ ਜਾਏਗਾ। ਇਸ ਕੇ ਜਿਹੜਾ ਜਿਹੜੇ ਇਹ ਪੋਲਰਾਈਜੇਸ਼ਨ ਹੈ ਉਸ ਲੈਵਲ ਦੀ ਨਹੀਂ ਹੁੰਦੀ। ਹੁਣ ਇਹ ਨਹੀਂ ਹੈ ਕਿ ਇੱਕ ਧਿਰ ਸਿੱਧੀ ਹੀ ਜਾ ਕੇ ਬੀਜੇਪੀ ਵੱਲ ਡਰ ਜਾਏਗੀ ਅਤੇ ਬੀਜੇਪੀ ਵੱਲ ਚਲੀ ਜਾਏਗੀ, ਨਹੀਂ। ਉਸ ਧਿਰ ਦੀ ਤਰਜਮਾਨੀ ਪਹਿਲਾਂ ਕਾਂਗਰਸ ਕਰਦੀ ਸੀ, ਬੀਜੇਪੀ ਨਹੀਂ ਸੀ ਕਰਦੀ। ਹਿਸਟੋਰੀਕਲੀ ਹਮੇਸ਼ਾ ਕਾਂਗਰਸ ਨੇ ਉਹਨਾਂ ਦੀ ਤਰਜਮਾਨੀ ਕੀਤੀ ਪੰਜਾਬ ਦਾ, ਬਾਕੀ ਮੁਲਕ ਦੇ ਨਾਲੋਂ ਫਰਕ ਹੈਗਾ ਇੱਥੇ ਆ ਕੇ। ਬੀਜੇਪੀ ਤਾਂ ਹੁਣ ਇੰਡੀਪੈਂਡੈਂਟਲੀ ਇਲੈਕਸ਼ਨ ਲੜਨ ਲੱਗੀ ਹੈ ਅਤੇ ਹਾਲੇ ਅਤੇ ਪੰਜਾਬ ਦਾ ਪੰਜਾਬ ਦੇ ਰੂਪ ਰੇਖਾ ਹੀ ਸਾਰੀ ਬਦਲ ਗਈ ਇਸ ਇਲੈਕਸ਼ਨ ਦੇ ਵਿੱਚ। ਇਹ ਹੁਣ ਮਲਟੀ ਪਾਰਟੀ ਸਿਸਟਮ ਹੈ ਇੱਥੇ ਜੀ, ਦੋ ਤਿੰਨ ਪਾਰਟੀਆਂ ਵੀ ਗੱਲ ਨਹੀਂ ਗੀ। ਸੋ ਇਹ ਟੋਟਲ ਚੇਂਜ ਹੈਗੀ ਹੈ। ਇਹ ਅਲਟੀਮੇਟਲੀ ਜਦੋਂ ਇਹ ਥੋੜ੍ਹੀ ਜਿਹੀ ਗੱਲ ਗਾਂਹ ਤੁਰੇਗੀ ਫਿਰ ਸਮਝਾਉਣੀ ਸ਼ੁਰੂ ਹੋਏਗੀ ਵੀ ਕਿਹੜਾ ਕੈਂਡੀਡੇਟ ਕਿੱਥੇ ਮਾਰ ਕਰ ਰਿਹਾ, ਫਿਰ ਗੱਲ ਕਲੀਅਰ ਹੁੰਦੀ ਆ। ਸਰਵੀਰ ਸਿੰਘ ਜੀ, ਮੈਂ ਜਿਹੜਾ ਸਵਾਲ ਸਰਦਾਰ ਜਗਤਾਰ ਸਿੰਘ ਜੀ ਨੂੰ ਕੀਤਾ ਇਹੀ ਸਵਾਲ ਮੈਂ ਇੱਕ ਵਾਰੀ ਫਿਰ ਤੁਹਾਡੇ ਕੋਲ ਵੀ ਲੈ ਕੇ ਆਉਣਾ ਚਾਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਮੁੱਦਿਆਂ ਨੂੰ ਨੰਬਰ ਇੱਕ 'ਤੇ ਰੱਖ ਕੇ ਜਾਂ ਉਹਨਾਂ ਨੂੰ ਤਰਜੀਹੀ ਤੌਰ 'ਤੇ ਅੱਗੇ ਵਧਾਉਂਦੇ ਹਾਂ ਤਾਂ ਜੇ ਕੋਈ ਉਹਦੇ ਨਾਲੋਂ ਵੀ ਤਿੱਖੀ ਸੁਰ ਵਾਲਾ ਵਿਅਕਤੀ ਉੱਥੇ ਮੌਜੂਦ ਹੋਵੇ ਤਾਂ ਤੁਹਾਡੇ ਨਾਲੋਂ ਜ਼ਿਆਦਾ ਮਾਨਤਾ ਉਹਨੂੰ ਮਿਲ ਰਹੀ ਹੁੰਦੀ ਹੈ। ਵੈਸੇ ਮੈਂ ਇੱਥੇ ਇੱਕ ਨਾਲ ਪਹਿਲੂ ਇਹ ਵੀ ਜ਼ਰੂਰ ਸਮਝਣਾ ਚਾਹੂੰਗਾ ਕਿ ਜਦੋਂ ਇਸੇ ਹੀ ਨੇਚਰ, ਮਤਲਬ ਜਦੋਂ ਰਾਜੋਵਾਲਾ ਬਲਵੰਤ ਸਿੰਘ ਰਾਜੋਵਾਲਾ ਦੀ ਭੈਣ ਕਮਲਦੀਪ ਕੌਰ ਨੂੰ ਖੜਾਇਆ ਗਿਆ ਸੀ ਸੰਗਰੂਰ ਦੇ ਵਿੱਚੋਂ ਤਾਂ ਵੋਟਾਂ ਪੰਜਵੇਂ ਨੰਬਰ 'ਤੇ ਜਾ ਕੇ ਡਿੱਗੀਆਂ ਸੀ। ਉਹ ਇੱਕ ਅਲੱਗ ਪਹਿਲੂ ਆ, ਆਪਾਂ ਉਹਨੂੰ ਨਹੀਂ ਟੱਚ ਕਰਦੇ। ਇੱਥੇ ਬਿਲਕੁਲ ਮਨੋਵੇਗ ਭਾਵਨਾਵਾਂ ਹੋਰ ਤਰ੍ਹਾਂ ਦੀਆਂ ਹੋਣਗੀਆਂ, ਮੰਨ ਲੈਂਦੇ ਹਾਂ ਕਿ ਹੋਣਗੀਆਂ, ਅਤੇ ਜੇ ਅਕਾਲੀ ਦਲ ਇੱਥੇ ਆਪਣਾ ਕੈਂਡੀਡੇਟ ਦੇ ਦਿੰਦਾ ਹੈ ਤਾਂ ਮੰਨਿਆ ਜਾਊਗਾ ਕਿ ਜਿਹੜਾ ਉਹਨਾਂ ਦਾ ਬਿਰਤਾਂਤ ਆ ਉਹ ਫੇਕ ਆ, ਮਤਲਬ ਉਹ ਅਸਲ ਜਿਹੜੇ ਇਸ ਤਰ੍ਹਾਂ ਦੇ ਬੰਦੇ ਲੜਨਾ ਚਾਹ ਰਹੇ ਉਹਨਾਂ ਨੂੰ ਤਾਂ ਮਦਦ ਨਹੀਂ ਕਰਦੇ, ਅਤੇ ਇਹ ਆਪ ਆਪਣਾ ਉੱਥੇ ਤਾਂ ਵਿਰੋਧ ਕਰ ਰਹੇ ਨੇ, ਉੱਥੇ ਕੈਂਡੀਡੇਟ ਦੇ ਕੇ ਪੰਥਕ ਵੋਟ ਵੰਡਣ ਦਾ ਕੰਮ ਕਰ ਰਹੇ ਨੇ। ਮੈਂ ਤਾਂ ਇਹਨੂੰ ਕੈਟੇਗੋਰਿਕ ਸਮਝਣਾ ਚਾਹ ਰਿਹਾ ਸੀਗਾ ਜੀ। ਨਾ, ਮੈਨੂੰ ਨਹੀਂ ਲੱਗਦਾ ਇੱਕ ਪਾਰਟੀ, ਇੱਕ ਬੰਦਾ ਨਵਾਂ ਹੁੰਦਾ ਜਿਹਦਾ ਪੋਲਿਟਿਕਸ 'ਚ ਅਜੇ ਸਟੇਕ ਹੀ ਨਹੀਂ ਹੈ, ਉਹ ਉਹਦੀ ਉਡੀਕ ਕਰਕੇ ਆਪਣਾ ਕੈਂਡੀਡੇਟ ਦੇਣ। ਇੱਕ ਪੋਲੀਟੀਕਲ ਧਿਰ ਹੈ ਜਿਹੜੀ ਮਤਲਬ 100 ਸਾਲ ਤੋਂ ਇੱਕ ਕੰਟੀਨਿਊ ਕਰ ਰਹੀ ਹੈ, ਉਹ ਗਲਤ ਜਾਂ ਠੀਕ ਉਹ ਇੱਕ ਅਲੱਗ ਗੱਲ ਹੈ ਕਿ ਇਕੱਲਾ ਇਹੀ ਬੈਨਰ ਹੀ ਬਣ ਜਾਊ। ਨਾਲੇ ਚੋਣ ਕਿਸੇ ਇੱਕੋ ਮੁੱਦੇ 'ਤੇ ਲੜੀ ਜਾਂਦੀ ਹੈ ਜ਼ਰੂਰੀ ਨਹੀਂ। ਹਾਂ, 89 ਇੱਕ ਅਪਵਾਦ ਹੈ ਜਦੋਂ ਗੱਲ ਹੀ ਇਹ ਚੱਲ ਰਹੀ ਸੀ ਇੱਕ ਸਟੇਟ ਦੀ, ਇੱਡੀ ਵੱਡੀ ਲੜਾਈ, ਇੰਨੇ ਮੁੰਡੇ ਵੀ ਮਰ ਰਹੇ ਸੀ, ਇੰਨੇ ਜੇਲ੍ਹਾਂ 'ਚ ਜਾ ਰਹੇ ਸੀ, ਪੁਲਿਸ ਦਾ ਤਸ਼ੱਦਦ ਵੀ ਸੀਗਾ, ਦੂਜੇ ਪਾਸੋਂ ਮਿਲੀਟੈਂਟਸ ਦੀ ਆਪਣੀ ਆਰਮਡ ਸਟਰਗਲ ਦਾ ਇੱਕ ਕੰਮ ਉਸ ਲੈਵਲ 'ਤੇ ਸੀ, ਉਹ ਇੱਕ ਅਲੱਗ ਟਾਈਪ ਦੀ ਗੱਲ ਸੀ। ਹਾਲਾਤ ਕਈ ਵਾਰ ਹੋਰ ਤਰ੍ਹਾਂ ਦੇ ਹੁੰਦੇ ਨੇ। ਦੂਜੀ ਗੱਲ, ਉਦੋਂ ਬਾਅਦ ਤੁਸੀਂ ਦੇਖੋ ਲਗਾਤਾਰ ਜ਼ਿਆਦਾ ਉੱਚੀ ਸੁਰ 'ਚ ਜ਼ਿਆਦਾ ਕਲੈਰਿਟੀ ਦੇ ਨਾਲ ਉਹਨਾਂ ਹੀ ਮੁੱਦਿਆਂ ਨੂੰ ਸਿਮਰਜੀਤ ਸਿੰਘ ਮਾਨ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਹਿੰਦਾ ਆ ਰਿਹਾ ਲਗਾਤਾਰ। ਅੰਮ੍ਰਿਤਸਰ ਐਲਾਨਨਾਮਾ ਆਇਆ ਉਦੋਂ ਬਾਅਦ, ਅੰਮ੍ਰਿਤਸਰ ਐਲਾਨਨਾਮੇ ਨੂੰ ਬਾਕੀ ਛੱਡ ਕੇ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਪੱਲੇ ਇਕੱਲਾ ਹੋ ਰਿਹਾ, ਕਿੰਨਾ ਲੋਕਾਂ ਨੇ ਰਿਸਪੌਂਡ ਕੀਤਾ ਮਾਨ ਸਾਹਿਬ ਨੂੰ। ਪਰ ਮਾਨ ਸਾਹਿਬ ਕੇਵਲ ਰਹੇ ਨੇ ਜਿੱਤਦੇ ਕਦੇ ਕਦਾਈ, ਜੇ ਜਿੱਤੇ ਨੇ ਜਦੋਂ ਬਰਨਾਲੇ ਸੰਗਰੂਰ ਚੋਂ, ਉਹ ਇਸ ਕਰਕੇ ਨਹੀਂ ਜਿੱਤੇ ਕਿ ਉਹਨਾਂ ਉਹ ਏਜੰਡਾ ਜ਼ਿਆਦਾ ਸ਼ਾਰਪ ਲੈ ਰਹੇ ਨੇ, ਉਹ ਜਿੱਤੇ ਨੇ ਢੀਂਡਸਿਆਂ ਤੇ ਬਰਨਾਲਿਆਂ ਦੀ ਵਿਰੋਧ ਚੋਂ। ਉਹ ਇੱਕ ਧੜਾ ਉੱਧਰ ਪੈਂਦਾ ਇੱਕ ਦੋ, ਹੁਣ ਵੀ ਜਿਹੜੇ ਮਾਨ ਸਾਹਿਬ ਉੱਥੇ ਖੜੇ ਨੇ ਕਹਿੰਦੇ ਨੇ ਉਹ ਅਜੇ ਵੀ ਉਹਨਾਂ ਨੂੰ ਐਂ ਨਹੀਂ ਕਿਹਾ ਜਾ ਸਕਦਾ ਕਿ ਉਹ ਮੁਕਾਬਲੇ 'ਚ ਨਹੀਂ। ਪਰ ਜਦੋਂ ਕੋਈ ਤੁਸੀਂ ਕਿਸੇ ਸੱਜਣ ਨਾਲ ਗੱਲ ਕਰਦੇ ਉਹ ਕਹਿੰਦੇ ਨਾ ਮਾਨ ਸਾਹਿਬ ਨੂੰ ਵੋਟ ਕਿਹੜੀ ਪੈਣੀ ਹੈ। ਮੈਨੂੰ ਕੋਈ ਇੱਕ ਬੰਦਾ ਕਹਿੰਦਾ ਵੀ ਉਹਨਾਂ ਦੀ ਨਾ
50-60 ਹਜ਼ਾਰ ਵੋਟ ਤਾਂ ਪੱਕੀ ਆ, ਪਰ ਬਾਕੀ ਕਿਹੜੀ ਪੈਣੀ ਆ ਜਿਹਦੇ ਚ ਅਸੀਂ ਕਹਿੰਦੇ ਹਾਂ ਮੁਕਾਬਲੇ ਚ ਨੇ? ਸਾਰੀ ਬਾਦਲਾਂ ਦਾ ਜਿਹੜਾ ਨਾਰਾਜ਼ ਧੜਾ, ਸਾਰਾ ਜਿਹੜਾ ਆਮ ਆਦਮੀ ਪਾਰਟੀ ਦਾ ਨਾਰਾਜ਼ ਧੜਾ, ਸਾਰਾ ਜਿਹੜਾ ਹੋਰ ਜਿਹੜੇ ਵੱਖ ਵੱਖ ਗਰੁੱਪ ਨੇ ਕਾਂਗਰਸ ਦਾ ਨਾਰਾਜ਼ ਧੜਾ, ਉਹ ਸਾਰੇ ਮਾਨ ਸਾਹਿਬ ਨੂੰ ਪੈ ਕੇ ਰਾਜੀ ਨੇ। ਮਤਲਬ ਉਹ ਕਿਸੇ ਏਜੰਡੇ ਤੇ ਪੈ ਕੇ ਰਾਜੀ ਨੇ ਜਾਂ ਆਪਦੀ ਪੋਲਿਟਿਕਸ ਚੋਂ ਪੈ ਕੇ ਰਾਜੀ ਨੇ, ਬਾਕੀ ਜਗ੍ਹਾ ਨਹੀਂ ਆ ਮਾਨ ਸਾਹਿਬ ਉਸ ਰੂਪ ਚ। ਇਸ ਲਈ ਏਜੰਡਾ ਵੀ ਕੋਈ ਕੋਈ ਜਦੋਂ ਚੱਲਦਾ ਹੁੰਦਾ, ਉਹ ਉਹਨਾਂ ਦਿਨਾਂ ਚ ਚੱਲਦਾ ਹੁੰਦਾ ਜਿਹਦੇ ਤੇ ਕੋਈ ਵੇਗ ਹੋਵੇ, ਜਿਹਦੇ ਤੇ ਕੋਈ ਕੰਮ ਕੀਤਾ ਗਿਆ ਹੋਵੇ, ਜਿਹਦੇ ਤੇ ਲੋਕ ਖੜੇ ਦਿਖਾਈ ਦੇਣ। ਇਸ ਸਮੇਂ ਏਜੰਡਾ ਮੈਨੂੰ ਲੱਗਦਾ ਕਿਸਾਨੀ ਦਾ ਏਜੰਡਾ ਫਿਰ ਵੀ ਸਟਰੋਂਗ ਏਜੰਡਾ ਦਿਖਾਈ ਦੇ ਰਿਹਾ। ਇਹ ਠੀਕ ਹੈ ਜਦੋਂ ਆਪਾਂ ਕਹਿੰਦੇ ਨਾ ਕਿਸਾਨ ਤੇ ਪੰਥ ਇਕੱਠਾ ਹੀ ਹੈ ਲਗਭਗ, ਪਰ ਕਿਸਾਨੀ ਦਾ ਏਜੰਡਾ ਜਿਹੜੇ ਰੈਗੂਲਰ ਫੀਲਡ ਚ ਨੇ ਉਹ ਕਿੱਧਰ ਜਾਏਗਾ, ਉਹਦਾ ਇੱਕ ਫਰਕ ਜ਼ਰੂਰ ਪਏਗਾ, ਕਿਹਨੂੰ ਕਰੇਗਾ ਕਿਹਨੂੰ ਨਹੀਂ। ਕਿਸਾਨੀ ਮੇਨਲੀ ਬੀਜੇਪੀ ਤੇ ਆਪ ਦੇ ਸਵਾਲ ਜ਼ਿਆਦਾ ਕਰ ਰਹੀ ਹੈ, ਬਾਕੀਆਂ ਤੇ ਘੱਟ। ਬਾਕੀਆਂ ਦੀ ਇੱਚੋ ਚੋਇਸ ਕਿਹੜੀ ਕਰੂਗੀ ਉਹ ਇੱਕ ਅਲੱਗ ਗੱਲ ਹੈ। ਇਸ ਲਈ ਉਹ ਵੰਡੀ ਜਾਊਗੀ ਜਾਂ ਨਹੀਂ, ਇਸ ਸਮੇਂ ਕਿਸਾਨੀ ਦੇ ਪਿੱਛੇ ਲਾਮਬੰਦੀ ਪੰਥਕ ਸਫਾ ਦੇ ਕੰਪੈਰੇਟਿਵਲੀ ਜ਼ਿਆਦਾ ਦਿਖਾਈ ਦੇ ਰਹੀ ਹੈ। ਉਹਨਾਂ ਦੇ ਆਪਣੇ ਮੁੱਦੇ ਨੇ, ਉਹਨਾਂ ਦੀ ਐਗਜ਼ਿਸਟੈਂਸ ਦਾ ਸਵਾਲ ਵੀ ਹੈ, ਇਕਨੋਮਿਕ ਮੁੱਦੇ ਵੀ ਨੇ, ਪੋਲੀਟੀਕਲ ਮੁੱਦੇ ਨੇ ਤੇ ਆਪਣੀਆਂ ਡਿਮਾਂਡਸ ਦਾ ਕੁਐਸਚਨ ਵੀ ਹੈ। ਇਹ ਸਾਰੇ ਸਵਾਲਾਂ ਨੂੰ ਵੀ ਅਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਮੇਰੇ ਖਿਆਲ ਨਾਲ ਇਕੱਲੇ ਇੱਕ ਮੁੱਦੇ ਨਾਲ ਜੋੜ। ਸਰ ਜਗਤਾਰ ਸਿੰਘ ਜੀ, ਇਸ ਗੱਲਬਾਤ ਦੇ ਵਿੱਚ ਇਹ ਆਖਰੀ ਸਵਾਲ ਇਸ ਮੁੱਦੇ ਨਾਲ ਜੁੜਿਆ, ਤੁਹਾਨੂੰ ਲੱਗਦਾ ਕਿ ਖਡੂਰ ਸਾਹਿਬ ਰਿਐਕਟ ਕਰੇਗਾ ਅੰਮ੍ਰਿਤਪਾਲ ਨੂੰ ਪੋਜ਼ਿਟਿਵਲੀ ਔਰ ਉਹ ਇੱਕ ਪ੍ਰਭਾਵਸ਼ਾਲੀ ਵੋਟ ਲੈ ਜਾਣਗੇ ਜਿਹਦੇ ਨਾਲ ਉਹਨਾਂ ਦਾ ਮਾਣ ਸਨਮਾਨ ਵੱਧ ਜਾਊਗਾ ਔਰ ਇਹਦੇ ਨਾਲ ਇੱਕ ਨਵੀਂ ਪੋਲਿਟਿਕਸ ਨੂੰ ਵੀ ਜਨਮ ਮਿਲੂਗਾ, ਤੁਹਾਨੂੰ ਲੱਗਦਾ ਅੱਜ ਦੇ ਦਿਨ 'ਚ ਬਿਨਾਂ ਅਜੇ ਇਸ ਕੰਪੇਨ ਦੇ ਸ਼ੁਰੂ ਹੋਇਆ ਪਹਿਲੀ ਖ਼ਬਰ ਤੋਂ ਬਾਅਦ ਤੁਸੀਂ ਕਿਵੇਂ ਸੋਚ ਰਹੇ ਹੋ? ਨਹੀਂ, ਮੈਨੂੰ ਨਹੀਂ ਲੱਗਦਾ ਬਿਲਕੁਲ, ਕਿਉਂਕਿ ਮੈਂ ਜਦੋਂ ਬੀਬੀ ਪਰਮਜੀਤ ਕੌਰ ਖਾਲੜਾ ਦੀ ਐਗਜ਼ਾਮਪਲ ਦਿੱਤੀ ਹੈ, ਮੈਂ ਇਸੇ ਕਰਕੇ ਦਿੱਤੀ ਸੀਗੀ। ਇਹ ਭਾਵਿਕ ਇਸ਼ੂ ਹੋਰ ਲੈਵਲ ਦੇ ਹੁੰਦੇ ਆ, ਜਿਹੜੇ ਇਲੈਕਸ਼ਨ ਦਾ ਡਾਇਨਾਮਿਕਸ ਹੈ ਉਹ ਵੱਖਰੀ ਹੁੰਦੀ ਹੈ, ਇਹ ਦੋ ਵੱਖਰੀਆਂ ਵੱਖਰੀਆਂ ਗੱਲਾਂ। ਅਸੀਂ ਜਿੰਨਾ ਇਹ ਇੰਪੋਰਟੈਂਸ ਅੰਮ੍ਰਿਤਪਾਲ ਹੋਰਾਂ ਨੂੰ ਦੇ ਰਹੇ ਹਾਂ ਇਲੈਕਸ਼ਨ ਦੇ ਵਿੱਚ, ਸ਼ਾਇਦ ਇੰਨੀ ਉਹ ਧਿਰ ਉੱਨੀ ਇੰਪੋਰਟੈਂਟ ਨਾ ਬਣ ਸਕੇ। ਉਹ ਵੱਖਰੇ ਇਸ਼ੂ ਹੁੰਦੇ ਕਿ ਇਹ ਬੰਦੀ ਸਿੰਘਾਂ ਦਾ ਇਸ਼ੂ, ਜੇ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਇਹ ਮੋਹਾਲੀ ਜਿਹੜਾ ਮੋਰਚਾ ਲੱਗਿਆ ਵਾਈ ਪੀ ਐਸ ਚੌਕ ਦੇ ਵਿੱਚ, ਉੱਥੇ ਤਾਂ ਕੋਈ ਜਾਂਦਾ ਨਹੀਂ। ਜੇ ਇਸ਼ੂ ਹੁੰਦਾ ਤੇ ਉਹ ਮੋਰਚੇ ਦੀ ਹਾਲਤ ਇਹ ਨਹੀਂ ਸੀ ਹੁੰਦੀ ਜੀ। ਸੋ ਇਹ ਮੈਨੂੰ ਇਹ ਨਹੀਂ ਇੰਨਾ ਕਿ ਇਹ ਕੋਈ ਵੱਡਾ ਇਸ਼ੂ ਬਣ ਕੇ ਨਿਕਲੇਗਾ ਜਾਂ ਅੰਮ੍ਰਿਤਪਾਲ ਹੋਰਾਂ ਦਾ ਕੱਦ ਉੱਚਾ ਹੋਏਗਾ, ਕਿਤੇ ਉਲਟਾ ਤਾਂ ਨਾ ਹੋ ਜਾਏ, ਕਿਤੇ ਹੁਣ ਤਾਂ ਨਾ ਬਣਿਆ ਹੋਇਆ ਹੈ, ਜੇ ਵੋਟਾਂ ਨਾ ਪਈਆਂ ਫਿਰ ਕੀ ਹੋਏਗਾ? ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਬੰਦੀ ਸਿੰਘਾਂ ਦੇ ਮੋਰਚੇ ਤੇ ਅੰਮ੍ਰਿਤਪਾਲ ਸਿੰਘ ਜਦੋਂ ਆਏ ਸੀ, ਉੱਥੇ ਦੀ ਸਪੀਚ ਦੇਖੋ, ਉਹ ਕਹਿੰਦੇ ਹੋਰ ਤੁਹਾਡੇ ਫੜ ਕੇ ਬੰਦੇ ਅੰਦਰ ਕਰ ਦੇਣਗੇ, ਇਹਨਾਂ ਨੂੰ ਛੁਡਾਉਣ ਲਈ ਕੀ ਕਰੋਗੇ ਇਕੱਲਿਆਂ ਨੂੰ? ਇਹ ਤਾਂ ਇੱਕ ਲੰਬੀ ਲੜਾਈ ਹੈ ਤੇ ਉਸ ਲਈ ਲੜਾਈ ਲੜੋ ਆ ਕੇ। ਉਦੋਂ ਤਾਂ ਬੰਦੀ ਸਿੰਘਾਂ ਦਾ ਇਸ਼ੂ ਹੀ ਨਹੀਂ ਸੀ, ਇਹ ਤਾਂ ਹੋਰ ਲੜਾਈ ਦਾ ਸੱਦਾ ਦੇ ਰਹੇ ਸੀ ਸਗੋਂ ਬਾਕੀ ਦੇ, ਕਿ ਅੱਗੇ ਲੜਾਈ ਲੜੋ, ਪੰਥ ਕੇ ਤਾਂ ਹੁੰਦਾ ਹੀ ਰਹਿੰਦਾ। ਔਰ ਜਦੋਂ ਜੀਰੇ ਗਏ ਨੇ ਅੰਮ੍ਰਿਤਪਾਲ ਸਿੰਘ ਕਿਸਾਨਾਂ ਦਾ ਜਿਹੜਾ ਲੰਬਾ ਚੱਲ ਰਿਹਾ ਸੀ ਪਾਣੀ ਤੇ, ਉੱਥੇ ਉਹਨਾਂ ਨੂੰ ਕਿਹਾ ਵੀ ਆਹ ਫੈਕਟਰੀ ਚੱਲਦੀ ਹੈ ਤੁਹਾਡੇ ਸਾਹਮਣੇ, ਚੱਲਦੀ ਕਿਵੇਂ ਆ ਤੁਹਾਡੇ ਸਾਹਮਣੇ, ਦੋ ਬੰਦੇ ਮਾਰੇ ਜਾਣਗੇ ਕੀ ਹੋ ਜਾਊਗਾ, ਤੇ ਤੁਸੀਂ ਇਹਨੂੰ ਬੰਦ ਐਂ ਕਿਉਂ ਨਹੀਂ ਕਰ ਦਿੰਦੇ ਚੱਕ ਕੇ, ਤੁਹਾਡੇ ਸਾਹਮਣੇ ਕਿਵੇਂ ਆ ਗਏ ਇਹ ਗੱਲ? ਉਦੋਂ ਉਹ ਸਟਾਈਲ ਸੀਗਾ ਫੰਕਸ਼ਨ, ਦੇਖੋ ਤੁਹਾਡਾ ਉਸ ਟਾਊਨ ਦੱਸ ਨਹੀਂ, ਇਹ ਹੁਣ ਨਵਾਂ ਆਊਗਾ ਬੰਦੀ ਸਿੰਘ ਸੁਣਾਉਣ ਦਾ, ਕਿਉਂਕਿ ਤੁਸੀਂ ਬੰਦੀ ਹੋ ਗਏ ਹੋ। ਉਹ ਬੰਦੀ ਉਹ ਨੇ ਜਿਹੜੇ 20-25, 25-30 ਸਾਲ ਤੋਂ, ਉਹਨਾਂ ਬਾਰੇ ਤੁਹਾਡੀ ਅਪਰੋਚ ਇਹ ਨਹੀਂ ਸੀ। ਉਦੋਂ ਹੋਰ ਅਪਰੋਚ ਸੀ ਕਿ ਮੂਵਮੈਂਟਾਂ ਤਾਂ ਵਾਰ ਵਾਰ ਲੜਨੀਆਂ ਪੈਣਗੀਆਂ, ਅੱਜ ਹੋਰ ਤਰ੍ਹਾਂ ਦੀ ਆਉਂਦੀ ਹੈ। ਜਦੋਂ ਤੁਸੀਂ ਪੋਲਿਟਿਕਸ ਦੇ ਡੋਮੇਨ 'ਚ ਆਉਂਦੇ ਹੋ, ਉਦੋਂ ਸਾਰੇ ਸਵਾਲ ਉੱਭਰ ਕੇ ਵੀ ਸਾਹਮਣੇ ਆਉਂਦੇ ਨੇ, ਬਾਕੀ ਦੇ ਉਹਨਾਂ ਦਾ ਜਵਾਬ ਵੀ ਤਾਂ ਤੁਹਾਨੂੰ ਦੇ ਕੇ ਰੱਖਣਾ ਪਏਗਾ। ਹੁਣ ਉਹ ਕਿਵੇਂ ਦੇਣਗੇ ਕਿਵੇਂ ਨਹੀਂ, ਇਹ ਸਵਾਲ ਵੀ ਸਾਹਮਣੇ ਹੋਣ। ਮੈਂ ਫਿਰ ਵੀ ਥੋੜਾ ਬਹੁਤ ਇਹ ਗੱਲ, ਮਤਲਬ ਮੇਰਾ ਖਿਆਲ ਹੈ
ਪੂਰੀ ਤਰ੍ਹਾਂ ਡਿਨਾਈ ਨਹੀਂ ਕੀਤੀ ਜਾ ਸਕਦੀ ਕਿ ਉਹ ਇੱਕ ਪਲੇਅਰ ਦੇ ਤੌਰ ਤੇ ਮਤਲਬ ਉੱਥੇ 5 ਕੋਨਾ 6 ਕੋਨਾ ਮੁਕਾਬਲਾ ਜਿਹੋ ਜਿਹਾ ਵੀ ਬਣੇਗਾ ਉਹਦੇ ਤੌਰ ਤੇ ਆ ਜਾਣ, ਪਰ ਉਹ ਜੇਤੂ ਹੋਣਗੇ ਨਹੀਂ ਹੋਣਗੇ ਇਹਦਾ ਨਹੀਂ ਹਜੇ ਇਹ ਕਿਹਾ ਜਾ ਸਕਦਾ ਵੀ ਉਹ ਇੰਨੀਆਂ ਵੋਟਾਂ ਤੇ ਲੈ ਕੇ ਜਾਣਗੇ। ਬੀਬੀ ਫਗਾ ਲੈਣਾ ਨੂੰ 20% ਵੋਟ ਮਿਲੀ ਜੀ। ਜਗਤਾਰ ਸਿੰਘ ਜੀ ਤੁਸੀਂ ਕੁਛ ਕਹਿਣਾ ਚਾਹ ਰਹੇ ਸੀ? ਮੈਂ ਲਾਸਟ ਛੋਟੀ ਜਿਹੀ ਗੱਲ ਕਰਨੀ ਹੈ, ਬੰਦੇ ਸਿੰਘਾਂ ਦੇ ਮੈਂ ਸਿਧਾਂਤਕ ਆਸਪੈਕਟ ਤੋਂ ਗੱਲ ਕਰ ਰਿਹਾ। ਜਦੋਂ ਸਰਕਾਰ ਚੱਲਦੇ ਹੋਣ ਨਾ ਇਹ ਲੋਕ ਜੇਲ੍ਹਾਂ ਭਰੀਆਂ ਹੀ ਜਾਂਦੀਆਂ ਹੁੰਦੀਆਂ, ਇਤਿਹਾਸ ਹੈ ਇਹ ਤਾਂ। ਜਾਂ ਤਾਂ ਇਹ ਅਨਾਊਂਸ ਕਰ ਦੇਣ ਆਪਣੇ ਅੰਮ੍ਰਿਤਪਾਲ ਹੋਰੀ ਵੀ ਜਿਹੜਾ ਉਸ ਘਰ ਸੀਗਾ ਜਿਹਦੇ ਵਿੱਚ ਬੰਦੀ ਹੈਗੇ ਹੈ ਉਹ ਸੰਘਰਸ਼ ਖਤਮ ਹੋ ਚੁੱਕਿਆ। ਇਹ ਤਾਂ ਖੁਦ ਉਹ ਸੰਘਰਸ਼ ਕਰ ਰਹੇ ਸੀਗੇ। ਜੇ ਸੰਘਰਸ਼ ਖਤਮ ਹੋ ਗਿਆ ਠੀਕ ਹੈ, ਫਿਰ ਤੁਸੀਂ ਬੰਦੇ ਸਿੰਘਾਂ ਦੀ ਰਿਹਾਈ ਵਾਸਤੇ ਲੜੋ। ਮੈਨੂੰ ਤਾਂ ਕਿ ਨਾਰਮਲ ਇਹ ਫਿਨਾਮਨਾ ਹੈ ਜੋ ਸੰਘਰਸ਼ ਚੱਲ ਰਿਹਾ ਹੁੰਦਾ, ਲੋਕ ਜੇਲ੍ਹਾਂ ਜਾਂਦੇ ਆ ਜੀ। ਮੈਂ ਇਹਦੇ 'ਚ ਜਿਹੜੀ ਸਭ ਤੋਂ ਮੈਨੂੰ ਬਿਹਤਰ ਗੱਲ ਲੱਗ ਰਹੀ ਆ ਉਹ ਇਹ ਹੈ ਕਿ ਘੱਟੋ ਘੱਟ ਫੈਸਲਾ ਹੋ ਜਾਊਗਾ ਕਿ ਕਿੰਨੇ ਪ੍ਰਤੀਸ਼ਤ ਲੋਕ ਕਿਸ ਤਰ੍ਹਾਂ ਰਿਐਕਟ ਕਰਦੇ ਆ। ਖਡੂਰ ਸਾਹਿਬ ਪੰਥਕ ਸੀਟ ਆ ਤੇ ਪੰਥਕ ਸੀਟ ਦੇ ਉੱਤੇ ਅੰਮ੍ਰਿਤਪਾਲ ਸਿੰਘ ਨੇ ਡੈਮੋਕ੍ਰੇਸੀ 'ਚ ਵਿਸ਼ਵਾਸ ਪ੍ਰਗਟ ਕਰਦਿਆਂ ਆਪਣਾ ਸਾਰਾ ਕੁਝ ਸਟੇਕ ਤੇ ਲਾਤਾ, ਉਹਨਾਂ ਨੇ ਆਪਣੀ ਜ਼ਿੰਦਗੀ ਦੀ ਖੱਟੀ ਕਮਾਈ ਸਾਰੀ ਇੱਥੇ ਰੱਖਤੀ ਆ। ਹੁਣ ਇੱਥੇ ਫੈਸਲਾ ਹੋਣਾ ਹੈ ਕਿ ਲੋਕ ਕਿਵੇਂ ਰਿਐਕਟ ਕਰਦੇ ਆ, ਇਹਨਾਂ ਨੂੰ ਕਿੰਨੀ ਵੋਟ ਪੈਂਦੀ ਆ, ਇਹਨਾਂ ਨੂੰ ਪ੍ਰਵਾਨ ਕੀਤਾ ਜਾਂਦਾ ਹੈ ਜਾਂ ਅਪ੍ਰਵਾਨ ਕੀਤਾ ਜਾਂਦਾ, ਇਹਦੇ ਉੱਤੇ ਵੀ ਬਹਿਸਾਂ ਜ਼ਰੂਰ ਹੋਣਗੀਆਂ। ਸਾਹਮੀਰ ਸਿੰਘ ਜੀ ਜਾਂਦੇ ਜਾਂਦੇ ਅਸੀਂ ਵੈਸੇ ਤਾਂ ਬਹੁਤ ਹੀ ਲੰਬਾ ਲੰਘ ਆਏ ਹਾਂ, ਪਰ ਹੁਣ ਇਹ ਮਾਮਲੇ ਬੜੇ ਅਹਿਮ ਆ। ਮੈਂ ਇੱਕ ਸੈਕਿੰਡ ਜੇ ਦੇਖਾਂ ਸਰਚ ਕਰਕੇ ਵੀ ਅੱਜ ਲੋਕ ਸਭਾ ਦਾ ਜਿਹੜਾ ਇਹ ਦੂਜਾ ਫੇਜ਼ ਹੈ ਇਹਦੇ ਵਿੱਚ ਕਿੰਨੀਆਂ ਕੁ ਵੋਟਾਂ ਪੋਲ ਹੋਈਆਂ, ਪ੍ਰਤੀਸ਼ਤ ਕਿੰਨੇ ਕੁ ਹੋਇਆ, ਇਹ ਮੈਨੂੰ ਲੱਗਦਾ ਕਿ ਘੰਟਾ ਪਹਿਲਾਂ ਤੱਕ 50% ਤੋਂ 3 ਵਜੇ ਤੋਂ ਪਹਿਲਾਂ 50.25% ਦਾ ਇੱਕ ਅੰਕੜਾ ਆ ਰਿਹਾ ਕਿ ਹੋਇਆ। ਚਲੋ ਆਪਾਂ ਇਹਨੂੰ ਛੱਡ ਦਿੰਦੇ, ਕੱਲ੍ਹ ਤੋਂ ਅੰਕੜਿਆਂ 'ਚ ਪੈਣਾ ਕਲੀਅਰ ਹੋ ਹੀ ਜਾਊਗਾ। ਪਰ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਅੱਜ ਫੈਸਲਾ ਕੁੰਨ ਈਵੀਐਮ ਨੂੰ ਲੈ ਕੇ 2 ਪਟੀਸ਼ਨਾਂ ਸੀਗਾ ਕਿ ਬੈਲਟ ਪੇਪਰ ਨਾਲ ਚੋਣ ਕਰਾਈ ਜਾਵੇ ਜਾਂ ਈਵੀਐਮ ਮਸ਼ੀਨਸ ਜਿਹੜੀਆਂ ਉਹਨਾਂ ਤੇ ਸ਼ੱਕ ਕੀਤਾ ਗਿਆ ਸੀਗਾ ਔਰ ਸੁਪਰੀਮ ਕੋਰਟ ਸੁਣਵਾਈ ਕਰ ਰਹੀ ਸੀ, ਤੇ ਇੱਕ ਦੂਜਾ ਮਾਮਲਾ ਨੋਟਾ ਵਾਲਾ। ਇਹ ਤਾਂ ਪਟੀਸ਼ਨਾਂ ਹੋ ਗਈਆਂ ਖਾਰਜ, ਲੇਕਿਨ ਨੋਟਾ ਜੇਕਰ ਕਿਸੇ ਉਮੀਦਵਾਰ ਨਾਲੋਂ ਵੱਧ ਵੋਟਾਂ ਨੋਟਾਂ ਨੂੰ ਪੈ ਜਾਣ ਜਾਂ ਸਾਰਿਆਂ ਨਾਲੋਂ ਮਤਲਬ ਵੱਧ ਨੋਟਾ ਆ ਜਾਏ ਤਾਂ ਫਿਰ ਉਹ ਚੋਣ ਨਾ ਹੋ ਕੇ ਮਤਲਬ ਉਹਨੂੰ ਰੱਦ ਸਮਝਿਆ ਜਾਵੇ, ਨਵੇਂ ਸਿਰੇ ਚੋਣ ਹੋਵੇ। ਸਾਹਮੀਰ ਸਿੰਘ ਜੀ ਹਾਂ ਬਿਲਕੁਲ, ਜਿਹੜਾ ਇਹ ਕਾਫੀ ਇੰਟਰਸਟਿੰਗ ਹੈ, ਸੁਪਰੀਮ ਕੋਰਟ ਦੇ ਆਰਡਰ ਤੇ ਨੋਟਾ ਦਾ ਬਟਨ ਲੱਗਿਆ ਸੀਗਾ ਵੀ ਜਿਹਨੇ ਨਹੀਂ ਪਾਉਣੀ ਉਹ ਡੈਮੋਕ੍ਰੇਸੀ 'ਚ ਤਾਂ ਆਓ, ਰੱਦ ਕਰ ਦਿਓ ਵੀ ਮੈਨੂੰ ਇਹ ਕੈਂਡੀਡੇਟ ਮਤਲਬ ਮਨਜ਼ੂਰ ਨਹੀਂ ਹੈ। ਪਰ ਦੁਨੀਆ 'ਚ ਜਿਹੜੇ 2 ਟਾਈਪ ਦੇ ਸਿਧਾਂਤ ਚੱਲਦੇ ਨੇ, ਪ੍ਰੈਕਟਿਸ ਚੱਲਦੀ ਹੈ, ਸਾਡੇ ਇਸ ਨੋਟਾ ਨਾਲ ਆਇਆ ਜੇ ਰਾਈਟ ਟੂ ਰਿਫਿਊਜ ਕਿ ਮੈਂ ਇਹ ਸਾਰੇ ਕੈਂਡੀਡੇਟਾਂ ਨੂੰ ਵੋਟ ਦੇਣ ਤੋਂ ਇਨਕਾਰ ਕਰਦਾ। ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਰਾਈਟ ਟੂ ਰਿਜੈਕਟ ਹੈ, ਉਹ ਕਹਿੰਦਾ ਮੈਂ ਇਹ ਸਾਰਿਆਂ ਨੂੰ ਰੱਦ ਕਰਦਾ। ਜਦੋਂ ਰੱਦ ਕਰਦਾ ਤਾਂ ਨਵੇਂ ਸਿਰਿਓਂ ਚੋਣ ਹੁੰਦੀ ਹੈ, ਫਿਰ ਜਦੋਂ ਰਿਫਿਊਜ ਕਰਦਾ ਉਹ ਕਹਿੰਦਾ ਤੇਰਾ ਰਾਈਟ ਹੈ ਭਾਈ, ਨਹੀਂ ਕਰਵਾਉਣੀ ਤਾਂ ਨਾ ਪਾ, ਤੇਰੀ ਇੱਛਾ। ਔਰ ਉਹ ਇਸ ਤੇ ਪਟੀਸ਼ਨ ਫਾਈਲ ਹੋਈ ਹੈ ਤੇ ਸੁਪਰੀਮ ਕੋਰਟ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਜਵਾਬ ਮੰਗਿਆ ਕਿ ਤੁਸੀਂ ਕੀ ਸੋਚਦੇ ਹੋ ਭਾਈ ਸਾਹਿਬ, ਕਿਹੜੇ ਰਸਤੇ ਜਾਣਾ ਚਾਹੀਦਾ। ਔਰ ਜੇ ਮੈਨੂੰ ਲੱਗਦਾ ਕਿਤੇ ਇਹ ਆ ਜਾਏ ਨਾ ਰਾਈਟ ਟੂ ਰਿਜੈਕਟ ਤਾਂ ਅੱਕੇ ਲੋਕਾਂ ਨੇ ਬਹੁਤ ਥਾਂ ਦੱਬ ਦੇਣੀ ਹੈ। ਤੁਸੀਂ ਦੇਖਣਾ ਵੀ ਜਿਹੜੇ ਨਹੀਂ ਵੀ ਪਾਉਂਦੇ ਵੋਟਾਂ ਆ ਕੇ ਘੱਟੋ ਘੱਟ ਪਾਉਣ ਲੱਗ ਜਾਣਗੇ, ਪਰਸੈਂਟੇਜ ਤਾਂ ਜ਼ਰੂਰ ਵੱਧ ਜਾਊਗੀ, ਤਾਂ ਹੋ ਸਕਦਾ ਕਈ ਜਗ੍ਹਾ ਨਵੀਆਂ ਚੋਣਾਂ ਹੋਣ ਲੱਗ ਜਾਇਆ ਕਰਨ ਜੀ। ਇਹ 'ਚ ਕੋਈ ਦੋ ਰਾਵਾਂ ਨਹੀਂ। ਸਰਦਾਰ ਜਗਤਾਰ ਸਿੰਘ ਜੀ, ਜਿਹੜਾ ਅੱਜ ਇਹ ਫੈਸਲਾ ਈਵੀਐਮ ਨੂੰ ਲੈ ਕੇ ਹੋਇਆ ਕਿ ਬਈ ਅਸੀਂ ਇੱਦਾਂ ਸ਼ੱਕ ਨਹੀਂ ਕਰ ਸਕਦੇ, ਕੋਈ ਬੈਲਟ ਪੇਪਰ ਵਾਲੇ ਪਾਸੇ ਨਹੀਂ ਜਾਣਾ। ਪ੍ਰਧਾਨ ਮੰਤਰੀ ਸਾਹਿਬ ਇੱਕ ਜਗ੍ਹਾ ਤੇ ਭਾਸ਼ਣ ਦੇ ਰਹੇ ਸੀ, ਉਹ ਕਹਿੰਦੇ ਇਹ ਜਿਹੜੇ ਬੈਲਟ ਪੇਟੀਆਂ ਲੁੱਟਣਾ ਚਾਹੁੰਦੇ ਸੀ ਨਾ, ਸੁਣ ਲਓ ਸੁਪਰੀਮ ਕੋਰਟ ਦਾ ਫੈਸਲਾ। ਸੋ ਮੈਨੂੰ ਲੱਗਦਾ ਕਾਫੀ ਰੌਚਕ ਦੌਰ 'ਚ ਦਾਖਲ ਹੋ ਗਈ। ਨਹੀਂ, ਉਹਨਾਂ ਨੇ ਨਾਲ ਇਹ ਵੀ ਲਫ਼ਜ਼ ਵਰਤਿਆ, ਕਿਉਂ ਮੈਂ ਹੁਣ ਵਰਤਣ ਲੱਗਿਆ ਕਿਉਂਕਿ ਉਹਨਾਂ ਨੇ ਵਰਤਿਆ ਹੋਇਆ, ਕਹਿੰਦਾ ਇਨਕੇ ਮੂੰਹ ਪਰ ਥੱਪੜ ਹੈ। ਹਾਂ
ਅਸਲੀ ਲਫ਼ਜ਼ ਆਪਾਂ ਵਰਤੀਏ ਨਾ ਦੇਖੋ, ਹਾਂਜੀ ਹਾਂਜੀ, ਸੋ ਇਹ ਜੱਜਮੈਂਟ ਐਕਸਪੈਕਟਡ ਹੀ ਸੀ, ਕੋਈ ਐਸੀ ਗੱਲ ਨਹੀਂ ਜੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਥੈਂਕ ਯੂ, ਸ਼ੁਕਰੀਆ ਜੀ।